ਸਵਾਗਤ ਕਰਦੇ ਪਵਿੱਤਰ ਆਤਮਾ ਜੀ, ਤੁਹਾਡਾ ਸਵਾਗਤ ਕਰਦੇ ਪਵਿੱਤਰ ਆਤਮਾ ਜੀ, ਵੈਲਕਮ ਯੀਸ਼ੂ ਮਸੀਹ ਦੇ ਜ਼ਿੰਦਾ ਨਾਮ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ, ਵੈਲਕਮ ਹੋਲੀ ਸਪਿਰਿਟ। ਮੇਰੇ ਪਰਮੇਸ਼ਵਰ ਦੇ ਆਤਮਾ ਤੁਹਾਡਾ ਸਵਾਗਤ ਕਰਦੇ ਪਵਿੱਤਰ ਆਤਮਾ ਜੀ, ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ। ਸਿੱਖ ਰਾਮ ਨੂੰ ਥੈਂਕ ਯੂ ਜੀਸਸ, ਹਾਲੇਲੂਇਆ 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 ਹਾਲੇਲੂਇਆ। ਰੱਬ ਲਹਸਮ ਅਦਲਾ ਬਹਰ ਬੋਲਮ ਮਸ਼ੀਖ 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 ਰੱਬ ਸਵਾਗਤ ਕਰਦੇ ਪਵਿੱਤਰ ਆਤਮਾ ਜੀ ਤੁਹਾਡਾ, ਹਾਲੇਲੂਇਆ ਹਾਲੇਲੂਇਆ। ਥੈਂਕਸ ਕਰਦੇ ਹਾਂ ਪਰਮੇਸ਼ਵਰ ਦਾ ਜੋ ਖੁਦਾ ਨੇ ਅੱਜ ਦਾ ਸੁੰਦਰ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ
ਖੁਦਾਵੰਦ ਖੁਦਾ ਯਿਸੂ ਮਸੀਹ ਦੇ ਸਾਮਰਥੀ ਨਾਮ ਚ ਮੇਰੇ ਪਿਤਾ ਅਸੀਂ ਦੁਆ ਕਰਨੇ ਮੇਰੇ ਪਰਮੇਸ਼ਰ ਸਾਰਾ ਪਹਿਲੇ ਨੰਬਰ ਤੇ ਖੁਦਾ ਬਾਪ ਅੱਜ ਦੇ ਵਚਨ ਦੇ ਲਈ ਖੁਦਾ ਬਾਪ ਅੱਜ ਦਾ ਵਚਨ ਯਿਸੂ ਮਸੀਹ ਦੇ ਨਾਮ ਚ ਸਾਡੇ ਦੇਸ਼ ਦੀ ਯੂਥ ਨੂੰ ਸਾਡੇ ਦੇਸ਼ ਨੂੰ ਯਿਸੂ ਮਸੀਹ ਦੇ ਨਾਮ ਚ ਕਵਰ ਕਰੇ ਔਰ ਪਰਮੇਸ਼ਰ ਖੁਦਾ ਬਾਪ ਯਿਸੂ ਮਸੀਹ ਦੇ ਨਾਮ ਚ ਪਵਿੱਤਰ ਆਤਮਾ ਜੀ ਤੇਰੇ ਨਾਮ ਤੇ ਤੇਰੇ ਵਚਨ ਦੇ ਦੁਆਰਾ ਸਾਡਾ ਦੇਸ਼ ਬਚਾਇਆ ਜਾਏ ਔਰ ਖਾਸ ਤੌਰ ਤੇ ਅਸੀਂ ਦੁਆ ਕਰਨੇ ਆ ਕਲੀਸੀਆ ਦੇ ਲਈ ਪ੍ਰਭੂ ਯਿਸੂ ਮਸੀਹ ਤੇਰੀ ਕਲੀਸੀਆ ਜੋ ਇੰਡੀਆ ਦੇਸ਼ ਦੇ ਵਿੱਚ ਆ ਔਰ ਖੁਦਾਵੰਦ ਖੁਦਾ ਯਿਸੂ ਮਸੀਹ ਦੇ ਨਾਮ ਚ ਅੱਜ ਦੇ ਵਚਨ ਦੇ ਦੁਆਰਾ ਅੱਜ ਦੀ ਪ੍ਰੇਸ ਦੁਆਰਾ ਅੱਜ ਦੀ ਡਿਸਕਸ਼ਨ ਦੇ ਦੁਆਰਾ ਉਹਨਾਂ ਨੂੰ ਉਹਨਾਂ ਦੇ ਆਨਸਰਸ ਮਿਲਣ ਔਰ ਖੁਦਾ ਬਾਪ ਯਿਸੂ ਮਸੀਹ ਦੇ ਨਾਮ ਚ ਹਰੇਕ ਉਸ ਟੀਚਿੰਗ ਦਾ ਅੱਜ ਖੰਡਨ ਹੋਵੇ ਯਿਸੂ ਦੇ ਨਾਮ ਚ ਜਿਹੜੀ ਟੀਚਿੰਗ ਪਰਮੇਸ਼ੁਰ ਤੇਰੇ ਕਲਾਮ ਨੂੰ ਬਾਉਂਡ ਕਰਦੇ ਤੇਰੀ ਸਾਮਰਥ ਨੂੰ ਬਾਉਂਡ ਕਰਦੀ ਆ ਯਿਸੂ ਮਸੀਹ ਦੇ ਨਾਮ ਚ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਚ ਦੇਣ ਔਰ ਵੇਖਣ ਵਾਲਿਆਂ ਨੂੰ ਤੇਰੇ ਹੱਥਾਂ ਚ ਦਿੰਦੇ ਆ ਯਿਸੂ ਦੇ ਨਾਮ ਚ ਜਿਹੜੀ ਗ੍ਰੇਸ ਇਸ ਸਟੂਡੀਓ ਦੇ ਵਿੱਚ ਆ ਯਿਸੂ ਦੇ ਨਾਮ ਚ ਇਹਨਾਂ ਦੇ ਰੂਮ ਚ ਇਹਨਾਂ ਦੇ ਦੇਖਣ ਵਾਲੇ ਗੈਜ਼ਟ ਦੇ ਉੱਤੇ ਉੱਤਰ ਜਾਏ ਰਾਈਟ ਨਾਉ ਇਨ ਦ ਨੇਮ ਆਫ ਜੀਸਸ ਕ੍ਰਾਈਸਟ ਔਰ ਖੁਦਾ ਅਸੀਂ ਧੰਨਵਾਦ ਕਰਨੇ ਆ ਤੇਰੇ ਪਾਕ ਰੂਹ ਦਾ ਤੇਰੇ ਬਲੱਡ ਦੇ ਲਈ ਔਰ ਯਿਸੂ ਮਸੀਹ ਦੇ ਲਈ ਇਨ ਜੀਸਸ ਮਾਈਟੀ ਨੇਮ ਇਨ ਜੀਸਸ ਨੇਮ ਸਭ ਬੋਲੋ ਆਮੀਨ ਆਮੇਨ 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 ਹਾਲੇਲੂਯਾ ਥੈਂਕ ਯੂ ਪਾਸਟਰ ਜੀ ਔਰ ਸਾਡਾ ਵਿਸ਼ਵਾਸ ਹੈ ਕਿ ਅੱਜ ਦਾ ਸਾਡਾ ਬੈਠਣਾ ਤੁਹਾਡੇ ਸਭ ਦੇ ਲਈ ਆਸ਼ੀਸ਼ ਦਾ ਕਾਰਨ ਹੋਵੇਗਾ ਯਿਸੂ ਮਸੀਹ ਦੇ ਨਾਮ ਚ ਆਮੀਨ ਯਿਸੂ ਮਸੀਹ ਦੇ ਪਵਿੱਤਰ ਨਾਮ ਚ ਹਾਲੇਲੂਯਾ ਹਾਲੇਲੂਯਾ ਔਰ ਜਿਉਂਦਾ ਨਾਮ ਹੈ ਜਾਗਦਾ ਨਾਮ ਹੈ ਉਹ ਸਾਡੇ ਵਿਚਕਾਰ ਹੈ ਉਸਦਾ ਆਤਮਾ ਸਾਡੇ ਨਾਲ ਆ ਅਸੀਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਜੋ ਅੱਜ ਅਸੀਂ ਤੁਹਾਡੇ ਸਭ ਦੇ ਨਾਲ ਇਸ ਸਮੇਂ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਲੈ ਕੇ ਆਏ ਹਾਂ ਹਾਲੇਲੂਯਾ ਹਾਲੇਲੂਯਾ ਔਰ ਮੈਂ ਪਾਸਟਰ ਸੈਮੂਅਲ ਜੀ ਅੱਗੇ ਪ੍ਰਾਰਥਨਾ ਰੱਖਦਾ ਕਿ ਤੁਸੀਂ ਪ੍ਰਾਰਥਨਾ ਕਰੋ ਕਿ ਜੋ ਪੰਜਾਬ ਦੇ ਵਿੱਚ ਮਸੀਹ ਦੇ ਵਿੱਚ ਲੋਕ ਵੱਧ ਰਹੇ ਆ ਔਰ ਜੋ ਕਲੀਸੀਆਵਾਂ ਦੇ ਵਿੱਚ ਪਰਮੇਸ਼ਵਰ ਆਪਣੇ ਅਦਭੁਤ ਕੰਮਾਂ ਨੂੰ ਕਰ ਰਹੇ ਆ ਔਰ ਲੋਕ ਉਹਨਾਂ ਕੰਮਾਂ ਦੇ ਨਾਲ ਪਰਮੇਸ਼ਵਰ ਦੇ ਨਾਲ ਹੋਰ ਜੁੜ ਰਹੇ ਆ ਔਰ ਤੁਸੀਂ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਇਸੇ ਤਰ੍ਹਾਂ ਆਪਣੇ ਕੰਮ ਨੂੰ ਕਰਦਾ ਜਾਵੇ ਔਰ ਜੋ ਲੋਕ ਕੁਛ ਉਲਝਣਾਂ ਦੇ ਵਿੱਚ ਫਸੇ ਆ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਉਲਝਣਾਂ ਦੇ ਵਿੱਚੋਂ ਕੱਢੇ ਔਰ ਖਾਸ ਕਰਕੇ ਜੋ ਅੱਜ ਅਸੀਂ ਦੇਖਦੇ ਹਾਂ ਕਿ ਕੁਛ ਲੋਕਾਂ ਦੇ ਮਨਾਂ ਦੇ ਵਿੱਚ ਕੁਛ ਗਲਤ ਵਿਚਾਰ ਪਾਏ ਜਾਂਦੇ ਆ ਜਿਨ੍ਹਾਂ ਦੇ ਕਾਰਨ ਉਹ ਹਰਟ ਹੁੰਦੇ ਆ ਔਰ ਦੁਖੀ ਹੁੰਦੇ ਆ ਔਰ ਉਹ ਚੀਜ਼ਾਂ ਉਹਨਾਂ ਨੂੰ ਪ੍ਰਭੂ ਤੋਂ ਦੂਰ ਕਰਨ ਦੇ ਲਈ ਕੋਸ਼ਿਸ਼ ਕਰਦੇ ਆ ਉਹ ਲੋਕ ਪਰ ਤੁਸੀਂ ਪ੍ਰਾਰਥਨਾ ਕਰੋ ਕਿ ਉਹ ਚੀਜ਼ਾਂ ਜੋ ਸ਼ੈਤਾਨ ਉਹਨਾਂ ਲੋਕਾਂ ਨੂੰ ਯੂਜ਼ ਕਰਦਾ ਕਿ ਉਹਨਾਂ ਨੂੰ ਹਰਟ ਕੀਤਾ ਜਾਵੇ ਔਰ ਪਰਮੇਸ਼ਵਰ ਤੋਂ ਦੂਰ ਕੀਤਾ ਜਾਵੇ ਕਿ ਉਹਨਾਂ ਚੀਜ਼ਾਂ ਨੂੰ ਤੁਸੀਂ ਪ੍ਰਾਰਥਨਾ ਕਰੋ ਕਿ ਉਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ ਕਿ ਸ਼ੈਤਾਨ ਉਹਨਾਂ ਦੀ ਗੱਲਾਂ ਨੂੰ ਹੈਵੀ ਨਾ ਹੋਣ ਦੇਵੇ ਹਾਂਜੀ ਜੀ ਬਸ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਪ੍ਰੇਅਰ ਦੇ ਵਿੱਚ ਜਾਵਾਂਗੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਦੁਆਰਾ ਅਸੀਂ ਤੁਹਾਡੇ ਸਾਹਮਣੇ ਉਪਸਥਿਤ ਹਾਂ ਪ੍ਰਭੂ ਪਰਮੇਸ਼ਵਰ ਅਸੀਂ ਖਾਸ ਕਰਕੇ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਇਸ ਪੂਰੀ ਦੁਨੀਆ ਦੇ ਚਰਚਾਂ ਦੇ ਲਈ ਪ੍ਰਭੂ ਔਰ ਜੋ ਤੁਹਾਡੇ ਲੋਕ ਹੈ ਪ੍ਰਭੂ ਉਹਨਾਂ ਲੋਕਾਂ ਦੇ ਲਈ ਪਰਮੇਸ਼ਵਰ ਉਹਨਾਂ ਦੇ ਉੱਤੇ ਤੁਹਾਡੀ ਪ੍ਰੈਜੈਂਸ ਔਰ ਤੁਹਾਡਾ ਅਭਿਸ਼ੇਕ ਤੁਹਾਡਾ ਮਸਾ ਤੁਹਾਡੀ ਹਜ਼ੂਰੀ ਹਮੇਸ਼ਾ ਬਣੀ ਰਹੇ ਪ੍ਰਭੂ ਔਰ ਪਰਮੇਸ਼ਵਰ ਤੁਹਾਡੇ ਸਪਿਰਚੁਅਲ ਚਰਚਾਂ ਦੇ ਉੱਤੇ ਜਿਹੜੇ ਤੁਹਾਡੇ ਵੱਲੋਂ ਪਰਮੇਸ਼ਵਰ ਠਹਿਰਾਏ ਗਏ ਨੇ ਪ੍ਰਭੂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਪਰਮੇਸ਼ਵਰ ਤੁਹਾਡਾ ਆਤਮਾ ਹਮੇਸ਼ਾ ਉਹਨਾਂ ਚਰਚਾਂ ਦੇ ਉੱਤੇ ਜੁੰਬਸ਼ ਕਰੇ ਔਰ ਪਰਮੇਸ਼ਵਰ ਤੁਹਾਡਾ ਆਤਮਾ ਉਹਨਾਂ ਚਰਚਾਂ ਦੇ ਵਿੱਚ ਪ੍ਰਭੂ ਹੋਰ ਗਹਿਰੇ ਤਰੀਕੇ ਦੇ ਨਾਲ ਕੰਮ ਕਰੇ ਔਰ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਜਿੰਨੀਆਂ ਵੀ ਪਰੇਸ਼ਾਨ ਕਰਨ ਵਾਲੀਆਂ ਆਤਮਾਵਾਂ ਲੋਕਾਂ ਦੇ ਦੁਆਰਾ ਤੁਹਾਡੇ ਆਤਮਿਕ ਲੋਕਾਂ ਨੂੰ ਤੁਹਾਡੀ ਚੁਣੀ ਹੋਈ ਕੌਮ ਨੂੰ ਡਿਸਟਰਬ ਕਰਦੀਆਂ ਪਰਮੇਸ਼ਵਰ ਤੁਹਾਡਾ ਆਤਮਾ ਜੋ ਸਾਡਾ ਸੱਚਾ ਸਹਾਇਕ ਹੈ ਪ੍ਰਭੂ ਪਰਮੇਸ਼ਵਰ ਉਹਨਾਂ ਲੋਕਾਂ ਦੇ ਨਾਲ ਉਹ ਵੱਖਰਾ ਕਰੇ ਔਰ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਨੇ ਉਹਨਾਂ ਨੂੰ ਪਵਿੱਤਰਤਾ ਦੇ ਲੈਵਲ 'ਤੇ ਖੜਾ ਕਰੇ ਪ੍ਰਭੂ ਪਰਮੇਸ਼ਵਰ ਤੁਹਾਡਾ ਆਤਮਾ ਇੱਕ ਇੱਕ ਜਣ ਨੂੰ ਗਾਈਡ ਕਰੇ ਕਿਉਂਕਿ ਪਰਮੇਸ਼ਵਰ ਤੁਹਾਡਾ ਜਿਹੜਾ ਰੂਹ ਹੈ ਉਹ ਸਾਡੀ ਸਹਾਇਤਾ ਦੇ ਲਈ ਹੈ ਪ੍ਰਭੂ ਔਰ ਸਾਡਾ ਸੱਚਾ ਸਹਾਇਕ ਹੈ ਪ੍ਰਭੂ ਪਰਮੇਸ਼ਵਰ ਤੁਹਾਡੇ ਤੋਂ ਵੱਧ ਸਾਨੂੰ ਪਿਆਰ ਕਰਨ ਵਾਲਾ ਇਸ ਦੁਨੀਆ 'ਤੇ ਕੋਈ ਨਹੀਂ ਹੈ ਪਰਮੇਸ਼ਵਰ ਤੁਸੀਂ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਇਸ ਧਰਤੀ 'ਤੇ ਆਏ ਔਰ ਪਰਮੇਸ਼ਵਰ ਸਾਡਾ ਇਮਾਨ ਹੈ ਕਿ ਤੁਸੀਂ ਸਾਨੂੰ ਬਚਾ ਲਿਆ ਔਰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਤੁਸੀਂ ਰੈਡੀ ਹੋ ਪ੍ਰਭੂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਦੁਆਰਾ ਪ੍ਰਾਰਥਨਾ ਮੰਗਦੇ ਹਾਲੇਲੂਯਾ ਖੁਦਾ ਦਾ ਸ਼ੁਕਰੀਆ ਔਰ ਧੰਨਵਾਦ ਕਰਦੇ ਹਾਂ ਕਿ ਅੱਜ ਤੋਂ ਬਾਅਦ ਤੁਹਾਡੀ ਸਭ ਦੀ ਜ਼ਿੰਦਗੀ 'ਚ ਪਰਮੇਸ਼ਵਰ ਵੱਡੇ ਕੰਮ ਨੂੰ ਕਰਨ ਜਾ ਰਿਹਾ ਸਾਡਾ ਵਿਸ਼ਵਾਸ ਆ ਔਰ ਅੱਜ ਖਾਸ ਅਸੀਂ ਇੱਕ ਵਿਸ਼ੇ ਦੇ ਲਈ ਬੈਠੇ ਹਾਂ ਕਿ ਜੋ ਪਰਮੇਸ਼ਵਰ ਨੇ ਸਾਡੇ ਦਿਲ ਦੇ ਵਿੱਚ ਪਾਇਆ ਔਰ ਅਸੀਂ ਸਾਡਾ ਜੋ ਸਾਡੀ ਸੋਚ ਆ ਅਸੀਂ ਉਸ ਸੋਚ ਨੂੰ ਤੁਹਾਡੇ ਅੱਗੇ ਲੈ ਕੇ ਆਉਣ ਜਾ ਰਹੇ ਹਾਂ ਔਰ ਉਹ ਸੋਚ ਜੋ
ਸਾਡੇ ਅੰਦਰ ਉਹ ਕੁਛ ਗੱਲਾਂ ਨੂੰ ਲੈ ਕੇ ਜੋ ਪਰਮੇਸ਼ਵਰ ਨੇ ਸਾਨੂੰ ਵਚਨਾਂ ਦੇ ਜ਼ਰੀਏ ਉਹਨਾਂ ਦਾ ਆਨਸਰ ਦਿੱਤਾ ਹੈ। ਹਾਲੇਲੂਇਆ। ਅਸੀਂ ਕੁਛ ਵੀ ਆਪਣੇ ਕੋਲੋਂ ਨਹੀਂ ਨਾ ਕਵਾਂਗੇ ਤੇ ਨਾ ਕਦੀ ਕਹਿ ਸਕਦੇ ਹਾਂ, ਕਿਉਂਕਿ ਜੋ ਪਰਮੇਸ਼ਵਰ ਦਾ ਵਚਨ ਦੱਸਦਾ ਸੀ ਉਸਦੇ ਮੁਤਾਬਿਕ ਹੀ ਗੱਲ ਕਰਾਂਗੇ, ਵਚਨ ਤੋਂ ਬਾਹਰ ਨਹੀਂ। ਔਰ ਸਾਡਾ ਖਾਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਮਕਸਦ ਇਹ ਨਹੀਂ ਗਾ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ, ਸਿਰਫ ਅਸੀਂ ਪਰਮੇਸ਼ਵਰ ਦੇ ਪਵਿੱਤਰ ਕਲਾਮ 'ਚੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਔਰ ਅਸੀਂ ਜਾਣਦੇ ਹਾਂ ਕਿ ਅੱਜ ਦਾ ਟਾਈਮ ਜੋ ਪੰਜਾਬ ਦਾ ਆ, ਪਰਮੇਸ਼ਵਰ ਇੱਕ ਵੱਡੇ ਰਿਵਾਈਵਲ ਨੂੰ ਲੈ ਕੇ ਆ ਰਹੇ ਆ ਔਰ ਪੰਜਾਬ ਵਿੱਚ ਵੱਡੇ ਕੰਮਾਂ ਨੂੰ ਅਸੀਂ ਦੇਖ ਰਹੇ ਹਾਂ। ਹਾਲੇਲੂਇਆ। ਪਰਮੇਸ਼ਵਰ ਨੇ ਆਪਣੇ ਦਾਸਾਂ ਨੂੰ ਖੜੇ ਕੀਤਾ, ਆਪਣੇ ਨਵੀਆਂ ਨੂੰ ਖੜੇ ਕੀਤਾ, ਜਿਹਨਾਂ ਦੇ ਦੁਆਰਾ ਪਰਮੇਸ਼ਵਰ ਆਪਣੇ ਵੱਡੇ ਕੰਮਾਂ ਨੂੰ ਕਰਦੇ ਆ ਔਰ ਆਪਣਾ ਸੁਸਮਾਚਾਰ ਫੈਲਾ ਰਹੇ ਆ। ਹਾਲੇਲੂਇਆ, ਹਾਲੇਲੂਇਆ। ਔਰ ਪਰਮੇਸ਼ਵਰ ਦਾ ਆਤਮਾ ਉਹਨਾਂ ਦੇ ਉਹਨਾਂ ਨਵੀਆਂ ਦੇ ਜ਼ਰੀਏ ਇੱਕ ਵੱਡੇ ਜਲਾਲ ਨੂੰ ਦਿਖਾਉਂਦਾ, ਇੱਕ ਦਰਸਾਉਂਦਾ ਹੈ ਕਿ ਪਰਮੇਸ਼ਵਰ ਜਿਉਂਦਾ ਆ। ਹਾਲੇਲੂਇਆ, ਆਮੀਨ ਆਮੀਨ। ਬਿਲਕੁਲ ਪਾਸਟਰ ਜੀ, ਅਸੀਂ ਦੇਖਦੇ ਹਾਂ ਕਿ ਅੱਜ ਜੋ ਅੱਜ ਤੋਂ 10 ਸਾਲ ਪਹਿਲਾਂ ਤੇ ਅੱਜ ਉਹ 10 ਸਾਲ ਬਾਅਦ ਜੋ ਪੰਜਾਬ ਦਾ ਮਾਹੌਲ ਚੇਂਜ ਹੋਇਆ, ਬਹੁਤ ਵੱਡਾ ਰਿਵਾਈਵਲ ਆਇਆ। ਹਾਲੇਲੂਇਆ, ਆਮੀਨ। ਔਰ ਇਸ ਚੀਜ਼ ਨੂੰ ਦੇਖ ਕੇ ਜੋ ਮੈਂ ਬੌਨ ਕ੍ਰਿਸਚਨ ਆ ਪਾਸਟਰ ਜੀ, ਔਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਉਹ ਚੀਜ਼ਾਂ ਜੋ ਅੱਜ ਤੋਂ ਕੁਛ ਸਾਲ ਪਹਿਲਾਂ ਸੀਗੀਆਂ ਦੇਖਦਾ, ਸਿਰਫ ਉਦੋਂ ਆਤਮਿਕਤਾ ਦਾ ਨਾਮ ਹੈ ਨਹੀਂ ਸੀ ਪਾਸਟਰ ਜੀ। ਰਾਈਟ ਆ ਜੀ, ਮੈਂ ਵੀ ਪਾਸਟਰ ਜੀ ਬੌਨ ਕ੍ਰਿਸਚਨ ਆ ਜੀ ਜੀ ਜੀ, ਮੈਂ ਵੀ ਕ੍ਰਿਸਚਨ ਘਰਾਣੇ ਦੇ ਵਿੱਚ ਜਨਮ ਲਿਆ ਜੀ ਜੀ, ਔਰ ਸਾਡੇ ਤਕਰੀਬਨ ਫੈਮਿਲੀ ਦੇ ਵਿੱਚ ਸੇਵਕਾਈ ਕਰਦੇ ਆ ਰਹੇ, ਔਰ ਅਸੀਂ ਦੇਖਦੇ ਸੀਗੇ ਕਿ ਅੱਜ ਤੋਂ 10 ਸਾਲ 12 ਸਾਲ ਜਾਂ 14 ਸਾਲ ਪਹਿਲਾਂ ਇੱਕ ਕਰੂਸੇਡ ਦੇ ਵਿੱਚ, ਇੱਕ ਕਰੂਸੇਡ ਹੁੰਦਾ ਸੀਗਾ 250 ਲੋਕਾਂ ਦੀ ਗੈਦਰਿੰਗ, ਲੇਕਿਨ ਅੱਜ ਖੁਦਾ ਦੀ ਗ੍ਰੇਸ ਸਾਡੇ ਪੰਜਾਬ ਦੇ ਉੱਤੇ ਸਾਡੇ, ਔਰ ਉਹ ਗ੍ਰੇਸ ਖੁਦਾ ਦੇ ਨਬੀਆਂ ਨੇ ਪ੍ਰੇਅਰ ਕਰ ਕਰਕੇ ਇਸ ਪੰਜਾਬ ਦੇ ਉੱਤੇ ਉਤਾਰੀ ਆ, ਔਰ ਅੱਜ 250 ਲੋਕ ਔਰ ਇੱਕ ਬੰਦਗੀ ਦੇ ਵਿੱਚ 250 ਵਲੰਟੀਅਰ ਹੁੰਦੇ ਆ, ਔਰ ਬਹੁਤ ਵੱਡਾ ਬਦਲਾਅ, ਅਸੀਂ ਖੁਦਾ ਦਾ ਸ਼ੁਕਰ ਕਰਦੇ ਇਸ ਚੀਜ਼ ਦੇ ਲਈ। ਜੀ 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 ਜੀ। ਪਾਸਟਰ ਸਹਿਮਲ ਜੀ, ਤੁਹਾਡੇ ਵਿਚਾਰ ਕੀ ਆ ਕਿ ਅੱਜ ਜੋ ਪਰਮੇਸ਼ਵਰ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਂਦਾ ਆ, ਔਰ ਅਸੀਂ ਦੇਖ ਰਹੇ ਹਾਂ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਹਮੇਂ ਉਹ ਵਧੇਗਾ, ਇਹ ਸਾਡਾ ਵਿਸ਼ਵਾਸ ਹੈ ਉਹ ਹੋਰ ਵਧੇਗਾ। ਦੇਖੋ ਪਾਸਟਰ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਰਮੇਸ਼ਵਰ ਨੇ ਸਭ ਤੋਂ ਵੱਡਾ ਬਦਲਾਅ ਮੇਰੀ ਲਾਈਫ ਦੇ ਵਿੱਚ ਲੈ ਕੇ ਆਂਦਾ। ਹਾਲੇਲੂਇਆ। ਕਿਉਂਕਿ ਜਿੱਦਾਂ ਦੀ ਮੇਰੀ ਲਾਈਫ ਸੀਗੀ, ਅਸੀਂ ਸ਼ੁਰੂ ਤੋਂ ਹੀ, ਮੇਰੇ ਬਾਪ ਦਾਦੇ ਕ੍ਰਿਸਚਨ ਹੈ, ਸਾਡੀ ਪੂਰੀ ਫੈਮਿਲੀ ਕ੍ਰਿਸਚਨ ਹੈ, ਸਾਡਾ ਘਰਾਣਾ ਕ੍ਰਿਸਚਨ ਹੈ, ਬਟ ਕ੍ਰਿਸਚਨਾਂ ਵਾਲਾ ਔਰ ਆਤਮਿਕਤਾ ਵਾਲਾ ਇੱਕ ਵੀ ਕੰਮ ਸਾਡੇ ਘਰਾਣੇ ਦੇ ਵਿੱਚ ਔਰ ਖਾਸ ਕਰਕੇ ਮੇਰੀ ਲਾਈਫ ਦੇ ਵਿੱਚ ਨਹੀਂ ਸੀਗਾ। ਮੇਰਾ ਨਾਮ ਸੈਮੂਅਲ ਹੈ, ਪਰ ਮੈਨੂੰ ਕੋਈ ਟਾਈਮ ਇੱਦਾਂ ਦਾ ਸੀ, ਅੱਜ ਤੋਂ 3-4 ਸਾਲ ਪਹਿਲਾਂ ਦਾ ਟਾਈਮ ਇੱਦਾਂ ਦਾ ਸੀ ਕਿ ਮੈਨੂੰ ਆਪਣੇ ਨਾਮ ਤੋਂ ਸ਼ਰਮ ਆਉਂਦੀ ਸੀ, ਕਿਉਂਕਿ ਮੈਂ ਕਾਲਜ ਪੜ੍ਹਦਾ ਸੀਗਾ, ਮੇਰੇ ਸਾਰੇ ਦੋਸਤਾਂ ਦੇ ਨਾਮ ਹੋਣੇ ਵੱਖੋ ਵੱਖਰੇ ਨਾਮ ਹੋਣੇ, ਉਹਨਾਂ ਨੇ ਆਪਣੇ ਨਾਮ ਕਿਤੇ ਵੀ ਐਡ ਕਰ ਲੈਣੇ, ਬਟ ਮੈਨੂੰ ਇੱਕ ਸ਼ਰਮ ਮਾਰਦੀ ਸੀ ਕਿ ਮੇਰਾ ਨਾਮ ਸੈਮੂਅਲ ਔਰ ਮੈਂ ਕ੍ਰਿਸਚਨ ਹਾਂ, ਮੈਂ ਆਪਣਾ ਨਾਮ ਕਿੱਥੇ ਐਡ ਕਰਾਂ, ਕਿਉਂਕਿ ਮੇਰੇ 'ਚ ਇੱਕ ਜਿਹਨੂੰ ਕਹਿ ਲਓ ਕਿ ਬੁਰੀ ਆਦਤ ਸੀ ਕਿ ਜਿੱਦਾਂ ਮੈਂ ਗੀਤ ਲਿਖਦਾ ਹੁੰਦਾ ਸੀ ਦੂਸਰੇ, ਓਕੇ, ਔਰ ਮੇਰੀ ਇੱਕ ਸਭ ਤੋਂ ਮੈਨੂੰ ਇੱਕ ਸ਼ੈਤਾਨ ਦਾ ਇੱਕ ਮੈਨੂੰ ਗਿਫਟ ਸੀਗਾ ਕਿ ਮੈਂ ਗੀਤ ਲਿਖਦਾ ਹੁੰਦਾ ਸੀਗਾ, ਔਰ ਉਸ ਗਿਫਟ ਦੇ ਕਾਰਨ ਮੈਨੂੰ ਸ਼ਰਮ ਆਉਂਦੀ ਹੁੰਦੀ ਸੀ ਕਿ ਮੈਂ ਆਪਣਾ ਨਾਮ ਸੈਮੂਅਲ ਗੀਤਾਂ ਦੇ ਵਿੱਚ ਐਡ ਨਹੀਂ ਕਰ ਸਕਦਾ ਸੀਗਾ, ਓਕੇ, ਔਰ ਦਿਨ ਗਏ, ਦਿਨ ਬੀਤੇ, ਮਹੀਨੇ ਬੀਤੇ, ਮੈਂ ਇੱਕ ਕਰੂਸਡ ਵੇਖਿਆ ਇੱਕ ਸਪਿਰਚੁਅਲ ਪਾਸਟਰ ਦਾ, ਮੈਂ ਉਹਦਾ ਨਾਮ ਨਹੀਂ ਸ਼ੋ ਕਰੂੰਗਾ, ਜਦੋਂ ਮੈਂ ਉਹਨਾਂ ਦਾ ਕਰੂਸਡ ਦੇਖਿਆ ਤੇ ਪਰਮੇਸ਼ਵਰ ਦੇ ਆਤਮਾ ਨੇ ਉਹਨਾਂ ਦੇ ਜ਼ਰੀਏ ਮੈਨੂੰ ਟੱਚ ਕੀਤਾ, ਔਰ ਮੇਰੀ ਲਾਈਫ ਦੇ ਵਿੱਚ ਇੱਕ ਇਦਾਂ ਦੀ ਗੱਲ ਆਈ ਕਿ ਜਿੱਦਾਂ ਇਹ ਪਰਮੇਸ਼ਵਰ ਦਾ ਕੰਮ ਕਰਦੇ ਨੇ, ਇੱਕ ਦਿਨ ਮੈਂ ਵੀ ਇਦਾਂ ਦਾ ਕੰਮ ਕਰਾਂਗਾ, ਜਿੱਦਾਂ ਇਹ ਪਰਮੇਸ਼ਵਰ ਦੇ ਅੱਗੇ ਮੈਂ ਇਹ ਅੰਗੀਕਾਰ ਰੱਖਿਆ, ਅੱਜ ਪਰਮੇਸ਼ਵਰ ਨੇ ਮੈਨੂੰ ਆਪਣੇ ਕੰਮਾਂ ਦੇ ਲਈ ਚੁਣਿਆ, ਔਰ ਮੈਂ ਇਸ ਵਿਸ਼ਵਾਸ ਦੇ ਵਿੱਚ ਜਿਸ ਟਾਈਮ ਮੈਂ ਉਸ ਕਰੂਸਰ ਦੇ ਵਿੱਚ ਗਿਆ ਸੀਗਾ, ਉਸ ਟਾਈਮ ਘੱਟ ਤੋਂ ਘੱਟ ਕੋਈ 2-3 ਹਜ਼ਾਰ ਬੰਦਾ ਹੋਊਗਾ, ਬਟ ਮੈਂ ਉਸੇ ਪਿੰਡ ਦੇ ਵਿੱਚ ਜਦੋਂ ਹੁਣ ਕਰੂਸਰ ਵੇਖਿਆ, ਕੋਈ 3-4 ਮਹੀਨੇ ਬਾਅਦ ਦੀ ਗੱਲ, ਪਿੱਛੇ ਜਦੋਂ ਜਾਂਦੇ ਆਪਾਂ ਕਰੂਸਰ ਵੇਖਿਆ, ਘੱਟੋ ਘੱਟ 15-20 ਹਜ਼ਾਰ ਲੋਕ ਸੀਗਾ ਉੱਥੇ, ਪਰਮੇਸ਼ਵਰ ਦਾ ਕੰਮ ਵੱਧ ਰਿਹਾ ਹੈ, ਬਹੁਤ ਜ਼ਿਆਦਾ ਖੁਸ਼ ਅਸੀਂ, ਔਰ ਅਸੀਂ ਬਲੀਵ ਦੇ ਵਿੱਚ ਆ ਕਿ ਪੂਰੀ ਦੁਨੀਆਂ ਪਰਮੇਸ਼ਵਰ ਦੇ ਅੱਗੇ ਸਾਡਾ ਵਿਸ਼ਵਾਸ ਹੈ ਕਿ ਜੋ ਪਰਮੇਸ਼ਵਰ ਅੱਜ ਦੇ ਟਾਈਮ ਵਿੱਚ ਆਪਣੇ ਨਬੀਆਂ ਨੂੰ ਇਸਤੇਮਾਲ ਕਰ ਰਿਹਾ ਆ, ਔਰ ਅਸੀਂ ਦੇਖਦੇ ਹਾਂ, ਅਸੀਂ ਖੁਦ ਮਿਨਿਸਟਰੀ ਦੇ ਵਿੱਚ ਹਾਂ, ਔਰ ਅਸੀਂ ਦੇਖਦੇ ਹਾਂ ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਕਿ ਪਰਮੇਸ਼ਵਰ ਆਪਣੇ ਦਾਸਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦਾ ਹੈ। ਹਾਲੇਲੂਇਆ। ਔਰ ਉਹ ਗ੍ਰੇਸ ਜੋ ਪਰਮੇਸ਼ਵਰ ਦੇ ਕੇ ਆਪਣੇ ਨਬੀਆਂ ਨੂੰ, ਆਪਣੇ ਪ੍ਰੀਸਟ ਨੂੰ ਦੇ ਕੇ
यूज़ कर रहे हैं वो ग्रेस अद्भुत है परमेश्वर की वो जो अज पंजाब दे विच आ अज तो कुछ टाइम पहला असी बाहरों जो प्रीस्ट आते सी उन्होंने को चीजा देखी दी जो अज पंजाब दे विच आ जी जी अज अज पंजाब चो बाहर पास्टर जा रहे हैं ग्लोरी टू गॉड जी जी अज पंजाब चो पंजाब दे प्रीस्टां नू बुकिंग दी जाती है कि तुसी साडे इनवाइट किया जाता कि तुसी साडे इस नगर विच आण के परमेश्वर का प्रचार सुनाओ हालेलुया और परमेश्वर सचमुच अज परमेश्वर सचमुच अपने दासां नू एक अद्भुत तरीके दे नाल इस्तेमाल कर रहा है हालेलुया हालेलुया और जिन्हां नू देख के तुहाडे मेरे अर्गे जबान बदल रहा है हालेलुया ये पास्टर जी बिल्कुल राइट गल है अस तो 2014 की गल आ 13 के लास्ट के और 14 के गल आ जो मैं इदा एक क्रूसर उत्ते गया कि जो मैं कहा परमेश्वर ने उस जगह उत्ते मैं काम करते देखा और उस जगह उत्ते अच्छे मेरे बड़े लोग सुनते हो जे प्रोफेट्स का और प्रोफेसियां का विरोध करते हैं समटाइम लेकिन मैं भी उन्होंने मैं विरोध किया और मैं प्रभु ने कहा जे सचमुच तेरा आत्मा इस जगह उत्ते काम कर रहा है इस क्रूसर उत्ते और तेरा आत्मा मेरे नाल गल करे और यकीन मनो और उस दिन परमेश्वर उस रात मेरे नाल गल की और मेरी लाइफ सचमुच चेंज हुई और अज उस नूं 5 साल हो चुके हैं खुदा च चलते हुए और मैं इन सारिया चीजा इस बदलाव जो पंजाब दे विच अज चल रहा है जो अज पंजाब दे विच बेदारी का माहौल आ रहा और जवान मैं देख रहा पहले जवानों के फोन दे विच गाने होंदे सी लेकिन अज जवानों के फोन दे विच खुदा दे गीत होंदे आ और वर्शिप आ खुदा दी स्तुति दे गीत आ और वर्स उन्होंने खुदा का कलाम उन्होंने प्रोफाइल पिक होंदा है और डीपी होंदा उन्होंने वट्सएप ते स्टेटस होंदे ने और यह सारे बदलाव का कारण एक आ पवित्र आत्मा और पवित्र आत्मा दे और पवित्र आत्मा उस जगह पर काम करता जिस जगह तेरे नबी सुचे होंगे साफ होंगे परमेश्वर खरे होंगे और धन्यवाद परमेश्वर का कि परमेश्वर ने पंजाब इदा के नबी और इदा के मैन ऑफ गॉड्स लै आते हैं कि जेडे सचमुच खुदा करीबी तो सुन के और उस तरीके एक्ट करके उस ढंग काम करके बदलाव नू लेके आ रहे हैं और पवित्र आत्मा जी दे नाल मैं कह सकना मोढे नाल मोढा जोड़ के खुदा दे राज नू फैला रहे हैं हालेलुया बिल्कुल बिल्कुल पास्टर जी बिल्कुल तुहाडी गल बिल्कुल सही आ क्योंकि पवित्र आत्मा दा दौर है अज आमीन हालेलुया आमीन होली स्पिरिट दा दौर है और साडियां जिंदगियां दे विच जो कमियां जो खामियां सी ओ पवित्र आत्मा तो बिना नहीं निकल सकदियां राइट क्योंकि जो साडी जिंदगी सीगी वो एक पाप दे विच चलदी हुई सीगी हालेलुया हालेलुया बॉर्न क्रिश्चियन जरूर सी मसीह च जरूर सी पर मसीह वाली लाइफ नहीं सी साडी बिल्कुल बिल्कुल साडी लाइफ नहीं सी पर जदों असी मसीहत नूं जाणिया अपने अंदर लिया उस आत्मा दे बारे सानू वो मैन ऑफ गॉड जेड़े वो आत्मा दे जरिए पवित्र आत्मा दे जरिए उन्हां शब्दां नूं उन्हां प्रचार नूं उन्हां वर्ड ऑफ गॉड नूं दिंदे सी जदों दे रहा सी तो उन्हां ने साडियां जिंदगियां दे विच काम कीता अज तुसी और मैं वो वचनां नूं लैके अज असी बचे हां हालेलुया और वो वचन जो परमेश्वर ने अपने पवित्र कलाम दे विच दित्ते आ उन्हां नूं साफ ते स्पष्ट लिया के पेश कीता आ कोई इधर उधर दी गल नहीं कोई साइड दी कोई गल नहीं सिर्फ अपने कलाम दे विचों पास्टर जी मैं एक क्वेश्चन है मेरा अज असी थोड़े क्वेश्चन और थोड़ी डिस्कस करांगे परमेश्वर दे कलाम दे विचों और कुछ असी वीडियोज देखियां कुछ गल्लां सुनियां जो सानू हर्ट कीतियां कि अज का जो यूथ आ जो परमेश्वर के वध रहा आ उन्होंने लिए एक मैनू लगता जो मैं कह रहा जो जिस विषय साढ़े यूथ में लगता जी 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 उस चीज़ को देख के डिप्रैसड होंगे और वो चीज़ एक ठुकर का कारण है और शंका चाहते बिल्कुल पास्टर जी और मेरा सवाल है पास्टर जी कि कुछ परसन के कोल मैं सुनया कि कुछ एक वीडियो देखी मैं वो कि अज पंजाब दे विच कलीसिया सुती है ओके पर जो अज जो जिस विषय दे लई आपां कट्ठे होए कलीसिया कि तुसी दस सकदे हो कलीसिया सुती है सचमुच कलीसिया सो चुकी आ पाप दे लई आमीन हालेलुया आमीन अज तो मैं थानू बस सीरियस कह रहा हूं और असीं चर्चिस में देख रहे हैं चर्च के एक पास्टर सेगा और वो पास्टर असं आप चर्च से देखते पास्टर से आत्मिक होंगे सिर्फ एक ही परसन आत्मिक होंगे एक चर्च वो भी सिर्फ पास्टर होंगे और वो पास्टर जो प्रीच करते
ਸ਼ੁਰੂ ਤੋਂ ਲੈ ਕੇ ਲਾਸਟ ਤੱਕ ਕੋਈ ਪ੍ਰੀਚ ਕਰਦੇ ਰਹੇ ਮਨ ਫਿਰਾਓ ਮਨ ਫਿਰਾਓ ਮਨ ਫਿਰਾਓ ਜੀ ਜੀ ਉਹ ਐਵਰੀ ਟਾਈਮ ਮਨ ਫਿਰਾਓ ਮਨ ਫਿਰਾਓ ਉਹ ਯਕੀਨ ਮੰਨੋ ਕਿ ਜਿਹੜੇ ਜਵਾਨ ਯੂਥ ਸੀਗੀ ਉਹ ਨਹੀਂ ਬਦਲਦੇ ਸੀਗੇ ਲੇਕਿਨ ਜਿਹੜਾ 10 ਤੋਂ ਇਹ ਜਿਹੜਾ ਟਾਈਮ ਬੀਤਿਆ ਸੱਚਮੁੱਚ ਉਹ ਪਰਸਨ ਨੇ ਬਿਲਕੁਲ ਰਾਈਟ ਗੱਲ ਕਿ ਕਲੀਸਿਆ ਸੋ ਚੁੱਕੀ ਹੈ ਉਹਨੇ ਪੂਰੀ ਡਿਫਾਈਨ ਨਹੀਂ ਕੀਤਾ ਕਲੀਸਿਆ ਸੱਚਮੁੱਚ ਸੋ ਚੁੱਕੀ ਹੈ ਪਾਪ ਦੇ ਲਈ ਸੋ ਚੁੱਕੀ ਹੈ ਜੀ 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 ਦੁਨੀਆਂ ਦੇ ਲਈ ਸੋ ਚੁੱਕੀ ਹੈ ਜੀ ਬਿਲਕੁਲ ਔਰ ਪਾਪ ਦੇ ਲਈ ਔਰ ਲਾਲਚ ਦੇ ਲਈ ਸੋ ਚੁੱਕੀ ਹੈ ਨਸ਼ਿਆਂ ਦੇ ਲਈ ਸੋ ਚੁੱਕੀ ਹੈ ਅਸੀਂ ਦੇਖਦੇ ਹਾਂ ਥਾਊਜ਼ੈਂਡਸ ਟੈਸਟੀਮਨੀਆਂ ਸਮਾਈਲ ਆ ਜਾਂਦੀ ਹੈ ਇੱਕ ਬਿਗ ਸਮਾਈਲ ਫੇਸ 'ਤੇ ਆ ਜਾਂਦੀ ਹੈ ਕਿ ਖੁਦਾ ਯੂਜ਼ ਕਰ ਰਿਹਾ ਔਰ ਮੈਂ ਸੱਚਮੁੱਚ ਸਾਰਿਆਂ ਨਾਲੋਂ ਵੱਡੀ ਗੱਲ ਕਿ ਅਸੀਂ ਇਹ ਬ੍ਰਦਰ ਸੈਮ ਪਾਸਟਰ ਰਾਜੂ ਜੀ ਔਰ ਮੈਂ ਪਾਸਟਰ ਜੌਨ ਮਸੀ ਸਾਡੀ ਏਜ ਜ਼ਿਆਦਾ ਨਹੀਂ ਆ ਮੈਂ ਮੇਰੀ ਏਜ ਆ 22 ਆ ਇਹ ਬ੍ਰਦਰ ਵੀ 24 ਦੇ ਆ ਔਰ ਸੱਚਮੁੱਚ ਅਸੀਂ ਸੌ ਚੁੱਕੇ ਹਾਂ ਸਾਡੀ ਚਰਚ ਸੱਚਮੁੱਚ ਬਿਗੈਸਟ ਚਰਚਿਸ ਵੀ ਸੌ ਚੁੱਕੀਆਂ ਨੇ ਔਰ ਬਿਗੈਸਟ ਜਿਹੜੇ ਪਾਸਟਰ ਉਹ ਵੀ ਸੌ ਚੁੱਕੇ ਆ ਪਾਪ ਦੇ ਲਈ ਔਰ ਪਰਮੇਸ਼ਰ ਦੇ ਜੀ ਉੱਠੇ ਆ ਬਿਲਕੁਲ 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 ਪਾਸਟਰ ਜੀ ਔਰ ਸੋਰੀ ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ ਇੱਕ ਖਾਸ ਹੋਰ ਪਾਸਟਰ ਜੀ ਮੈਂ ਗੱਲ ਨੋਟ ਕੀਤੀ ਉੱਥੇ ਕਿ ਤੁਸੀਂ ਦੱਸੋ ਕਿ ਤੁਸੀਂ ਸਭ ਵੀ ਦੇਖ ਰਹੇ ਹੋ ਤੁਸੀਂ ਦੱਸੋ ਪਾਸਟਰ ਜੀ ਕਿ ਮਿਰਕਲਸ ਹੋਣਾ ਗਲਤ ਹੈ ਬਿਲਕੁਲ ਨਹੀਂ ਜੀ ਸਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਜੀ ਯਰਮਾਇਆ ਔਨ ਦਾ ਚੈਪਟਰ 32 ਔਨ ਦੀ 27 ਵਰਸ ਨੂੰ ਪੜ੍ਹੋ ਮੈਂ ਤੁਹਾਡਾ ਆਂਸਰ ਦੇਣਾ ਚਾਹੁੰਦਾ ਕਿਉਂਕਿ ਕਲਾਮ ਤੋਂ ਵਿੱਚੋਂ ਤੁਹਾਨੂੰ ਆਂਸਰ ਦਾਂਗਾ ਜੀ ਜੀ ਤੁਸੀਂ ਪੁੱਛਿਆ ਕਿ ਚਮਤਕਾਰ ਕਰਨੇ ਮਰੈਕਲ ਕਰਨੇ ਕਿ ਇਹ ਬੁਰੇ ਆ ਬਿਲਕੁਲ ਬਸ ਜੀ ਅੱਜ ਇਹ ਇੱਕ ਦਾ ਸਵਾਲ ਨੀਗਾ ਕਿਉਂਕਿ ਅੱਜ ਬਹੁਤ ਕਲੀਸੀਆ ਦੇ ਵਿੱਚ ਇਸ ਚੀਜ਼ ਨੂੰ ਲਿਆ ਕੇ ਉਹ ਜਿਹੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਇੱਕ ਇਹ ਸਵਾਲ ਨੂੰ ਉਹਨਾਂ ਦੇ ਦਿਲਾਂ ਦੇ ਵਿੱਚ ਪੈਦਾ ਕਰਕੇ ਉਹਨਾਂ ਨੂੰ ਮਸੀਹ ਤੋਂ ਦੂਰ ਕੀਤਾ ਜਾਂਦਾ ਹੈ ਉਹਨਾਂ ਖਾਸ ਕਰਕੇ ਆਤਮਿਕਤਾ ਤੋਂ ਦੂਰ ਕੀਤਾ ਜਾਂਦਾ ਮੇਨ ਜਿਹੜੀ ਮਾਇਨੇ ਚੀਜ਼ ਰੱਖਦੀ ਆ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਆਤਮਿਕਤਾ ਦੇ ਵਿੱਚ ਵਧਾਈਏ ਨਾ ਕਿ ਇਹ ਗਲਤ ਗੱਲਾਂ ਦੇ ਪਾਸਟਰਸ ਪ੍ਰੋਫਿਟ ਅਪੋਸਟਲਸ ਔਰ ਟੀਚਰ ਔਰ ਜਿਹੜੇ ਉਪਦੇਸ਼ਕ ਆ ਬਾਈਬਲ ਚ ਲਿਖਿਆ ਕਲੀਸਿਆ ਦੀ ਉਨਤੀ ਦੇ ਲਈ ਦਿੱਤੇ ਗਏ ਬਿਲਕੁਲ ਤੁਸੀਂ ਮੇਰੇ ਨਾਲ ਇੱਕ ਪਲੀਜ਼ ਵਚਨ ਨੂੰ ਪੜ੍ਹੋ ਯਰਮਾਇਆ ਚੈਪਟਰ 32 ਔਨ ਦਾ 7 ਸੈਸ 27 ਵਚਨ ਜੀ 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 ਪੜ੍ਹੋ ਬ੍ਰਦਰ ਪੰਜਾਬੀ ਦੇ ਵਿੱਚ ਪੜ੍ਹੋ ਵੇਖ ਮੈਂ ਸਾਰੇ ਬਸ਼ਰ ਦਾ ਯਹੋਵਾ ਪਰਮੇਸ਼ੁਰ ਹਾਂ ਕਿ ਕੋਈ ਕੰਮ ਮੇਰੇ ਲਈ ਕਠਿਨ ਹੈ ਇਸ ਵਚਨ ਉੱਤੇ ਖੁਦਾ ਕਹਿ ਰਿਹਾ ਪਾਸਟਰ ਜੀ ਕੀ ਮੇਰੇ ਲਈ ਕੋਈ ਕੰਮ ਕਠਿਨ ਹੈ ਬਿਲਕੁਲ ਮੈਨੂੰ ਦੱਸੋ ਕਿ ਅੱਜ ਇੱਦਾਂ ਦੇ ਮਿਰੈਕਲਸ ਹੋ ਰਿਹਾ ਪੰਜਾਬ ਦੇ ਵਿੱਚ ਕਿ ਜੈਂਡਰ ਚੇਂਜ ਹੋਇਆ ਰਸੋਲੀਆਂ ਗਾਇਬ ਹੋ ਰਹੀਆਂ ਉਹ ਪਾਸਟਰ ਜੀ ਮੈਂ ਤੁਹਾਨੂੰ ਇੱਕ ਸ਼ੇਅਰ ਦੱਸਣਾ ਚਾਹਾਂਗਾ ਸਾਡੇ ਇੱਕ ਚਰਚ ਦੇ ਵਿੱਚ ਲਾਸਟ ਸੰਡੇ ਟੈਸਟੀਮਨੀ ਲੇਡੀ ਸੀ ਉਹਦੇ 15 mm ਦੀ ਅਤੇ 11 mm ਦੀ ਰਸੋਲੀ ਸੀ ਜਿੱਦਾਂ ਹੀ ਚਰਚ 'ਚ ਆਈ ਪ੍ਰੇਅਰ ਸੁਣੀ ਔਰ ਪ੍ਰੇਅਰ ਸੁਣਨ ਤੋਂ ਬਾਅਦ ਉਹਨੇ ਵਿਸ਼ਵਾਸ ਦੇ ਨਾਲ ਉਹਨੇ ਵਿਸ਼ਵਾਸ ਦੇ ਜਾ ਕੇ ਸਕੈਨ ਕਰਾਇਆ ਉਹੀ ਡਾਕਟਰ ਹੈਰਾਨ ਉਹੀ ਅਲਟਰਾਸਾਊਂਡ ਕਰਨ ਵਾਲਾ ਪਰਸਨ ਹੈਰਾਨ ਕਹਿੰਦਾ ਤੁਸੀਂ ਮੈਡੀਸਨ ਕਿੱਥੋਂ ਲਈ ਔਰ ਉਹਨਾਂ ਦੀਆਂ ਰਸੋਲੀਆਂ ਔਰ ਮੈਂ ਖੁਦ ਇੱਕ ਮੈਡੀਕਲ ਪ੍ਰੋਫੈਸ਼ਨ ਦਾ ਪਰਸਨ ਵੀ ਹਾਂ ਔਰ ਮੈਂ ਜਾਣਦਾ ਬਿਨਾਂ ਸਰਜਰੀ ਬਿਨਾਂ ਟ੍ਰੀਟਮੈਂਟ ਤੋਂ ਕਿਉਂਕਿ ਮੈਡੀਸਨ ਸਰਜਰੀ ਇਹਦਾ ਹੱਲ ਹੈ ਲੇਕਿਨ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਹੋ ਰਹੀਆਂ ਹੈ ਆਮੇਨ ਹਾਲੇਲੂਯਾ ਔਰ ਸ਼ੈਤਾਨ ਦੇ ਇੱਕ ਵੱਡੇ ਗਰੋਹ ਨੂੰ ਸ਼ੈਤਾਨ ਦੀ ਵੱਡੇ ਗਰੁੱਪ ਨੂੰ ਫੇਲ ਕੀਤਾ ਜਾ ਰਿਹਾ ਜਿਹੜਾ ਕੈਂਸਰ ਪੈਦਾ ਕਰਦਾ ਜੀ 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 ਪਰ ਕਲਾਮ 'ਚ ਲਿਖਿਆ ਕਿ ਮਿਰੈਕਲ ਕਰ ਸਕਦਾ ਖੁਦਾ ਕੀ ਪਰਮੇਸ਼ਰ ਦੇ ਲਈ ਕਠਿਨ ਆ ਕੰਮ ਕਰਨਾ ਪਾਸ਼ੀ ਮੈਨੂੰ ਤੁਸੀਂ ਦੱਸੋ ਬਿਲਕੁਲ ਨਹੀਂ ਤਾਂ ਇਹੀ ਗੱਲ ਮੈਂ ਜਿਹੜੇ ਸਾਨੂੰ ਆਨਲਾਈਨ ਦੇਖ ਰਹੇ ਉਹਨਾਂ ਨੂੰ ਪੁੱਛਣਾ ਚਾਹਾਂਗਾ ਕੀ ਯਹੋਵਾ ਪਰਮੇਸ਼ਰ ਦੀ ਮਿਰੈਕਲ ਚਮਤਕਾਰ ਕਰਨਾ ਕਠਿਨ ਆ ਨੋ 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 ਬਸ ਇਹ ਦੇਖੋ ਸਭ ਤੋਂ ਵੱਡੀ ਚੀਜ਼ ਇਹ ਆ ਕਿ ਅਗਰ ਇਹ ਚੀਜ਼ ਗਲਤ ਹੁੰਦੀ ਤੁਸੀਂ ਮੈਂ ਤੁਹਾਨੂੰ ਤੁਹਾਡੇ ਦੋਨਾਂ ਦੇ ਕੋਲ ਇੱਕ ਕੁਐਸਚਨ ਪੁੱਛਦਾ ਔਰ ਜੋ ਦੇਖ ਰਿਹਾ ਸਾਨੂੰ ਮੈਂ ਉਹਨਾਂ ਦੇ ਨਾਲ ਗੱਲ ਕਰ ਰਿਹਾ ਅਗਰ ਇਹ ਚੀਜ਼ ਰੋਂਗ ਹੁੰਦੀ ਜਦੋਂ ਯਿਸੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਇਸ ਧਰਤੀ 'ਤੇ ਆਏ ਫਿਰ ਉਹਨਾਂ ਨੇ ਮਿਰਕਲ ਕਿਉਂ ਕੀਤੇ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੰਗਿਆਈ ਦੇਣਾ ਮਿਰਕਲ ਕਰਨਾ ਪ੍ਰਭੂ ਯਿਸੂ ਮਸੀਹ ਦਾ ਔਰ ਯਹੋਵਾ ਖੁਦਾ ਦਾ ਇੱਕ ਬਿਹੇਵ ਹੈ ਬਿਲਕੁਲ ਜੀ ਜਿਹਨੂੰ ਕਹਿੰਦੇ ਕਿ ਇੱਕ ਸੁਭਾਅ ਉਹਨਾਂ ਦਾ ਜੀ 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 ਚੰਗਿਆਈ ਕਰਨਾ ਚੰਗਿਆਈ ਤਾਂ ਮੁਫਤ ਵਿੱਚ ਦਿੰਦੇ ਆ ਬਿਲਕੁਲ ਔਰ ਵਚਨ ਦੇ ਜੇ ਆਪਾਂ ਅਕੋਰਡਿੰਗ ਵੀ ਦੇਖੀਏ ਕਿ ਜੇਕਰ ਆਪਣੇ ਕੋਲ ਕੋਈ ਚੀਜ਼ ਹੈ ਮੰਨ ਕੇ ਚਲੋ ਆਪਣੇ ਕੋਲ ਕੋਈ LCD ਵਗੈਰਾ ਹੈ ਜੇ LG ਦੀ ਹੈ ਜਾਂ ਕਿਸੇ ਵੀ ਕੰਪਨੀ ਦੀ ਹੈ ਜਾਂ ਸੋਨੀ ਦੀ ਹੈ ਠੀਕ ਆ ਜੇਕਰ ਆਪਣਾ ਉਹਦਾ ਕੋਈ ਸਿਸਟਮ ਜਾਂ ਕੋਈ ਵੀ ਚੀਜ਼ ਖਰਾਬ ਹੋ ਜੂਗੀ ਤੇ LG ਉਸੇ ਸ਼ੋਰੂਮ ਦੇ ਵਿੱਚੋਂ ਮਿਲੂ ਬਿਲਕੁਲ ਜੋ ਇਨਸਾਨ ਦਾ ਜੋ ਸਪੇਅਰ ਪਾਰਟ ਹੈ ਜਿਹਨੂੰ ਕਹਿੰਦੇ ਇਨਸਾਨ ਦਾ ਜੋ ਅੰਗ ਪੈਰ ਹੈ ਜੀ ਜੀ ਠੀਕ ਆ ਜਦੋਂ ਉਹਦੇ ਵਿੱਚੋਂ ਕੋਈ ਪ੍ਰੋਬਲਮ ਆਉਂਦੀ ਤਾਂ ਸਿਵਾਏ ਪਰਮੇਸ਼ਵਰ ਤੋਂ ਹੋਰ ਕੋਈ ਹੱਲ ਨਹੀਂ ਹੈਗਾ ਕਿਸੇ ਕਿਤੋਂ ਮਿਲ ਜੂਗੀ ਠੀਕ ਆ ਜੇਕਰ ਕੋਈ ਕਿਤੋਂ ਮਿਲੂਗੀ ਵੀ ਤਾਂ ਪੂਰੀ ਕੰਪਲੀਟ ਨਹੀਂ ਮਿਲੂਗੀ ਕਿਉਂਕਿ ਸਵਰਗਦੂਤ ਆਉਂਦੇ ਆ ਔਰ ਇਸ ਤਰੀਕੇ ਨਾਲ ਬੰਦੇ ਦਾ ਆਪਰੇਸ਼ਨ ਕਰਦੇ ਆ ਇੱਕ ਸਕਿੰਟ ਤੋਂ ਪਹਿਲਾਂ ਬਿਨਾਂ ਕਿਸੇ ਜ਼ਖਮ ਹਾਲੇਲੂਯਾ
ਤੁਹਾਡੀ ਗੱਲ ਨੂੰ ਪਤਾ ਕਰਨਾ, ਪੁਰਾਣੇ ਨੇਮ ਦੇ ਵਿੱਚ ਯਹੋਵਾ ਰਾਫਾ ਕਿਹਾ ਜਾਂਦਾ ਸੀਗਾ, ਚੰਗਿਆਈ ਦੇਣ ਵਾਲਾ। ਹਾਲੇਲੂਇਆ, ਅੱਜ ਚੰਗਿਆਈਆਂ ਪਰਮੇਸ਼ਰ ਵੱਲੋਂ ਹੋ ਰਹੀਆਂ, ਖੁਦਾ ਵੱਲੋਂ ਹੋ ਰਹੀਆਂ। ਔਰ ਸੈਕਿੰਡਲੀ ਗੱਲ, ਬਾਈਬਲ ਚ ਲਿਖਿਆ ਕਿ ਅੰਤ ਦੇ ਦਿਨ ਚ ਪਵਿੱਤਰ ਆਤਮਾ ਦਾ ਜ਼ੋਰ ਵਧੇਗਾ ਨਾ ਕਿ ਘਟੇਗਾ। ਹਾਲੇਲੂਇਆ। ਇੱਕ ਹੋਰ ਗੱਲ ਪਸ ਜੀ, ਜਦੋਂ ਪ੍ਰਭੂ ਯਿਸੂ ਮਸੀਹ ਚੰਗਿਆਈਆਂ ਕਰਦੇ ਸੀ, ਜਦੋਂ ਆਪਾਂ ਮਰਕੁਸ ਦੀ ਕਿਤਾਬ ਉਹਦੇ 6 ਦੇ ਅੱਜ ਦੇ 2 ਵਿੱਚ ਵੇਖਦੇ ਹਾਂ, ਤੇ ਉੱਥੇ ਲਿਖਿਆ ਹੋਇਆ ਕਿ ਪ੍ਰਭੂ ਯਿਸੂ ਮਸੀਹ ਜਦੋਂ ਚੰਗਿਆਈਆਂ ਕਰਦੇ ਸੀਗੇ ਤੇ ਪ੍ਰਭੂ ਯਿਸੂ ਮਸੀਹ ਦੇ ਵੱਡੇ ਕੰਮਾਂ ਨੂੰ ਵੇਖ ਕੇ, ਸੋਰੀ ਮੈਂ ਕਿਸੇ ਨੂੰ ਕੁਝ ਲਗਾ ਕੇ ਨਹੀਂ ਕਹਿ ਰਿਹਾ ਕਿਸੇ ਵੀ ਪਾਸਟਰ ਨੂੰ, ਬਟ ਉਸ ਟਾਈਮ ਫਰੀਸੀ ਹੁੰਦੇ ਸੀਗੇ ਜਿਹੜੇ ਉਸ ਟਾਈਮ ਦੇ ਪਾਸਟਰ ਸੀਗੇ, ਉਹ ਪ੍ਰਭੂ ਯਿਸੂ ਮਸੀਹ ਤੋਂ ਹੈਰਾਨ ਹੁੰਦੇ ਸੀਗੇ ਤੇ ਕਹਿੰਦੇ ਸੀ ਇਹ ਕੌਣ ਬੰਦਾ ਜਿਹੜੇ ਇੰਨੇ ਇੰਨੇ ਵੱਡੇ ਕੰਮ ਕਰਦਾ, ਇਹਨੂੰ ਅਧਿਕਾਰ ਕਿਹਨੇ ਦਿੱਤਾ, ਇਹਨੂੰ ਅਧਿਕਾਰ ਕਿਹਨੇ ਦਿੱਤਾ। ਉਹੀ ਸੇਮ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਆਤਮਾ ਅੱਜ ਕਲੀਸਿਆਵਾਂ ਤੇ ਔਰ ਸਪਿਰਚੁਅਲ ਲੋਕਾਂ ਤੇ ਚੱਲਦਾ, ਤੇ ਨਾਲ ਹੀ ਫਰੀਸੀਆਂ ਦਾ ਆਤਮਾ ਵੀ ਨਾਲ ਨਾਲ ਚੱਲਦਾ ਪਿਆ। ਬਿਲਕੁਲ ਪਾਸਟਰ ਜੀ, ਬਿਲਕੁਲ ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਪਾਸਟਰ ਜੀ। ਔਰ ਅਸੀਂ ਜਾਣਦੇ ਹਾਂ ਇਹ ਗੱਲਾਂ ਚੱਲਣੀਆਂ ਆ ਨਾਲ, ਕਿਉਂਕਿ ਜਿਹੜਾ ਵੱਧਦਾ ਉਹਨੂੰ ਵੱਧਦੇ ਨੂੰ ਦੇਖ ਕੇ ਕੋਈ ਜ਼ਿਆਦਾ ਖੁਸ਼ ਤੇ ਨਹੀਂ ਹੁੰਦਾ, ਕਿਉਂਕਿ ਦੇਖੋ ਗੱਲ ਇਹ ਆ ਕਿ ਦੇਖੋ ਅੱਜ ਪਰਮੇਸ਼ੁਰ ਆਪਣੇ ਜੋ ਸੱਚਾਈ ਦੇ ਨਾਲ ਚੱਲਦੇ ਦਾਸ ਆ, ਜਿਹਨਾਂ ਦੇ ਅੰਦਰ ਕਿਸੇ ਦੇ ਲਈ ਕੋਈ ਗੱਲ ਨਹੀਂ, ਕਿਸੇ ਦੇ ਲਈ ਕੋਈ ਨਫ਼ਰਤ ਨਹੀਂ, ਕਿਸੇ ਦੇ ਲਈ ਕੋਈ ਕੋਈ ਘਿਣਨਾ ਨਹੀਂ ਆ, ਦੇਖੋ ਅੱਜ ਪਰਮੇਸ਼ੁਰ ਉਹਨਾਂ ਨੂੰ ਵਧਾ ਰਿਹਾ। ਔਰ ਤੁਸੀਂ ਸਭ ਵੀ ਦੇਖਦੇ ਹੋ ਕਿ ਜਿਹੜੀਆਂ ਬਿਗੈਸਟ ਚਰਚ ਆ, ਤੁਸੀਂ ਅੱਜ ਤੱਕ ਉਹਨਾਂ ਦੇ ਮੂੰਹ ਚੋਂ ਕਿਸੇ ਦੇ ਲਈ ਕੋਈ ਗੱਲ ਸੁਣੀ ਹੋਵੇ, ਸੁਣੀ ਹੋਵੇ ਪਾਸਟਰ, ਸੁਣੀ ਹੋਵੇ ਕਿਸੇ ਦੇ ਕਿਸੇ ਧਰਮ ਦੇ ਖਿਲਾਫ਼ ਸੁਣੀ ਹੋਵੇ ਜਾਂ ਕਿਸੇ ਪ੍ਰੀਸਟ ਦੇ ਖਿਲਾਫ਼ ਸੁਣੀ ਹੋਵੇ, ਉਹ ਕਦੇ ਵੀ ਜੇ ਦੇਖੋ ਇੱਕ ਗੱਲ ਹੋ ਰਿਹਾ ਪਾਸਟਰ ਜੀ, ਜੋ ਜਿਹੜਾ ਇਨਸਾਨ ਵੱਧਦਾ ਆ, ਜਿਹਨੂੰ ਪਤਾ ਕਿ ਮੇਰਾ ਟਾਰਗੇਟ ਕੀ ਆ, ਦੇਖੋ ਜੀ ਜਿਹਨੂੰ ਪਤਾ ਕਿ ਮੇਰੀ ਮੇਰਾ ਜੋ ਪਰਮੇਸ਼ੁਰ ਨੇ ਮੈਨੂੰ ਦਿੱਤਾ ਆ, ਜੋ ਮੇਰੀ ਕਾਲਿੰਗ ਆ, ਜੇਕਰ ਮੈਂ ਉਸ ਵੱਲ ਧਿਆਨ ਦਊਂਗਾ ਤੇ ਮੈਂ ਕਿਸੇ ਦੂਸਰੇ ਵੱਲ ਧਿਆਨ ਨਹੀਂ ਦੇ ਸਕਦਾ, ਜਾਂਦਾ ਹੀ ਨਹੀਂਗਾ, ਜਾ ਸਕਦਾ ਹੀ ਨਹੀਂ ਪਾਸੇ ਹੀ। ਦੇਖੋ ਫਿਰ ਪਰਮੇਸ਼ੁਰ ਉਹਨੂੰ ਵਧਾਊਗਾ। ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਗੱਲਾਂ ਕਰਦੇ ਆ, ਜੋ ਇਹ ਵਿਸ਼ਿਆਂ ਨੂੰ ਰੱਖਦੇ ਆ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਦੇਖੋ ਬਾਈਬਲ ਦੇ ਵਿੱਚ ਲਿਖਿਆ ਕਿ ਜੋਸ਼ ਦੇ ਨਾਲ ਹੋਸ਼ ਹੋਣਾ ਬਹੁਤ ਜ਼ਰੂਰੀ, ਬਹੁਤ ਜ਼ਰੂਰੀ ਆ ਜੀ, ਬਹੁਤ ਜ਼ਰੂਰੀ। ਔਰ ਇਹ ਗੱਲਾਂ ਅਸੀਂ ਆਪਣੇ ਵੱਲੋਂ ਨਹੀਂ ਕਰ ਰਹੇ, ਜੋ ਸਾਨੂੰ ਪਰਮੇਸ਼ੁਰ ਨੇ ਦਿੱਤੀਆਂ ਆ ਅਸੀਂ ਉਹਨਾਂ ਦੇ ਵਿੱਚੋਂ ਕਰ ਰਹੇ ਹਾਂ। ਪਾਸੀ ਤੁਸੀਂ ਦੱਸੋ ਕਿ ਜੋ ਇਹ ਗੱਲ ਹੋ ਰਹੀ ਆ ਕਿ ਜਦੋਂ ਤੁਸੀਂ ਆਪਣੇ ਟਾਰਗੇਟ ਵੱਲ ਧਿਆਨ ਦਿਓਗੇ ਤੁਸੀਂ ਉਦੋਂ ਵਧੋਗੇ, ਤੁਸੀਂ ਕਿਸੇ ਦੇ ਵੱਲ ਦੇਖ ਕੇ ਨਾ ਕਰੋ। ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ, ਜਦੋਂ ਅਸੀਂ ਜ਼ਬੂਰਾਂ ਦੇ ਵਿੱਚ ਪੜ੍ਹਦੇ ਹਾਂ, ਅਸੀਂ ਬਾਈਬਲ ਤੋਂ ਬਾਹਰ ਪਹਿਲੀ ਗੱਲ ਤਾਂ ਨਹੀਂ ਜਾਵਾਂਗੇ। ਬਿਲਕੁਲ ਜੀ, ਦਾਊਦ ਲਿਖਦਾ ਜ਼ਬੂਰਾਂ ਦੇ ਵਿੱਚ ਕਹਿੰਦਾ ਉੱਚਾ ਹੋਣਾ ਨਾ ਚੜ੍ਹਦੇ ਹੋ ਤੇ ਨਾ ਲੈਂਦੇ ਹੋ, ਉੱਚਾ ਹੋਣਾ ਪਰਮੇਸ਼ੁਰ ਦੇ ਵੱਲੋਂ ਹੈ। ਹਾਲੇਲੂਇਆ। ਅੱਗੇ ਉਹਨੇ ਲਿਖਿਆ ਕਹਿੰਦਾ ਪਰਮੇਸ਼ੁਰ ਨਿਆਈ ਹੈ, ਉਹ ਇੱਕ ਨੂੰ ਉੱਚਾ ਤੇ ਦੂਸਰੇ ਨੂੰ ਨੀਵਾਂ ਕਰਦਾ। ਪਰਮੇਸ਼ੁਰ ਉੱਚਾ ਉਹਨੂੰ ਹੀ ਕਰੂਗਾ ਜਿਹੜਾ ਪਰਮੇਸ਼ੁਰ ਦੇ ਆਤਮਾ ਦੇ ਨਾਲ ਔਰ ਪਰਮੇਸ਼ੁਰ ਦੀ ਮਰਜ਼ੀ ਦੇ ਨਾਲ ਚੱਲਦਾ। ਬਿਲਕੁਲ ਜੀ, ਬਿਲਕੁਲ। ਹੋਰ ਤੁਸੀਂ ਪਾਸ ਜੀ ਕਹਿ ਰਹੇ ਹੋ ਅੱਜ ਕੱਲ ਕੀ ਪ੍ਰੋਬਲਮ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸਣਾ। ਅੱਜ ਕਲਾਮ ਚ ਲਿਖਿਆ ਕਿ ਵਿਸ਼ਵਾਸ ਦੇ ਨਾਲ ਚਿੰਨ ਚਮਤਕਾਰ ਹੋ ਸਕਦਾ ਹੈ, ਮਰਕੁਸ ਦੇ ਵਿੱਚ ਲਿਖਿਆ ਹਨਾ 16 ਦੇ ਵਿੱਚ ਚੈਪਟਰ ਦੇ ਵਿੱਚ ਕਿ ਵਿਸ਼ਵਾਸੀਆਂ ਨਾਲ ਇਹ ਚਿੰਨ ਹੋਣਗੇ। ਬਿਲਕੁਲ ਜੀ। ਔਰ ਯਿਸੂ ਮਸੀਹ ਨੇ ਖੁਦ ਪੁਰਾਣੇ ਨੇਮ ਦੇ ਵਿੱਚ ਕਿਹਾ ਵਿਵਸਥਾ ਸਰਦ ਵੀ ਕਿ ਮੈਂ ਤੁਹਾਡੇ ਵਿੱਚੋਂ ਬਿਮਾਰੀਆਂ ਨੂੰ ਖਤਮ ਕਰ ਦਾਂਗਾ, ਤੁਹਾਡੇ ਵਿੱਚੋਂ ਮੈਂ ਚੰਗਿਆਈ ਨੂੰ ਭੇਜਾਂਗਾ, ਜਿਹੜੇ ਰੋਗ ਮਿਸਰੀਆਂ ਦੇ ਉੱਤੇ ਆਏ ਉਹਨਾਂ ਨੂੰ ਮੈਂ ਖਤਮ ਕਰ ਦਾਂਗਾ ਤੁਹਾਡੇ ਵਿੱਚੋਂ। ਔਰ ਯਿਸੂ ਮਸੀਹ ਨੇ, ਤੁਸੀਂ ਪੂਰੀ ਬਾਈਬਲ ਪੜ੍ਹ ਲਓ, ਕਲਾਮ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਨੇ ਬਿਨਾਂ ਆਪਦੇ ਨਬੀ ਤੋਂ ਬਿਨਾਂ ਆਪਦੇ ਬੰਦੇ ਤੋਂ ਕੋਈ ਵੀ ਮਰੈਕਲ ਕੋਈ ਵੀ ਚਮਤਕਾਰ ਪਰਫੋਰਮ ਕੀਤਾ ਹੀ ਨਹੀਂ ਜੀ। ਦੇਖੋ ਮੈਂ ਤੁਹਾਡੀ ਗੱਲ ਥੋੜ੍ਹੀ ਟੋਕਦਾ, ਪਰਮੇਸ਼ੁਰ ਨਬੀਆਂ ਦੇ ਨਾਲ ਇੰਨਾ ਪਿਆਰ ਕਰਦਾ ਹੈ, ਆਪਾਂ ਸਾਰੇ ਸੈਮੂਅਲ ਨੂੰ ਜਾਣਦੇ ਹਾਂ। ਹਾਂਜੀ, ਸੈਮੂਅਲ ਨਬੀ ਨੂੰ, ਜਦੋਂ ਸੈਮੂਅਲ ਨਬੀ ਦੇ ਕੋਲੋਂ ਇਜ਼ਰਾਈਲੀਆਂ ਨੇ ਇੱਕ ਰਾਜੇ ਦੀ ਮੰਗ ਕੀਤੀ, ਪਰਮੇਸ਼ੁਰ ਕਲਾਮ ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਦੁਖੀ ਹੋਏ, ਪਰਮੇਸ਼ੁਰ ਕਹਿੰਦਾ ਸੈਮੂਅਲ ਇਹਨੇ ਤੇਰਾ ਨਹੀਂ ਬਟ ਮੇਰਾ ਇਜ਼ਰਾਈਲੀਆਂ ਨੇ ਵਿਰੋਧ ਕੀਤਾ, ਹੁਣ ਮੈਂ ਇਹਨਾਂ ਨੂੰ ਰਾਜਾ ਜ਼ਰੂਰ ਦੇਵਾਂਗਾ, ਕਿਉਂਕਿ ਇਜ਼ਰਾਈਲੀਆਂ ਨੇ ਪਰਮੇਸ਼ੁਰ ਤੋਂ ਇੱਕ ਨਬੀ ਨਹੀਂ ਮੰਗਿਆ ਕਿ ਪਰਮੇਸ਼ੁਰ ਤੇਰਾ ਸੈਮੂਅਲ ਨਬੀ ਬਜ਼ੁਰਗ ਹੋ ਗਿਆ ਔਰ ਜੋ ਸਾਡੇ ਕੋਲ ਅੱਗੇ ਕੋਈ ਨਬੀ ਨਹੀਂ ਹੈਗਾ, ਸਾਨੂੰ ਨਬੀ ਦੇ ਜੋ ਇਜ਼ਰਾਈਲੀਆਂ ਦੀ ਜਿਹੜਾ ਸਾਡੀ ਕੌਮ ਨੂੰ ਅੱਗੇ ਚਲਾ ਸਕੇ, ਉਹਨਾਂ ਨੇ ਇੱਕ ਰਾਜੇ ਦੀ ਮੰਗ ਕੀਤੀ। ਜਦੋਂ ਅਸੀਂ ਪਰਮੇਸ਼ੁਰ ਦੇ ਦਰਸ਼ਨ ਤੋਂ ਔਰ ਪਰਮੇਸ਼ੁਰ ਦੀ ਆਵਾਜ਼ ਸੁਣਨਾ ਬੰਦ ਕਰ ਦਿੰਦੇ ਹਾਂ ਤੇ ਸਾਡੀ ਲਾਈਫ ਦੇ ਵਿੱਚ ਉਲਝਣਾਂ ਆਉਣਗੀਆਂ, ਕਿਉਂਕਿ ਹੋਲੀ ਸਪਿਰਿਟ ਸਾਡੇ ਕੋਲ ਨਹੀਂ ਰਹਿ ਜਾਂਦਾ ਉਸ ਟਾਈਮ। ਬਿਲਕੁਲ, ਜਦੋਂ ਹੋਲੀ ਸਪਿਰਿਟ ਸਾਡੇ ਕੋਲ ਨਹੀਂ ਹੋਵੇਗਾ ਤੇ ਸਾਨੂੰ ਕੁਝ ਵੀ ਪਤਾ ਨਹੀਂ ਲੱਗੂਗਾ ਕਿ ਅਸੀਂ ਕਿੱਥੇ ਕੀ ਗੱਲ ਕਰਨੀ ਹੈ। ਜੀ ਜੀ ਜੀ। ਔਰ ਬਸ ਜੀ ਇੱਕ ਚੀਜ਼ ਹੋਰ ਕਿ ਮੈਂ ਸੁਣਿਆ ਜਦੋਂ ਮੈਂ ਉਹ ਚੀਜ਼ ਨੂੰ ਦੇਖ ਰਿਹਾ ਸੀ, ਉਹ ਜਦੋਂ ਮੈਂ ਸੁਣ ਰਿਹਾ ਸੀ, ਦੇਖੋ ਅੱਜ ਤੱਕ ਅਸੀਂ ਵੱਧ ਰਹੇ ਹਾਂ ਇੱਕ ਇਸ ਕਲਾਮ ਦੇ ਜ਼ਰੀਏ, ਠੀਕ ਹੈ ਜੀ, ਦੂਸਰਾ ਪਵਿੱਤਰ ਆਤਮਾ ਦੇ ਜ਼ਰੀਏ, ਠੀਕ ਹੈ ਜੀ, ਤੀਸਰਾ ਕਿ ਜੋ ਅਸੀਂ ਮੈਨ ਆਫ ਗੋਡ ਨੂੰ ਸੁਣਦੇ ਹਾਂ, ਉਹਨਾਂ ਦੇ ਵੱਲ ਦੇਖਦੇ ਹਾਂ ਔਰ
ਉਹ ਵਚਨਾਂ ਨੂੰ ਜੋ ਪਰਮੇਸ਼ਵਰ ਦੇ ਦਾਸ ਦੱਸਦੇ ਆ ਉਹਨਾਂ ਨੂੰ ਆਪਣੇ ਅੰਦਰ ਲੈ ਕੇ ਅਸੀਂ ਚੱਲਦੇ ਹਾਂ। ਖਾਸ ਕਰਕੇ ਇਹ ਵਚਨ ਜੋ ਅਸੀਂ ਪੜ੍ਹਦੇ ਹਾਂ, ਕੁਛ ਚੀਜ਼ਾਂ ਜੋ ਸਾਡੇ ਸਮਝ 'ਚ ਨਹੀਂ ਆਉਂਦੀਆਂ ਉਹ ਜਦੋਂ ਉਹਨਾਂ ਨੂੰ ਮੈਨਸ਼ਨ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ ਅਸੀਂ ਸਿੱਖ ਕੇ ਚੱਲਦੇ ਹਾਂ। ਹਾਲੇਲੂਇਆ। ਔਰ ਦੇਖੋ ਸਭ ਤੋਂ ਵੱਡੀ ਚੀਜ਼ ਇਹ ਆ ਕਿ ਜਿੱਥੇ ਗ੍ਰੇਸ ਆ ਉੱਥੇ ਸਾਰਾ ਕੁਛ ਆ। ਬਸ ਮੈਂ ਤੁਹਾਨੂੰ ਇੱਕ ਵਚਨ ਦੇਖਣਾ ਚਾਹਾਂਗਾ, ਸ਼ੇਅਰ ਕਰਨਾ ਚਾਹਾਂਗਾ। ਇਫਸੀਆਂ ਦੀ ਕਿਤਾਬ ਉਹਦਾ 3 ਅਧਿਆਏ ਉਹਦੀ 20 ਵਰਸ ਨੂੰ ਬੜੇ ਧਿਆਨ ਨਾਲ ਟਕਾ ਕੇ ਪੜਿਆ ਜਿਹਨੂੰ, ਕਿ ਇਹ ਵਚਨ ਬੜੇ ਬੜਾ ਅੱਜ ਕਲੀਸੀਆ ਨੂੰ ਅਨਸਰ ਦੇਣ ਵਾਲਾ। ਅੱਜ ਅੱਜ ਇਹ ਵਚਨ ਬਾਈਬਲ ਚ ਲਿਆ, ਵਚਨ ਆਉਣ ਵਾਲੀ ਤਬਾਹੀ ਤੋਂ ਬਚਾਉਣ ਤੇ ਆਜ਼ਾਦੀ ਦਿੰਦਾ। ਆਮੀਨ। ਔਰ ਪਰਮੇਸ਼ਰ ਵਚਨ ਦੇ ਵਿੱਚ ਹੀ ਛੁਪਿਆ, ਇਹ ਵਚਨ ਦੇ ਉੱਤੇ ਵਿਰਾਜਮਾਨ ਹੈ, ਵਚਨ ਦੇ ਵਿੱਚ ਹੀ ਰਹਿੰਦਾ। ਔਰ ਵਚਨ ਯੀਸ਼ੂ ਮਸੀਹ ਨੇ ਆਪਦੇ ਨਾਮ ਨਾਲ ਉਹ ਵਚਨ ਨੂੰ ਮਹੱਤਵ ਦਿੱਤਾ। ਔਰ ਉਹ ਵਚਨ ਕੀ ਕਹਿ ਰਿਹਾ ਧਿਆਨ ਨਾਲ ਸੁਣੋ, ਇਫਸੀਆਂ ਚੈਪਟਰ 3 ਉਹਦਾ 20 ਵਚਨ। ਜੀ ਹਾਂਜੀ। ਹੁਣ ਉਹ ਦੀ ਜਿਹੜਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਜਾਂ ਸੋਚਦੇ ਹਾਂ ਉਸ ਨਾਲੋਂ ਅੱਤ ਵਧੀਕ ਕਰ ਸਕਦਾ ਹੈ, ਉਹ ਸਮਰਥਾਂ ਦੇ ਅਨੁਸਾਰ ਜੋ ਸਾਡੇ ਵਿੱਚ ਪਾਉਂਦੀ ਹੈ। ਇਸ ਵਚਨ ਨੂੰ ਹਿੰਦੀ ਦੇ ਵਿੱਚ ਪਲੀਜ਼ ਪੜ੍ਹਨਾ, 3:20 ਇਫਸੀਆਂ 3:20 ਦੇ ਵਿੱਚ ਪੜ੍ਹੋ ਹਿੰਦੀ ਦੇ ਵਿੱਚ। ਉਹ ਸੁਣੋ, ਔਰ ਮਿਰੈਕਲਸ ਔਰ ਜਿਹੜੇ ਚਮਤਕਾਰ ਅੱਜ ਪੰਜਾਬ ਦੇ ਵਿੱਚ ਹੋ ਰਿਹਾ, ਇੰਡੀਆ ਦੇ ਵਿੱਚ ਹੋ ਰਿਹਾ, ਬਿਗ ਬਿਗ ਲੈਵਲ ਦੇ ਚਮਤਕਾਰ। ਔਰ ਬਾਈਬਲ 'ਚ ਲਿਖਿਆ ਕਿ ਇਹ ਚਮਤਕਾਰ ਆਲਰੇਡੀ ਬਾਈਬਲ ਦੇ ਵਿੱਚ ਦਰਜ ਆ, ਬਾਈਬਲ ਤੋਂ ਬਾਹਰ ਨਹੀਂ ਆ। ਬਿਲਕੁਲ ਜੀ, ਪੜ੍ਹੀਏ। ਹਾਂਜੀ, ਹਿੰਦੀ 'ਚ ਪੜ੍ਹੋ। ਅਬ ਜੋ ਐਸਾ ਸਾਮਰਥੀ ਹੈ, ਕਿਦਾਂ ਹੁਣ ਜੋ ਅਤਿ ਸਾਮਰਥੀ ਹੈ ਕਿ ਹਮਾਰੀ ਬੇਨਤੀ ਸਾਡੀ ਬੇਨਤੀ ਸਾਡੀਆਂ ਸਾਡੇ ਨਿਵੇਦਨਾਂ 'ਚ ਔਰ ਸਮਝ ਸੇ, ਕਿਦਾਂ ਜਿਹੜਾ ਸਾਡੀ ਸਮਝ ਤੋਂ ਪਰੇ ਆ ਔਰ ਕਹੀਂ ਅਧਿਕ ਕੰਮ ਕਰ ਸਕਦਾ ਹੈ। ਪਹਿਲੇ ਨੰਬਰ ਤੇ ਵੇਖਦੇ ਨੇ ਸਾਡੀ ਪ੍ਰੇਅਰ ਤੇ ਸਾਡੀ ਸਮਝ ਤੋਂ ਪਰਾਂ, ਪਰਾਂ ਸਮਝ ਪਾਰ ਕਰਕੇ ਕਿਹੜੇ ਜਿੱਥੇ ਖਤਮ, ਕਿਸੇ ਦੀ ਸੋਚ ਖਤਮ ਹੁੰਦੀ ਨਾ, ਤੁਸੀਂ ਅੰਡਰਸਟੈਂਡ ਹੀ ਨਹੀਂ ਕਰ ਸਕਦੇ ਉਹਦੇ ਕੰਮ ਨੂੰ। ਬਿਲਕੁਲ ਬਿਲਕੁਲ। ਔਰ ਸੱਚਮੁੱਚ ਖੁਦਾ ਦੇ ਕੰਮ ਇਦਾਂ ਦੇ ਹੋ ਰਹੇ ਆ ਕਿ ਜਿਹੜੇ ਸੱਚਮੁੱਚ ਲੋਕਾਂ ਦੇ ਅੰਡਰਸਟੈਂਡ ਚ ਨਹੀਂ ਆ ਰਹੇ, ਉਹਨਾਂ ਲੋਕਾਂ ਦੇ ਅੰਡਰਸਟੈਂਡ ਚ ਨਹੀਂ ਆ ਰਹੇ ਜਿਨ੍ਹਾਂ ਦਾ ਵਿਸ਼ਵਾਸ ਕਰਦੇ। ਹਾਲੇਲੂਇਆ। ਯੈਸ 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 ਪਾਸਟਰ ਜੀ, ਆ ਗਿਆ ਤੁਹਾਡੀ ਗੱਲ ਤੇ। ਜਦੋਂ ਅਸੀਂ ਆਪਾਂ ਮੈਸੇ ਵਚਨ ਨੂੰ ਥੋੜੇ ਅੱਗੇ ਤੋਰਨਾ, ਜਦੋਂ ਅਸੀਂ ਦੇਖਦੇ ਹਾਂ ਪਹਿਲਾ ਕੋਰਿੰਥੀਆਂ ਦੀ 2:4 ਵਿੱਚ, ਔਰ ਪਰਮੇਸ਼ਵਰ ਦਾ ਕਲਾਮ ਦੱਸਦਾ ਕਿ ਪਰਮੇਸ਼ਵਰ ਦਾ ਜਿਹੜਾ ਪ੍ਰੇਰਿਤ ਹੈ ਪੌਲਸ, ਉਹ ਕਹਿੰਦਾ ਪਰਮੇਸ਼ਵਰ ਦੇ ਕੰਮ ਗੱਲਾਂ ਬਾਤਾਂ ਵਾਲੇ ਨੀਗੇ, ਸਮਰਥ ਵਾਲੇ ਤਾਂ ਕਰਨੀ ਵਾਲੇ ਆ। ਜੀ 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 ਜੀ। ਇਹ ਕੰਮ ਉਹਨਾਂ ਲੋਕਾਂ ਦੀ ਸਮਝ ਤੋਂ ਬਾਹਰ ਹੋ ਜਾਂਦੇ ਆ। ਔਰ ਇਹਦਾ ਮਤਲਬ ਕੀ ਹੈ, ਜਿਹੜਾ ਮੈਨ ਆਫ ਗੋਡ ਪਰਮੇਸ਼ਵਰ ਦੇ ਯਿਸੂ ਮਸੀਹ ਦੇ ਨਾਮ 'ਚ, ਫਸਟ ਆਫ ਆਲ ਮੈਂ ਇੱਕ ਗੱਲ ਕਹਿਣ ਦੱਸ ਦੇਣਾ ਚਾਹਾਂਗਾ, ਸਾਰਿਆਂ ਨੂੰ ਚਾਨਣ ਪਾਉਣ ਦੇਣਾ ਚਾਹਾਂਗਾ, ਸ਼ੈਤਾਨ ਕਦੀ ਵੀ ਪਰਮੇਸ਼ਵਰ ਦੀ ਮਹਿਮਾ ਲਈ ਕੰਮ ਨਹੀਂ ਕਰ ਸਕਦਾ, ਔਰ ਨਾ ਹੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਚਮਤਕਾਰ ਕਰੇਗਾ, ਨਹੀਂ ਕਰ ਸਕਦਾ, ਕਿਉਂਕਿ ਸ਼ੈਤਾਨ ਜੇ ਆਪਦੇ ਰਾਜ ਨੂੰ ਆਪ ਹੀ ਢਾਲਦਾ ਪਿਆ ਤੇ ਕਿਵੇਂ ਬਣਿਆ ਰਹੇਗਾ। ਉਹ ਸੁਣੋ, ਔਰ ਜਿੰਨੇ ਚਮਤਕਾਰ ਚਰਚਿਸ 'ਚ ਹੁੰਦੇ ਆ, ਔਰ ਜਿੰਨੇ ਮਿਰੈਕਲ ਯਿਸੂ ਮਸੀਹ ਦੇ ਨਾਮ 'ਚ ਟੈਗ ਹੋ ਕੇ ਹੁੰਦੇ ਆ, ਉਹ ਚਮਤਕਾਰ ਪਰਮੇਸ਼ਰ ਦੇ ਰਾਜ ਦੇ ਲਈ ਹੁੰਦੇ ਆ, ਉਹ ਚੰਗਿਆਈਆਂ ਪਰਮੇਸ਼ਰ ਦੀ ਰਾਜ ਦੇ ਲਈ ਹੁੰਦੀ ਆ। ਅੱਜ ਬੜੇ ਲੋਕ ਅੰਤ ਦਿਨ 'ਚ ਇੱਦਾਂ ਹੋਏਗਾ, ਅੰਤ ਦਿਨ 'ਚ ਉੱਦਾਂ ਹੈਗਾ, ਉਹ ਜੀ ਸੁਣੋ ਮੇਰੀ ਗੱਲ, ਉਹ ਜਿਹੜੇ ਚਿੰਨ ਹੋਣੇ ਆ ਉਹ ਅਲੱਗ ਤਰੀਕੇ ਦੇ ਹੋਣੇ ਆ। ਤੁਹਾਨੂੰ ਮੈਂ ਦੱਸ ਦੇਣਾ ਚਾਹਾਂਗਾ, ਮੈਂ ਮੈਡੀਕਲ ਪ੍ਰੋਫੈਸ਼ਨ ਦਾ ਪਰਸਨ ਆ, ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਿੱਤੀ ਆ ਕਿ ਉਹ ਇੱਕ ਸੈੱਲ ਲੈ ਕੇ ਪੂਰਾ ਔਰਗਨ ਤਿਆਰ ਕਰ ਦਿੰਦੇ ਆ, ਔਰ ਮਿਰੈਕਲ ਕਿ ਇਹ ਕੋਈ ਅਕਾਊਂਟ ਚ ਪਾ ਦਿੰਦੇ, ਕੁਛ ਕਰ ਦਿੰਦੇ, ਏਦਾਂ ਕਰਦੇ ਨੇ, ਨੋ। ਮੈਂ ਉਹਨਾਂ ਲੋਕਾਂ ਨੂੰ ਦੱਸ ਦੇਣਾ ਚਾਹਾਂਗਾ ਕਿ ਯਿਸੂ ਮਸੀਹ ਨੇ ਖੁਦ ਮਨੀ ਮਿਰੈਕਲ ਕੀਤਾ। ਮੈਨੂੰ ਦੱਸੋ, ਯਿਸੂ ਮਸੀਹ ਨੇ ਖੁਦ ਵਧਾਇਆ, ਯਿਸੂ ਮਸੀਹ ਨੇ ਓਇਲ ਜਦੋਂ ਉਹ ਜਿਹੜਾ ਨਬੀ ਸੀਗਾ ਉਹਨੂੰ ਫੜ ਕੇ ਲੈ ਗਏ ਉਹਦੇ ਬੱਚਿਆਂ ਨੂੰ, ਉਹ ਨਬੀ ਮਰ ਚੁੱਕਿਆ ਸੀਗਾ, ਔਰ ਉਹਨੇ ਕਿਹਾ ਕਿ ਤੇਰੇ ਤੋਂ ਕੀ ਹੋ, ਕਹਿੰਦਾ ਮੇਰੇ ਤੋਂ ਓਇਲ, ਇਸ ਤੋਂ ਇਲਾਵਾ ਕੁਛ ਨੀਗਾ। ਉਹਨੇ ਕਿਹਾ ਬਰਤਨ ਲੈ ਆ ਤੇ ਭਰੀ ਜਾ, ਬਿਲਕੁਲ ਉਨੀ ਦੇਰ ਤਾਂ ਜਿੰਦਰ ਕਰਜ਼ਾ ਨਾ ਉਤਰੇ। ਔਰ ਪ੍ਰਭੂ ਯਿਸੂ ਮਸੀਹ ਦੀ ਖਾਸੀਅਤ ਆ ਮਲਟੀਪਲਾਈ ਕਰਨਾ, ਔਰ ਯਿਸੂ ਮਸੀਹ ਨੇ ਮਿਰੈਕਲ ਮਨੀ ਮਿਰੈਕਲ ਕੀਤਾ। ਯਿਸੂ ਮਸੀਹ ਨੇ ਪਤਰਸ ਨੂੰ ਜਾ ਕੇ ਕਿਹਾ, ਜਾ ਮੱਛੀ ਦੇ ਮੂੰਹ ਦੇ ਵਿੱਚ ਇੱਕ ਸਿੱਕਾ ਕੱਢ ਲੈ ਤੇ ਜਾ ਕੇ ਟੈਕਸ ਉਤਾਰ ਦੇ। ਔਰ ਉਹ ਵੀ ਟੈਕਸ ਪਰਮੇਸ਼ਰ ਦੀ ਮਹਿਮਾ ਦੇ ਲਈ ਸੀਗਾ। ਬਿਲਕੁਲ। ਔਰ ਸੇਮ ਚੀਜ਼ਾਂ ਔਰ ਇਹੀ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਹੋ ਰਹੀਆਂ ਨੇ ਤੇ ਹੋਣਗੀਆਂ ਵੀ, ਉਹ ਨਾ ਰੁਕਣਗੀਆਂ। ਔਰ ਚਰਚ ਜਿਹੜੇ ਵੱਧ ਰਹੇ ਆ ਔਰ ਜਿਹੜੇ ਚਰਚ ਆਤਮਾ 'ਚ ਵੱਧ ਰਹੇ ਆ, ਉਹਨਾਂ ਦੇ ਪੇੜ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ। ਬਿਲਕੁਲ। ਦੇਖੋ ਜੀ, ਜਦੋਂ ਆਪਾਂ ਚੰਗਿਆਈਆਂ ਦੀ ਗੱਲ ਤੋਂ ਤੁਰ ਹੀ ਪਏ ਆ, ਤੇ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਚੰਗਿਆਈਆਂ ਹੁੰਦੀਆਂ ਸਮਰਥ ਨਾਲ, ਔਰ ਜਿਹੜੇ ਲੋਕਾਂ ਦੇ ਬਿਮਾਰੀ ਦਾ ਇੱਕ ਜੂੜਾ ਹੁੰਦਾ ਹੈ। ਜਦੋਂ ਅਸੀਂ ਜਸ਼ਾਇਆ ਉਹਦੀ 10 ਅਧਿਆਏ ਉਹਦੇ 27 ਵਚਨ ਨੂੰ ਪੜ੍ਹਦੇ ਹਾਂ, ਤੇ ਵਚਨ ਦੇ ਵਿੱਚ ਲਿਖਿਆ ਕਿ ਹਰੇਕ ਉਹ ਜੂੜਾ
ਜਿਹੜਾ ਤੇਰੇ ਕੰਧੇ ਉੱਤੇ ਜਿਹੜਾ ਤੇਰੇ ਮੋਢੇ ਉੱਤੇ ਉਹ ਅਭਿਸ਼ੇਕ ਨਾਲ ਟੁੱਟੇਗਾ। ਬਿਲਕੁਲ, ਬਿਨਾਂ ਅਭਿਸ਼ੇਕ ਦੇ ਕੋਈ ਚੰਗਿਆਈ ਨਹੀਂ, ਬਿਨਾਂ ਅਭਿਸ਼ੇਕ ਦੇ ਕੋਈ ਮਿਰਕਲ ਨਹੀਂ। ਯੈਸ, ਠੀਕ ਆ, ਬਿਨਾਂ ਅਭਿਸ਼ੇਕ ਦੇ ਕੋਈ ਮਿਰਕਲ ਨਹੀਂ। ਪਰਮੇਸ਼ੁਰ ਦਾ ਅਭਿਸ਼ੇਕ ਉਹਦੇ ਨਬੀਆਂ ਦੇ ਉੱਤੇ ਜਦੋਂ ਆਉਂਦਾ ਸੀਗਾ, ਡੈਫੀਨੇਟਲੀ ਅਸੀਂ ਸਾਰੇ ਜਾਣਦੇ ਅਲੀਸ਼ਾ ਨੂੰ, ਪਰਮੇਸ਼ੁਰ ਦਾ ਅਭਿਸ਼ੇਕ ਅਲੀਸ਼ਾ ਦੇ ਉੱਤੇ ਇੰਨਾ ਜ਼ਿਆਦਾ ਸੀਗਾ। ਵਚਨ ਕਹਿੰਦਾ ਕਿ ਅਲੀਸ਼ਾ ਮਰ ਗਿਆ, ਉਹਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ। ਬਹੁਤ ਸਾਲਾਂ ਦੇ ਬਾਅਦ ਇੱਕ ਬੱਚਾ ਮਰ ਗਿਆ, ਉਸ ਬੱਚੇ ਨੂੰ ਅਲੀਸ਼ਾ ਦੀ ਕਬਰ ਦੇ ਨਾਲ ਪਾਇਆ। ਜਦੋਂ ਕਬਰ ਕੱਢੀ, ਜਦੋਂ ਬੱਚੇ ਨੂੰ ਕਬਰ ਦੇ ਨਾਲ ਪਾਇਆ, ਤੇ ਅਲੀਸ਼ਾ ਦੀ ਹੱਡੀ ਬੱਚੇ ਦੀ ਹੱਡੀ ਨਾਲ ਜਾ ਕੇ ਜਦੋਂ ਟੱਚ ਹੁੰਦੀ ਹੈ, ਅਭਿਸ਼ੇਕ ਨਿਕਲਦਾ ਬੱਚੇ ਦੇ ਵਿੱਚ, ਔਰ ਬੱਚਾ ਜਿਹੜਾ ਮੁਰਦਾ ਸੀ ਉਹ ਜੀਵਿਤ ਹੋ ਜਾਂਦਾ। ਹਾਲੇਲੂਇਆ ਟੂ ਗੋਡ ਗਲੋਰੀ। ਔਰ ਕਲਾਮ 'ਚ ਲਿਖਿਆ ਸੇਮ ਗ੍ਰੇਸ ਯੀਸ਼ੂ ਮਸੀਹ ਆਪਦੇ ਨਬੀਆਂ ਨੂੰ ਦੇ ਕੇ ਗਿਆ, ਆਪਦੇ ਡਿਸਾਈਪਲਸ ਨੂੰ। ਔਰ ਯੀਸ਼ੂ ਮਸੀਹ ਚਮਤਕਾਰ ਕਰਨ ਵਾਸਤੇ ਸਾਨੂੰ, ਯੀਸ਼ੂ ਮਸੀਹ ਨੇ 12 ਚੇਲੇ ਭੇਜੇ। ਯੀਸ਼ੂ ਮਸੀਹ ਨੇ ਕੀ ਕਿਹਾ ਉਹਨਾਂ ਨੂੰ? ਬਾਈਬਲ ਤਾਂ ਪੜ੍ਹਦੇ ਪਰ ਧਿਆਨ ਸਾਰੀ ਚੀਜ਼ ਵੱਲ ਦਿਆ ਕਰੋ। ਉੱਥੇ ਲਿਖਿਆ ਆ ਕਿ ਤੁਸੀਂ ਮੇਰੇ ਨਾਲੋਂ ਵੱਡੇ ਕੰਮ ਕਰੋ। ਹਾਂਜੀ, ਤੇ ਜੋ ਅੱਜ ਅਸੀਂ ਦੇਖਦੇ ਹਾਂ, ਔਰ ਯੂਹੰਨਾ 14 ਦੀ 12 ਦੇ ਵਿੱਚ ਜੀ। ਔਰ ਦੂਸਰੀ ਗੱਲ ਪਾਸੇ ਜੀ, ਕਿ ਇੱਕ ਗੱਲ ਹੋਰ ਆ ਕਿ ਕਹਿੰਦੇ ਆ ਕਿ ਟੈਸਟਮਨੀ ਨੂੰ ਤਿਆਰ ਕੀਤਾ ਜਾਂਦਾ। ਅੱਛਾ ਜੀ, ਸਭ ਤੋਂ ਵੱਡੀ ਅੱਜ ਤੱਕ ਤੁਸੀਂ, ਚਲੋ ਆਪਾਂ ਜਵਾਨ ਆ, ਯੰਗ ਆ, ਸਾਡੀ ਸਮਝ ਸਾਨੂੰ ਪਰਮੇਸ਼ੁਰ ਨੇ ਸੋਚ ਦਿੱਤੀ ਆ, ਜੇ ਅਸੀਂ ਆਪਣੀ ਸੋਚ ਦੇ ਨਾਲ ਸੋਚਦੇ ਹਾਂ ਪਾਸੇ, ਤੁਸੀਂ ਮੈਨੂੰ ਦੱਸੋ ਅੱਜ ਤੱਕ ਤੁਸੀਂ ਕਿਸੇ ਚਰਚ ਵਿੱਚ, ਕਿਸੇ ਕਰੂਸੇਡ ਦੇ ਵਿੱਚ ਕੋਈ ਟੈਸਟਮਨੀ ਕਿਸੇ ਨੂੰ ਤਿਆਰ ਕਰਦਾ, ਜਾਂ ਉਹਨੂੰ ਪਹਿਲਾਂ ਹਫ਼ਤਾ ਪ੍ਰੈਕਟਿਸ ਕਰਵਾਉਂਦਾ ਦੇਖਦੇ ਹੋ, ਤਾਂ ਤੁਸੀਂ ਦੱਸ ਸਕਦੇ ਹੋ ਆਪਣੇ ਜੋ ਲਾਈਵ ਦੇਖ ਰਹੇ ਉਹਨਾਂ ਨੂੰ? ਮੈਂ ਥੋੜਾ ਫਨੀ ਇਸ ਮੂਡ ਚ ਆਨਸਰ ਦਵਾਂਗਾ ਜੀ। ਜੀ, ਦੇਖੋ ਜੀ, ਜਿੱਦਾਂ ਦੇ ਉਹਨਾਂ ਦੇ ਸਵਾਲ, ਜਿੱਦਾਂ ਦੇ ਲੋਕਾਂ ਨੂੰ ਫਸਾਉਂਦੇ ਆ, ਉਹ ਫਨੀ ਆ ਬਸ ਜੀ। ਇਹ ਕੁਐਸਚਨ ਸਾਨੂੰ ਲੋਕਾਂ ਨੇ ਕੀਤੇ, ਅਸੀਂ ਇਸ ਕੁਐਸਚਨਾਂ ਨੂੰ ਲੈ ਕੇ ਤਾਂ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ। ਸਭ ਤੋਂ ਪਹਿਲੀ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਇਹ ਯੂਥ ਦਾ ਮਾਮਲਾ, ਸਭ ਤੋਂ ਵੱਡੀ ਚੀਜ਼ ਇਹ ਹੈ ਯੂਥ ਦਾ, ਕਲੀਸੀਆ ਦਾ, ਕਿਉਂਕਿ ਅੱਜ ਜੋ ਸਾਨੂੰ ਪਰਮੇਸ਼ੁਰ ਨੇ ਖੜੇ ਕੀਤਾ ਆਪਣੇ ਕੰਮ ਦੇ ਲਈ, ਅਸੀਂ ਗਲਤ ਟੀਚਿੰਗ ਦੇ ਵਿੱਚ ਨਹੀਂ ਫਸਣਾ ਚਾਹੁੰਦੇ। ਸਭ ਤੋਂ ਵੱਡੀ ਚੀਜ਼ ਆ, ਔਰ ਜਦੋਂ ਉਹ ਚੀਜ਼ ਸਾਡੇ ਮੂਹਰੇ ਆਈ ਆ, ਅਸੀਂ ਸਭ, ਸਾਰਾ ਯੂਥ ਅਸੀਂ ਉਸ ਚੀਜ਼ ਦੇ ਲਈ ਡਿਸਕਸ ਕੀਤੀ, ਅੱਜ ਤਾਂ ਅਸੀਂ ਤੁਹਾਡੇ ਨਾਲ ਬੈਠੇ ਹਾਂ। ਹਾਲੇਲੂਇਆ, ਪੰਜਾਬ ਜਾ ਚੁੱਕਾ ਜੀ, ਔਰ ਪੰਜਾਬ ਸੱਚਮੁੱਚ ਜਾਗ ਚੁੱਕਾ ਹੈ, ਸੁੱਤਾ ਨਹੀਂ ਹੈ ਪੰਜਾਬ ਜਾਗ ਚੁੱਕਾ ਹੈ, ਆਤਮਾ ਦੇ ਵਿੱਚ ਜਾਗ ਚੁੱਕਾ ਹੈ ਪੰਜਾਬ। ਔਰ ਜੋ ਕਹਿੰਦੇ ਆ ਸ਼ਾਇਦ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੇ, ਕਿਉਂਕਿ ਉਹ ਗ੍ਰੇਸ ਤੋਂ ਦੂਰ ਆ। ਔਰ ਸਾਰਾ ਵੱਡਾ ਸਾਈਨ ਇਹ ਆ, ਪਰਮੇਸ਼ਰ ਦੇ ਕੰਮਾਂ ਦਾ ਤੇ ਹੋਲੀ ਸਪਿਰਿਟ ਦਾ ਪੀਸ ਹੋਏਗਾ ਉੱਥੇ, ਬਿਲਕੁਲ ਠਹਿਰਾ ਹੋਏਗਾ ਉੱਥੇ, ਬਿਲਕੁਲ ਉਹਨਾਂ ਦੀਆਂ ਸੇਵਕਾਈਆਂ ਦੇ ਵਿੱਚ, ਜ਼ਿੰਦਗੀਆਂ ਦੇ ਵਿੱਚ, ਕੰਮ ਕਾਰ ਦੇ ਵਿੱਚ ਠਹਿਰਾ ਹੋਏਗਾ। ਬਿਲਕੁਲ ਜੀ। ਔਰ ਪਾਸੀ, ਤੁਸੀਂ ਉਸ ਗੱਲ ਨੂੰ ਤੁਸੀਂ ਮੈਂਸ਼ਨ ਕਰੋ ਕਿ ਗਵਾਈ ਟੈਸਟਮਨੀ ਤੁਸੀਂ ਇੱਕ ਬੰਦੇ ਨੂੰ ਤਿਆਰ ਕਰ ਸਕਦੇ ਹੋ ਕਿ ਹਾਂ ਵੀ ਅੱਜ ਤੈਨੂੰ ਇੰਨੇ ਪੈਸੇ ਦੇਵਾਂਗੇ ਕਿ ਅਸੀਂ ਅੱਜ ਤੂੰ ਆਹ ਕੰਮ ਕਰਨਾ ਹੈ। ਦੇਖੋ ਜੀ, ਹੋ ਸਕਦਾ ਪਾਸੇ ਜੀ, ਮੇਰੀ ਬਿਲਕੁਲ ਬਾਈਬਲ ਚ ਲਿਖਿਆ ਯੀਸ਼ੂ ਮਸੀਹ ਨੇ ਕਹਿੰਦਾ ਇੰਨੇ ਕੰਮ ਕੀਤੇ, ਜੇ ਕਹਿੰਦਾ ਉਹਨਾਂ ਨੂੰ ਲਿਖਿਆ ਜਾਵੇ ਤੇ ਉਹ ਕਿਤਾਬਾਂ ਧਰਤੀ ਤੇ ਸਮਾ ਹੀ ਨਹੀਂ ਸਕਦੀਆਂ। ਬਿਲਕੁਲ, ਕਲਾਮ ਚ ਲਿਖਿਆ ਯੀਸ਼ੂ ਮਸੀਹ ਦਾ ਨਾਮ ਤੇ ਯੀਸ਼ੂ ਮਸੀਹ ਦੀ ਪ੍ਰੈਜੈਂਸ ਇੰਨੇ ਚਮਤਕਾਰ ਕਰਦੀ ਸੀਗੀ ਤੇ ਕਰਦੀ ਪਈ ਤੇ ਕਰਦੀ ਰਹੇਗੀ, ਤੇ ਉਹ ਟੈਸਟਮਨੀ ਆਪਾਂ ਲਿਖੀ ਜਾਈਏ ਜੇ ਤੇ ਕਦੀ ਵੀ ਆਪਣੀ ਸਮਾ ਕੇ ਨਹੀਂ ਰੱਖ ਸਕਦੇ। ਬਿਲਕੁਲ ਬਿਲਕੁਲ। ਔਰ ਕਲਾਮ ਚ ਲਿਖਿਆ, ਮੈਂ ਥੋੜਾ ਫਨੀ ਆਨਸਰ ਦੇਣਾ ਚਾਹਾਂਗਾ, ਬਈ ਪੈਸੇ ਦਿੱਤਿਆਂ ਤਾਂ ਕੋਈ ਰੈਲੀ ਤੇ ਵੀ ਨਹੀਂ ਜਾਂਦਾ ਮੰਤਰੀਆਂ ਦੀ। ਜੀ 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 ਜੀ। ਔਰ ਹਾਲੇਲੂਇਆ, ਔਰ ਕਿੰਨਿਆਂ ਨੂੰ ਕੋਈ ਪੈਸੇ ਦੇ ਦੇਗਾ? ਔਰ ਕਿੱਦਾਂ ਅੱਜ ਕੁਛ ਲੋਕ ਆਪਦੀ ਜੈਲਸ ਦੇ ਕਰਕੇ, ਆਪਦੇ ਘੱਟ ਵਿਸ਼ਵਾਸ ਕਰਕੇ, ਘੱਟ ਨੌਲੇਜ ਦੇ ਕਰਕੇ ਜਾਂ ਜ਼ਿਆਦਾ ਨੌਲੇਜ ਦੇ ਕਰਕੇ ਰੱਬ ਦੇ ਕੰਮ ਨੂੰ ਬਾਉਂਡ ਕਰਨਾ ਚਾਹੁੰਦੇ ਆ, ਬੰਨਣਾ ਚਾਹੁੰਦੇ ਆਪਦੀ ਸਮਝ ਦੇ ਨਾਲ। ਕਲਾਮ ਕੀ ਕਹਿ ਰਿਹਾ? ਉਹਦੇ ਕੰਮ ਦਾ ਸਾਡੀ ਸਮਝ ਤੋਂ ਪਰਾਂ। ਬਿਲਕੁਲ, ਅਸੀਂ ਸਮਝ ਨਹੀਂ ਸਕਦੇ। ਔਰ ਜੋ ਟੈਸਟਮਨੀ ਤਿਆਰ ਹੁੰਦੀ ਹੈ ਉਹ ਪਵਿੱਤਰ ਆਤਮਾ ਦੇ ਜ਼ੋਰ ਦੇ ਨਾਲ ਤਿਆਰ ਹੁੰਦੀ ਹੈ, ਪਵਿੱਤਰ ਆਤਮਾ ਦੇ ਯਿਸੂ ਮਸੀਹ ਦੇ ਬਲੱਡ ਦੇ ਨਾਲ ਚੰਗਿਆਈ ਤਿਆਰ ਹੁੰਦੀ ਹੈ। ਔਰ ਜੋ ਮਿਰੈਕਲ ਪਰਫਾਰਮ ਕੀਤੇ ਜਾਂਦੇ ਪਰਮੇਸ਼ਰ ਦੀ ਦੇਖ ਤੇ ਰੇਖ ਤੇ ਸਵਰਗ ਦੇ ਹੇਠਾਂ ਯਿਸੂ ਮਸੀਹ ਦੇ ਨਾਮ ਚ ਕੀਤੇ ਜਾਂਦੇ ਆ। ਔਰ ਕਲਾਮ ਚ ਲਿਖਿਆ ਇੱਕ ਵਚਨ ਮੈਂ ਪੜ੍ਹਨਾ ਚਾਹਾਂਗਾ ਮੈਂ ਤੁਹਾਡੇ ਨਾਲ, ਐਕਟਸ ਉਹਦਾ ਚੈਪਟਰ ਖੋਲੋ ਮੇਰੇ ਨਾਲ ਤੁਸੀਂ, ਬੋਲੋ ਬੋਲੋ ਬਸ, 30 ਵਚਨ ਨੂੰ ਖੋਲੋ। ਓ ਆਪਣੇ ਹੱਥ, ਮੇਰਾ ਬੜਾ ਜ਼ਬਰਦਸਤ ਵਚਨ ਆ, ਹੋਲੀ ਸਪਿਰਿਟ ਨੇ ਹੁਣੇ ਮੇਰੇ ਮਾਇੰਡ ਦੇ ਵਿੱਚ ਵਚਨ ਨੂੰ ਪਾਇਆ। 4:29 ਚੈਪਟਰ 4 ਉਹਦਾ 29 ਵਚਨ ਜੀ।
आओ एक मनुष्य को देखो जिसने सब कुछ जो मैंने किया मुझे बता दिया, कहीं यही तो मसीह नहीं है। वह नगर से निकलकर उसके पास आने लगे। इस बीच उसके चेलों ने यीशु से विनती की, हे रब्बी कुछ खा ले। परंतु उसने उनसे कहा, मेरे पास खाने के लिए ऐसा भोजन है जिसे तुम नहीं जानते। और जो यीशु मसीह दे विच परसन आ जाता, यीशु मसीह उन्हें आपकी देह खाने लिए देंदा, आपका ब्लड देंदा पीन दे लई, वह इन्ना सामर्थी हो जाता शैतान के बंधना दे विच रूहां ते सोल्स नू बचा के लै आंदा। आमीन जी जी। रसूलों के करतब, हुण मेरे नाल खोलो रसूलों के करतब, उनका चैप्टर 4 उनका 29 वचन 31 वर्स तक। जी जी। और मिरेकल उही कर सकता यीशु। एक एक मैं एक गल याद आ गई पास जी, जो यीशु मसीह ने अन्ने नू ठीक किया, वो कहते वो अधर्मी, और अन्ने ने कहा कि मैं अज तक नहीं देखा कि कोई अधर्मी बंदा यीशु मसीह, कोई अधर्मी बंदा किसी अन्ने दी अखा खोले, यानी कि कोई अधर्मी बंदा चमत्कार करे। सचमुच चमत्कार उन्हां लोकां नाल ही हुंदे आ जिहड़े लोक यीशु मसीह दे विच संपूर्ण आ, आपदे चरित्र च वी, आपदे जज्बातां च वी, और अपनी समझ दे विच वी, और खुदा दे विच वी। इस वचन नूं देखो मेरे नाल, प्रेरितों के काम 30 हुंदा, 4 हुंदा 30 वचन। जी, हमारे बाप दादाओं के परमेश्वर ने यीशु को जिलाया जिसे तुमने क्रूस पर लटकाकर मार डाला था, उसी को परमेश्वर ने प्रभु और उद्धारकर्ता ठहराकर अपने दाहिने हाथ पर ऊंच कर दिया है कि वह इसराइलियों को मन फिराव की शक्ति और पापों की क्षमा प्रदान करे। सुनो, यीशु मसीह ने यह वर्क नू कर दिता। क्यों कर दिता? कि वह मन फिरा लैन ते बचाए जान। इहदा मतलब जिहड़ा चमत्कार हुंदा है वह मन फिराण नू तैयार करदा है। जी, एक गवाही परमेश्वर दे जान दे यीशु मसीह दे उहनां दी लाइफ च एंटर होण दे लई रास्ता तैयार करदी है। बिल्कुल बिल्कुल पासे जी। हां जी, प्रभु यीशु मसीह ने कहा सीगा कि जेकर मैं चमत्कार ना करा, जेकर मैं चमत्कार ना करा तो यह कौम यह पीढ़ी कदे विश्वास नहीं करूगी। गवाही एक होंगी विश्वास नू पैदा करने दे लई। जेकर आप देखिए कि जो प्रभु यीशु मसीह पहाड़ तो थले आते हैं तो थले एक दुष्ट आत्मा उन्होंने मिलता प्रभु यीशु मसीह नू। वह केड़ा दुष्ट आत्मा? उनका मुंडे का प्यो कहता पाया, कहता कि मेरे मुंडे दे विच दुष्ट आत्मा है। जो दुष्ट आत्मा दे विच आउंदा कदी अग विच जांदा कदी पानी विच जांदा, और प्रभु यीशु मसीह ने दुष्ट आत्मा नू झिड़किया तो दुष्ट आत्मा गया। ਆਪਾਂ ਉਹਨੂੰ ਕੀ ਕਹਿ ਸਕਦੇ ਕਿੰਨੇ ਪੈਸੇ ਵੀ ਯਿਸੂ ਮਸੀਹ ਨੇ ਖਰੀਦਿਆ? ਕੁਛ ਟਿੱਪਣੀ ਕਰ ਸਕਦਾ ਕੋਈ ਪਾਸਟਰ ਹੁੰਦੇ? ਜਾਂ ਜਦੋਂ 38 ਸਾਲ ਦੇ ਅਧਰੰਗੀ ਨੂੰ ਜਦੋਂ ਪਰਮੇਸ਼ੁਰ ਨੇ ਉਠਾਇਆ ਉਹਦੇ ਤੇ ਕੋਈ ਟਿੱਪਣੀ ਕਰ ਸਕਦਾ? ਬਿਲਕੁਲ ਨਹੀਂ, ਬਿਲਕੁਲ 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 ਨਹੀਂ ਪਾਸਟਰ ਜੀ। ਔਰ ਇਸ ਸਵਾਲ ਦਾ ਜਵਾਬ ਸ਼ਾਇਦ ਉਹਨਾਂ ਲੋਕਾਂ ਨੂੰ ਮਿਲ ਚੁੱਕਾ ਹੋਊਗਾ ਕਿ ਜਿਹੜੇ ਇਸ ਚੀਜ਼ ਦੇ ਵਿੱਚ ਫਸੇ ਆ ਕਿ ਇੱਕ ਮਿਰਕਲ ਜੋ ਪਰਮੇਸ਼ੁਰ ਕਰਦੇ ਆ ਉਸਨੂੰ ਪੈਸਿਆਂ ਦੇ ਨਾਲ ਖਰੀਦਿਆ ਜਾਂਦਾ ਹੈ। ਬਿਲਕੁਲ ਨਹੀਂ, ਇਹ ਚੀਜ਼ ਬਿਲਕੁਲ ਰੋਂਗ ਆ, ਔਰ ਇਹ ਵਚਨ 'ਚੋਂ ਚੀਜ਼ ਬਾਹਰ ਆ। ਮੈਂ ਇਹ ਚੀਜ਼ ਦੱਸਣਾ ਚਾਹੁੰਦਾ ਪਾਸਟਰ ਜੀ ਕਿ ਇਹ ਵਚਨ 'ਚੋਂ ਚੀਜ਼ ਬਿਲਕੁਲ ਬਾਹਰ ਆ। ਔਰ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਪਾਸਟਰ ਜੀ ਦੇਖੋ, ਅੱਜ ਜੇ ਅਸੀਂ ਪਰਮੇਸ਼ੁਰ ਦੇ ਵਿੱਚ ਚੱਲਦੇ ਹਾਂ ਔਰ ਪਰਮੇਸ਼ੁਰ ਦੇ ਕਲਾਮ ਨੂੰ ਜਾਣਦੇ ਹਾਂ ਤਾਂ ਸਾਡਾ ਕੰਮ ਹੀ ਨਹੀਂਗਾ ਕਿ ਅਸੀਂ ਕਿਸੇ ਦੇ ਵਰਖਿਲਾਫ ਬੋਲ ਸਕੀਏ। ਬਸ ਜੀ, ਇਹ ਹੋ ਗਿਆ ਪਰਮੇਸ਼ੁਰ ਦੀ ਸਮਰਥ ਦੇ ਉੱਤੇ ਸ਼ੱਕ ਕਰਨ ਵਾਲੀ। ਬਿਲਕੁਲ ਜੀ, ਸੰਦੇਹ ਪਵਿੱਤਰ ਆਤਮਾ ਦੇ ਉੱਤੇ ਸਿੱਧਾ ਸ਼ੱਕ ਕਰਨਾ ਡਾਇਰੈਕਟਲੀ। ਬਿਲਕੁਲ ਪਾਸਟਰ ਜੀ, ਫਿਰ ਸਾਨੂੰ ਤੇ ਇਹ ਲੱਗਦਾ ਆ ਕਿ ਸ਼ਾਇਦ ਉਹ ਉਹਨਾਂ ਲੋਕਾਂ ਨੂੰ, ਉਹਨਾਂ ਜੋ ਫੱਕੀ ਫਰੀਸੀ ਆ, ਮੈਂ ਤਾਂ ਉਹੀ ਉਹਨਾਂ ਨੂੰ ਦਊਂਗਾ ਜੀ ਨਾਮ ਜੋ ਉਹਨਾਂ ਦਾ ਬਣਦਾ ਆ। ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਕਿ ਉਹਨਾਂ ਨੂੰ ਹੁਣ ਜਿਹੜਾ ਨਾਮ ਦਿੱਤਾ ਆ ਉਹ ਇਸ ਚੀਜ਼ ਦੇ ਲਾਇਕ ਹੀ ਆ। ਠੀਕ ਆ ਜੀ, ਬਾਕੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਪਰਮੇਸ਼ੁਰ ਉਹਨਾਂ ਦੇ ਦਿਲਾਂ ਨੂੰ ਬਦਲੇ ਔਰ ਸਹੀ ਤਰੀਕੇ ਦੇ ਨਾਲ ਉਹ ਪਰਮੇਸ਼ੁਰ ਦੇ ਵਰਕ ਨੂੰ ਕਰਨ, ਲੋਕਾਂ ਨੂੰ ਸਹੀ ਸਿੱਖਿਆ ਦੇਣ, ਗਲਤ ਸਿੱਖਿਆ ਨਾ ਦੇਣ, ਸੰਪੂਰਨ ਗਿਆਨ ਵਰਧਨ ਕਲਾ ਚਰਿੱਤਰ ਦਾ ਨਹੀਂ ਸਮਰਥ ਦਾ ਵੀ। ਬਿਲਕੁਲ ਜੀ ਬਿਲਕੁਲ, ਅੱਜ ਸਮਰਥ ਤੋਂ ਬਿਨਾਂ ਕੁਛ ਨਹੀਂ ਗਾ ਜੀ। ਸਮਰਥ ਰਹਿਤ ਬੰਦੇ ਸਲੋ ਹੋ ਜਾਂਦੇ ਆ। ਜੀ 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 ਜੀ। ਔਰ ਅੱਜ ਪਾਸ ਜੀ ਜੋ ਅੱਜ ਦਾ ਯੂਥ ਆ ਉਹ ਸਭ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ
मेन चीज जो असि नोट की पास जी जो कि अज पंजाब दा यूथ सब तो ज्यादा चेंज हो रहा बिल्कुल ही मैंने सब तो ज्यादा पंजाब दा यूथ चेंज हो रहा और परमेश्वर के कम्मां दे लई उन्हां दे अंदर साढ़े अंदर मैं अपनी गल करदा साढ़े सब यूथ के अंदर इन्नी प्यास आ कि असी परमेश्वर के कम्मां नूं करना सारा कुछ समर्पण करके परमेश्वर के काम करते हैं कि ये चीज़ां तुसी दसो कि पंजाब दे विच जो हो रहा जो मैन ऑफ गॉड एक एडे परमेश्वर अपने मैन ऑफ गॉड नू यूज करता एडे वड्डे कम्मां नू करता उन्हां दे जरिए उन्हां नू देख के यूथ दे अंदर उत्साह पैदा होंदा कि असी भी उदा करना है कि ये चीज गलत है बिल्कुल नहीं जी नो ये रोंग नहीं है क्योंकि परमेश्वर चाहता है कि जवाना तो कम रहना बिल्कुल जी ठीक है जी एक स्पिरिचुअल पास्टर रब का बहुत ग्रेट परसन है वह गल सुना कहिंदा कि जेकर आप अंब चूप लीए अंब सारा रस उहदे चों कढ लीए रस कढ के गिटक जी आप किसी नूं दईए कोई ले लूगा नो 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 इसे तरह ही जदों आपां इस टाइम एक फ्रूट की तरह आप अपनी लाइफ नूं जेकर लेके चलीए उहदे चों जेकर सारा कुछ आप कढ लीए बचपन कढ लीए जवानी कढ लीए तो जदों आप बुढ़ापे दे विच जदों कल्ली गिटक अपने विच रह जांदी है परमेश्वर नूं कहूंगा परमेश्वर रिसीव करूगा नो परमेश्वर रख तां लऊगा बट उस तरीके नाल ग्रहण नहीं करूगा क्योंकि वचन दे विच लिखिआ कि हे जवान अपनी जवानी दे दिन अपने करतार नूं चेते रख रिमैंबर कर उहनूं याद रख उहनूं यस यस ठीक है क्योंकि जवानी इक एदां दी चीज है जिहनूं शैतान वी लोचदा और जिन्हों परमेश्वर हदों ज्यादा लोचदा जी 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 क्योंकि जिहड़ी जवानी दे विच जिहड़ा काम परमेश्वर दा करना ठीक है जो जवानी दे विच रह के परमेश्वर दे लई रूहां तैयार करनियां उह असीं बुढ़ापे दे विच नहीं कर सकदे नेवर कदी भी नहीं नो 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 पास जी मैं तुहाडी गल नूं थोड़ा जिहा वड्डा करना मैनूं गल दस्सो जदों इजराइली देश मिखान दे उत्ते कब्जा करदे सी बाइबल च लिखिआ कि इजराइली इन्ने डर गए परमेश्वर की कौम इन्ना डर गई इन्नी बंधन च चली गई आपदा घर छड्ड के दरारा दे विच रहण लग पए ओह आपदा घर परिवार छड्ड के कित्थे रहणा सी दरारा दे विच कहिंदा ओह इदां आंदे सीगे कि जिद्दां टिड्डियां दा दल आंदा उन्हां दे खेत उजाड़ जांदे सीगे उन्हां दे इदां और परमेश्वर ने उत्थे गिदोन नूं अपना स्वर्गदूत भेज के चुनिया उन्हें कहा कि मैं तेरे नाल मैनूं गल दा जवाब दो जे गिदोन इजराइलियां दे विचों ना निकल के लग खड़ा होंदा कि इजराइलियां ने इजराइलियां च दलेरी आनी सी उन्हें बाइबल च लिखा उन्हें बाल दियां की ढाइया वेदियां ढाइया वेदी ढाण तो बाद फिर खुदा ने उन्हूं खड़ा किया उन्हें कहा कि तू की वजह नरसिंगा फूक बाइबल च लिखा उन्हें नरसिंगा फूकिया ते जिहड़े मेरे वर्गे सीगे जवान वह निकल आए कित्थों निकले दरारा च रहिंदे सीगे उह बिल्कुल और इसे तरह जो पास्टर अज का स्पिरिचुअल फास्टर काम कर रहा है जो वड्डे लैवल ते काम कर रहा है जो पवित्र आत्मा च भर के काम कर रहा है जो ओ नरसिंगा एक तरह फूकदे पे आ और साडे वर्गे जिहड़े दलेर जिहड़े डरपोक सीगे जिहड़े छुपे बैठे सी दरारा दे विच ओ बाहर आ रहे और मेरा बिलीवर मेरा फेथ और मेरा पॉइंट ऑफ व्यू आ कि ये राइट आ कि परमेश्वर दे नबियां नूं वेख के एक्साइटमेंट आवे बिल्कुल और उसे नबी नूं वेख के एक्साइटमेंट आएगी जिहड़ा होली गोस्ट दे नाल भरिया होएगा जिहड़ा सचमुच जिहनूं गिदौन दी तरह रब ने दर्शन दित्ता होएगा और चुनिया होएगा कलाम च लिखा परमेश्वर ने कहा तैनूं मैं चुनिया बिल्कुल बिल्कुल जी जदों आपां देखदे वचन दे विच जदों आपां यहोशू वल देखदे आं जदों यहोशू वल देखदे यहोशू यंग सीगा यस 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 और परमेश्वर ने मूसा तो बाद यहोशू तो इन्ना काम लिया आप सारे जानते हैं जी कि प्रजा हले भी रस्ते दे विच सी कि मूसा परमेश्वर दे कोल पहुंच गया परमेश्वर की निगाह कहते यहोशू दे उत्ते क्योंकि यहोशू यंग सीगा परमेश्वर ने किसी बुजुर्ग नूं चुनिया परमेश्वर बुजुर्गों नूं प्यार करता सी उस टाइम पर चुनिया किनूं यहोशू नूं और यहोशू दे द्वारा परमेश्वर ने एडे एडे वड्डे काम कीते एक यरीहो दी दीवार नूं ढाया बिना किसी बल तो बिना किसी बल तो यरीहो की दीवार ढाना अपने तो एक छोटी जी कंध नहीं ढाती और शब्दों के नाल यरीहो की दीवार थले डिगी और परमेश्वर के मैन ऑफ गॉड यहोशू ने जो वर्ल्ड बोले कहता कि यह सूरज तू अपनी जगह से खड़ा रही जिन्ना चिर मैं जंगना जित लवां और उन्होंने वचना के द्वारा सूरज अपनी जगह से खड़ा रहा और वचन कहता कि जिन्ना चिर इजरायली जंग नहीं जिते सूरज अपनी जगह तो नहीं लिया और अज दे टाइम दे विच दिन रात दा फर्क उदा पिया होया सही बिल्कुल राइट साइंस नहीं सही कर सकी इस चीज नूं तेरी गल नूं वड्डा करना चाहांगा एदा ही मैं चलो मैं साइंस दा स्टूडेंट भी हां मैं एक आर्टिकल पढ़ रहा सी उहदे विच लिखिआ कि जदों उहनां ने चंद्रमा ते जाणा सीगा नासा वाले उहनां नूं टाइम फर्स्ट जिहड़ा जा रहा सीगा ਜਦੋਂ ਉਹ ਜਾ ਰਹੇ ਸੀ ਚੰਦਰਮਾ ਦੇ ਤੇ ਉਹਨਾਂ ਨੂੰ ਟਾਈਮ ਨਹੀਂ ਉੱਥੇ ਕਿਹੜਾ ਸੜਕਾਂ ਬਣੀ ਜਾਂਦੀ ਟਾਈਮ ਨਹੀਂ ਮਿਲ ਰਿਹਾ ਸੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਇੰਨਾ ਚੇਂਜ ਆ ਰਿਹਾ ਅਸੀਂ ਆਪਦੇ ਜਿਹੜਾ ਸਪੇਸਸ਼ਿਪ ਨੂੰ ਛੱਡਣਾ ਇੱਧਰ ਨੂੰ ਇੱਧਰ ਨੂੰ ਫਿਰ ਕਿਸੇ ਕੋਈ ਪਰਸਨ ਸੀਗਾ ਉੱਥੇ ਸਾਇੰਟਿਸਟ ਸੀਗਾ ਬਾਈਬਲ ਰੀਡ ਕਰਦੇ ਉਹਨੇ ਪੜ੍ਹਿਆ ਬਾਈਬਲ ਦੇ ਵਿੱਚ ਕਿ ਇਸ ਜਗ੍ਹਾ ਦੇ ਉੱਤੇ ਕਿ
ਧਰਤੀ ਰੁਕੀ, ਫਿਰ ਉਹਨਾਂ ਨੇ ਕੈਲਕੂਲੇਸ਼ਨ ਕਰਕੇ ਰਾਸਤੇ ਨੂੰ ਫਾਇੰਡ ਕੀਤਾ। ਔਰ ਮੈਂ ਤੁਹਾਡੀ ਗੱਲ ਕਰਾਂ ਕਿ ਜਵਾਨ ਹੈ ਨਾ, ਜਵਾਨ ਦੇ ਪਾਸਟ ਦੀ ਗੱਲ ਕੀਤੀ ਜਾਏ ਔਰ ਬਾਈਬਲ 'ਚ ਸਟੀਫਨਸ ਦਾ ਜ਼ਿਕਰ ਨਾ ਕੀਤਾ ਜਾਏ। ਕਲਾਮ 'ਚ ਲਿਖਿਆ ਉਹਨੇ ਪਰਮੇਸ਼ੁਰ 'ਚ ਸੰਪੂਰਨ ਹੋ ਕੇ, ਪਰਮੇਸ਼ੁਰ 'ਚ ਭਰਪੂਰ ਹੋ ਕੇ ਪਰਮੇਸ਼ੁਰ ਦੇ ਨਾਮ ਨੂੰ ਇਸ ਤਰ੍ਹਾਂ ਫੈਲਾਇਆ ਕਿ ਇਸ ਢੰਗ ਦੇ ਨਾਲ ਫੈਲਾਇਆ ਕਿ ਪਰਮੇਸ਼ੁਰ ਦੇ ਨਾਮ ਦੀ ਧੁੰਮ ਪੈ ਗਈ। ਸੋਚੋ ਉਹਨਾਂ ਨੇ ਇੱਕ ਸਟੀਫਨਸ ਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕੀਤੀ, ਕਿੰਨੇ ਸਟੀਫਨਸ ਖੜੇ ਹੋਏ। ਬਿਲਕੁਲ ਜੀ, ਬਿਲਕੁਲ ਬਿਲਕੁਲ। ਜੇਕਰ ਅਸੀਂ ਸਭ ਤੋਂ ਵੱਡੀ ਤੇ ਲਾਸਟਲੀ ਗੱਲ ਕਰੀਏ, ਪ੍ਰਭੂ ਯੀਸ਼ੂ ਮਸੀਹ ਜਿੰਨਾ ਜੰਗ ਕੋਈ ਵੀ ਨਹੀਂ ਸੀਗਾ, ਕੋਈ ਵੀ ਨਹੀਂ ਸੀ। ਰਾਈਟ, ਲਾਸਟ ਗੱਲ। ਯੈਸ, ਜੇ ਪ੍ਰਭੂ ਯੀਸ਼ੂ ਮਸੀਹ ਸੋਚਦਾ ਕਿ ਮੈਂ ਬਜ਼ੁਰਗ ਹੋ ਕੇ ਸੇਵਾ ਕਰੂੰਗਾ ਕੀ ਹੁੰਦੀ? ਕਦੀ ਵੀ ਨਹੀਂ। ਪ੍ਰਭੂ ਯੀਸ਼ੂ ਮਸੀਹ ਜੰਗ ਸੀਗੇ, ਪ੍ਰਭੂ ਯੀਸ਼ੂ ਮਸੀਹ ਜਵਾਨ ਸੀਗੇ। ਸਭ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਨੇ ਵਚਨਾਂ ਨੂੰ ਫੋਲੋ ਕੀਤਾ ਔਰ ਉਸ ਤੋਂ ਬਾਅਦ ਅਸੀਂ ਕਰਨ ਲੱਗੇ ਹਾਂ। ਰਾਈਟ ਰਾਈਟ, ਸਾਡੇ ਲਈ ਸਾਡੇ ਲਈ ਸਿੱਧ ਹੋਇਆ ਉਹ। ਬਿਲਕੁਲ, ਜੇਕਰ ਵਚਨ ਦੇ ਵਿੱਚ ਲਿਖਿਆ ਹੇ ਜਵਾਨ ਆਪਣੀ ਜਵਾਨੀ ਦੇ ਦਿਨ ਆਪਣੇ ਕਰਤਾਰ ਨੂੰ ਚੇਤੇ ਰੱਖ, ਤੇ ਪ੍ਰਭੂ ਯੀਸ਼ੂ ਮਸੀਹ ਉਸ ਗੱਲ ਨੂੰ, ਉਸ ਪ੍ਰੋਫੈਸੀ ਨੂੰ ਪੂਰਾ ਕਰਕੇ ਗਏ, ਉਹਨਾਂ ਵਰਲਡਾਂ ਨੂੰ ਪੂਰਾ ਕਰਕੇ ਗਏ। ਆਪਣੀ ਜਵਾਨੀ ਦੇ ਦਿਨ ਉਹਨੇ ਸਾਡੇ ਲਈ ਜਾਨ ਦਿੱਤੀ। ਹਾਲੇਲੂਯਾ, ਰਾਈਟ ਰਾਈਟ, ਬਿਲਕੁਲ ਰਾਈਟ ਆ। ਬਿਲਕੁਲ, ਸਾਨੂੰ ਆਪਣੇ ਰਾਹਾਂ ਤੇ ਤੋਰਿਆ ਔਰ ਸਾਨੂੰ ਪਰਮੇਸ਼ਵਰ ਦੇ ਨਾਲ ਜੁੜਨ ਦਾ ਵੱਡਾ ਇੱਕ ਰਾਸਤਾ ਦਿੱਤਾ। ਔਰ ਕਿਆ ਰਾਹ, ਸੱਚਾਈ ਤੇ ਜੀਵਨ ਮੈਂ ਹੀ ਹਾਂ। ਪਰ ਯਕੀਨ ਮੰਨੋ, ਬਾਈਬਲ ਵਿੱਚ ਜਦੋਂ ਜਦੋਂ ਇਸਰਾਇਲੀਆਂ 'ਚ ਸ਼ਾਂਤੀ ਰਹੀ, ਜਦੋਂ ਜਦੋਂ ਇਸਰਾਇਲੀਆਂ ਨੇ ਤਰੱਕੀ ਕੀਤੀ, ਜਦੋਂ ਸ਼ਿਬਾ ਦੀ ਰਾਣੀ ਮਿਲਣ ਆਈ, ਉਦੋਂ ਕੌਣ ਸੀਗਾ ਉੱਥੇ? ਜਵਾਨ। ਬਿਲਕੁਲ, ਜਾਂ ਆਪਦੀ ਆਪਦੀ ਏਜ ਦੇ ਵਿੱਚ ਜਾ ਕੇ, ਜਦੋਂ ਜਦੋਂ ਆਪਣੀ ਉਮਰਾਂ ਦੇ ਵਿੱਚ ਉਹ ਰਾਜੇ ਬਣੇ, ਉਹ ਜਵਾਨੀ ਦੇ ਵਿੱਚ ਸੀਗੇ। ਬਿਲਕੁਲ। ਦੇਖੋ ਪਾਸੇ ਜੀ, ਗੱਲ ਜੋ ਵੀ ਆ, ਇਹ ਸ਼ਾਇਦ ਜੋ ਲੋਕ ਜਿਹੜੇ ਇਸ ਸ਼ੰਕਾ ਦੇ ਵਿੱਚ ਸੀਗੇ, ਜਿਹੜੇ ਇਸ ਵਹਿਮ ਦੇ ਵਿੱਚ ਸੀਗੇ, ਜੋ ਉਹਨਾਂ ਲੋਕਾਂ ਦੇ ਜ਼ਰੀਏ ਪਾਏ ਗਏ ਸੀ, ਮੇਰਾ ਵਿਸ਼ਵਾਸ ਹੈ ਕਿ ਅੱਜ ਉਹ ਚੀਜ਼ਾਂ, ਦੇਖੋ ਅੱਜ ਸਾਡਾ ਮਕਸਦ ਮੇਨ ਜੋ ਜਿਸ ਚੀਜ਼ਾਂ ਦੇ ਲਈ ਅਸੀਂ ਬੈਠੇ ਹਾਂ, ਜਿਸ ਚੀਜ਼ ਦੇ ਲਈ ਅੱਜ ਅਸੀਂ ਪਰਮੇਸ਼ੁਰ ਦੇ ਵਚਨ ਨੂੰ ਤੁਹਾਡੇ ਅੱਗੇ ਲੈ ਕੇ ਆਏ ਹਾਂ, ਉਹ ਇਹ ਆ ਕਿ ਜੋ ਲੋਕ ਇਹ ਸਮਝ ਰਿਹਾ ਕਿ ਮਿਰਕਲ ਗਲਤ ਆ ਔਰ ਪਰਮੇਸ਼ੁਰ ਦੇ ਜੋ ਦਾਸ ਖੜ੍ਹੇ ਕੀਤੇ ਆ ਕਿ ਜੋ ਸੋਚ ਰਿਹਾ ਕਿ ਉਹ ਪਰਮੇਸ਼ੁਰ ਦੀ ਵੱਲੋਂ ਨਹੀਂ ਹੋ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਪਰਮੇਸ਼ੁਰ ਆ ਉਹ ਪਰਮੇਸ਼ੁਰ ਹੀ ਆ। ਬਿਲਕੁਲ ਜੀ, ਰਾਈਟ ਰਾਈਟ। ਬਾਈਬਲ 'ਚ ਲਿਖਿਆ ਕਹਿੰਦਾ ਜੋ ਮੈਂ ਆ ਉਹ ਮੈਂ ਹੀ, ਠੀਕ ਹੈ ਜੀ। ਔਰ ਬਾਈਬਲ 'ਚ ਲਿਖਿਆ ਟਾਈਮ ਤੋਂ ਪਹਿਲਾਂ ਕਿਸੇ ਦਾ ਨਿਆਂ ਨਾ ਕਰ। ਅੱਜ ਮੈਂ ਉਹ ਚੀਜ਼ ਪਾਸੇ ਜੀ ਮੈਨੂੰ ਖਾ ਰਹੀ ਸੀ ਵੱਡ ਜਦੋਂ ਮੈਂ ਤੁਹਾਡੇ ਨਾਲ ਨਹੀਂ ਗੱਲ ਕੀਤੀ, ਉਹ ਚੀਜ਼ ਮੈਨੂੰ ਵੱਡ ਖਾ ਰਹੀ ਸੀ ਕਿ ਉਹ ਕਿੱਦਾਂ ਕਹਿ ਸਕਦੇ ਆ ਕਿ ਉਹ ਪੇ ਵੀ ਨਰਕ 'ਚ ਹੋਊਗਾ, ਉਹ ਬੱਚੇ ਵੀ ਨਰਕ 'ਚ ਹੋਣਗੇ, ਕਿੱਦਾਂ, ਕਿਹੜੇ ਕਿਸ ਮਾਇੰਡ ਦੇ ਨਾਲ ਤੁਸੀਂ ਇਸ ਗੱਲ ਨੂੰ ਸੋਚ ਲਿਆ, ਤੁਹਾਨੂੰ ਇਸ ਵਚਨ 'ਚੋਂ ਕਿੱਦਾਂ ਤੁਸੀਂ ਉਹ ਬਾਹਰ ਕਿੱਦਾਂ ਹੋ ਸਕਦੇ? ਪਾਸਟਰ ਜੀ ਤੁਸੀਂ ਦੱਸੋ ਇਸ। ਪਾਸਟਰ ਜੀ, ਕੀ ਵਿਚਾਰ ਹੈ? ਗੱਲ ਇਹ ਹੈ ਕਿ ਸਪਿਰਚੁਅਲ ਸੋਚ ਨਹੀਂ ਹੈਗੀ। ਹਾਂ ਯੈਸ ਸਰ, ਜੇਕਰ ਆਤਮਿਕਤਾ ਵਾਲੀ ਸੋਚ ਉਹਨਾਂ ਦੇ ਵਿੱਚ ਹੋਵੇ ਤਾਂ ਇੰਨੀ ਗੱਲ ਕਿੱਦਾਂ ਕਹਿ ਸਕਦੇ? ਸੁਣੋ ਸਰ, ਮੈਂ ਤੁਹਾਡੀ ਗੱਲ ਨੂੰ ਵੱਡਾ ਕਰਨਾ। ਤੁਸੀਂ ਪ੍ਰੇਰਿਤੋ ਦੇ ਕੰਮ ਪੜ੍ਹ ਲਓ, ਤੁਸੀਂ ਰਸੂਲਾਂ ਦੇ ਕਰਤੱਵ ਪੜ੍ਹ ਲਓ, ਹੈ ਨਾ, ਪ੍ਰੇਰਿਤ ਐਕਟਸ ਪੜ੍ਹ ਲਓ, ਰੋਮੀਓ ਪੜ੍ਹ ਲਓ, ਕੀ ਸੁਸਮਾਚਾਰ ਬਿਨਾਂ ਚਮਤਕਾਰਾਂ ਤੋਂ ਹੋਇਆ? ਨੋ। ਮੈਂ ਤੁਹਾਡੇ ਨਾਲ ਵਚਨ ਇੱਕ ਨੂੰ ਪੜ੍ਹਦਾ, ਪਰ ਹੁਣੇ ਖੁਦਾ ਨੇ ਵਚਨ ਦਿੱਤਾ ਇਹ ਵਚਨ। ਯੈਸ, ਇਹ 'ਚ ਲਿਖਿਆ ਕਿ ਮੇਰਾ ਨਾਮ ਰੋਮੀਓ, ਚੈਪਟਰ 18 ਉਹਦਾ 19 ਵਚਨ, ਉਹਦੇ 19 ਵਚਨ 'ਚ ਲਿਖਿਆ ਕੀ ਹੈ? ਚਿੰਨ ਔਰ ਅਦਭੁਤ ਕਾਮੋ ਕੀ ਸਾਮਰਥ ਸੇ, ਪਵਿੱਤਰ ਆਤਮਾ ਕੀ ਸਾਮਰਥ ਸੇ, ਮੇਰੇ ਹੀ ਦੁਆਰਾ, ਯਹਾਂ ਤੱਕ ਕਿ ਮੈਂ ਯਰੂਸ਼ਲਮ ਸੇ ਲੈ ਕਰ ਚਾਰੋ ਔਰ ਤੱਕ ਮਸੀਹ ਕੇ ਸੁਸਮਾਚਾਰ ਕਾ ਪੂਰਾ ਪੂਰਾ ਪ੍ਰਚਾਰ ਕੀਆ। ਪੌਲਸ ਕਹਿ ਰਿਹਾ ਇਸ ਜਗ੍ਹਾ ਦੇ ਉੱਤੇ। ਹੁਣ ਤੁਸੀਂ ਖੁਦ ਤੁਸੀਂ ਦੇਖੋ ਪਾਸੇ ਜੀ, ਜੋ ਲਾਈਵ ਦੇਖ ਰਿਹਾ ਉਹ ਖੁਦ ਸਮਝਦਾਰ ਆ, ਦੇਖੋ ਪਾਸੇ, ਔਰ ਜਿਨ੍ਹਾਂ ਨੇ ਬਾਅਦ 'ਚ ਵੀ ਦੇਖਣਾ ਔਰ ਸੁਣਨਾ ਆ, ਉਹ ਤੁਸੀਂ ਖੁਦ ਸਮਝਦਾਰ ਹੋ। ਦੇਖੋ ਅਸੀਂ ਜੰਗ ਹਾਂ, ਅਸੀਂ ਖੁਦ ਚੀਜ਼ ਦਾ ਕੁਛ ਗੱਲਾਂ ਦਾ ਅਸੀਂ ਖੁਦ ਫੈਸਲਾ ਕਰਨਾ ਪਾਸੇ ਜੀ। ਦੇਖੋ ਕੁਛ ਗੱਲਾਂ ਸਾਨੂੰ ਪਰਮੇਸ਼ੁਰ ਸਿੱਧੇ ਆ ਕੇ ਨਹੀਂ ਦੱਸਦੇ ਕਿ ਆਹ ਚੀਜ਼ ਗਲਤ ਆ, ਨੋ, ਉਹ ਕੁਛ ਚੀਜ਼ਾਂ ਸਾਨੂੰ ਆਪ ਫੈਸਲਾ ਲੈਣਾ ਬਣਦਾ। ਹਾਂ, ਉਸ ਪਰਸਨ ਦੀ ਮੈਨੂੰ ਇੱਕ ਗੱਲ ਵਧੀਆ ਲੱਗੀ ਕਿ ਉਹ ਚੀਜ਼ਾਂ ਦੇ ਵਿੱਚ 3 ਪਰਸਨ ਆ, ਇੱਕ ਬੰਦਾ, ਇੱਕ ਇਨਸਾਨ, ਦੂਸਰਾ ਪਵਿੱਤਰ ਆਤਮਾ, ਤੀਸਰਾ ਵਚਨ, ਠੀਕ ਹੈ। ਰਾਈਟ ਰਾਈਟ। ਦੇਖੋ ਇਹਨਾਂ ਦੇ ਵਿੱਚੋਂ ਸਾਡਾ ਕੰਮ ਆ ਅਸੀਂ ਵਚਨ ਦੀ ਸੁਣਨੀ, ਪਵਿੱਤਰ ਆਤਮਾ ਦੀ ਸੁਣਨੀ ਕਿ ਆਪਣੀ ਸੁਣਨੀ, ਠੀਕ ਹੈ ਜੀ। ਔਰ ਦੇਖੋ ਰਾਈਟ ਰਾਈਟ, ਸਭ ਤੋਂ ਵੱਡੀ ਚੀਜ਼ ਆ ਕਿ ਜਿਹੜੀ ਸਪਿਰਚੁਅਲ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ, ਇੰਪੋਰਟੈਂਟ। ਅੱਜ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਵੱਡੇ ਗਿਆਨੀ ਹਾਂ, ਨੋ, ਅਸੀਂ ਕੋਈ ਗਿਆਨੀ ਨਹੀਂ ਹਾਂ, ਸਾਨੂੰ ਹਲੇ ਅਸੀਂ ਸਿਰਫ ਸਿੱਖ ਰਹੇ ਹਾਂ, ਵੀ ਆਰ ਨਾਟ ਸਕੋਲਰ। ਬਿਲਕੁਲ ਸਕੋਲਰ ਨਹੀਂ ਆ, ਨੋ ਨੋ ਨੋ, ਸਿਰਫ ਇੱਕ ਇੱਕ ਵਿਸ਼ੇ ਦੇ ਲਈ ਅਸੀਂ, ਜੋ ਲੋਕ ਜਿਹਨਾਂ ਲੋਕਾਂ ਨੂੰ ਅੱਜ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਦੇ ਲਈ ਅਸੀਂ ਇੱਕ ਇੱਕ ਇੱਕ
ਇੱਕ ਪ੍ਰਚਾਰ ਲੈ ਕੇ ਇੱਕ ਉਹ ਚੀਜ਼ ਇੱਕ ਹੱਲ ਲੈ ਕੇ ਆਏ ਆ ਜੋ ਜੋ ਪਰਮੇਸ਼ੁਰ ਨੇ ਸਾਡੇ ਦਿਲਾਂ 'ਚ ਪਾਇਆ ਮੇਨ ਚੀਜ਼ ਪਾਸ ਜੀ ਜੋ ਸਾਡੇ ਪਰਮੇਸ਼ੁਰ ਨੇ ਉਹ ਗੱਲਾਂ ਨੂੰ ਦਿਲ 'ਚ ਪਾਇਆ ਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਬਾਹਰ ਲੈ ਕੇ ਆਓ ਜੋ ਗਿਨੇ ਨਹੀਂ ਜਾਂਦੇ ਕਿੰਨੇ ਵਚਨ ਅਸੀਂ ਕੱਢ ਦਈਏ ਉਹ ਕਿੰਨੇ ਕਿਉਂਕਿ ਇਹ ਬਾਈਬਲ ਸਾਰੀ ਦੇਖੋ ਪਾਸ ਜੀ ਇੱਕ ਇੱਕ ਗੱਲ ਤੇ ਗੱਲ ਖਤਮ ਹੁੰਦੀ ਸਾਰੀ ਇਹ ਬਾਈਬਲ ਸਾਰੀ ਮਿਰਕਲਸ ਦੇ ਨਾਲ ਹੀ ਭਰੀ ਹੋਈ ਹੈ ਮੈਂ ਇਹਨੂੰ ਕਹਿ ਸਕਣਾ ਦ ਬੁੱਕ ਆਫ ਮਿਰਕਲਸ ਬਿਲਕੁਲ ਚਮਤਕਾਰਾਂ ਦੀ ਪੁਸਤਕ ਬਿਲਕੁਲ ਰਾਈਟ ਬਾਈ ਹੋਲੀ ਗੋਸਟ ਵਰਕ ਬਾਈ ਲਾਰਡ ਜੀਸਸ ਸਭ ਤੋਂ ਜੇਕਰ ਆਪਾਂ ਸ਼ੁਰੂ ਦੇ ਵਿੱਚ ਵੇਖੀਏ ਕਹਿੰਦਾ ਆਦ ਵਿੱਚ ਪਰਮੇਸ਼ੁਰ ਦਾ ਆਤਮਾ ਕਿੱਥੇ ਸੀ ਪਾਣੀਆਂ ਦੇ ਉੱਤੇ ਪਰਮੇਸ਼ੁਰ ਨੇ ਕੀ ਚਮਤਕਾਰ ਕੀਤਾ ਧਰਤੀ ਬਣਾਤੀ ਆਕਾਸ਼ ਬਣਾਤਾ ਵੱਡਾ ਚਮਤਕਾਰ ਕੀ ਕੀਤਾ ਮਿੱਟੀ 'ਚ ਜਾਣ ਪਾਤੀ ਵਾਓ ਮਿੱਟੀ ਵਿੱਚ ਜਾਣ ਪਾ ਕੇ ਸਾਹ ਫੂਕਦੇ ਚਲੋ ਜ਼ਿਆਦਾ ਦੂਰ ਨਹੀਂ ਜਾਂਦੇ ਆਪਾਂ ਆਪਣੇ ਇੱਕ ਦੂਜੇ ਵੱਲ ਦੇਖਦੇ ਹਾਂ ਆਪਾਂ ਮਿੱਟੀ ਸੀਗੇ ਆਪਣੇ ਅੰਦਰ ਪਰਮੇਸ਼ੁਰ ਦਾ ਆਤਮਾ ਆ ਖੁਦਾ ਦਾ ਸਾਹ ਆ ਰੱਬ ਦਾ ਪ੍ਰਾਣ ਆ ਰੱਬ ਦਾ ਆਤਮਾ ਰੱਬ ਦਾ ਦਿੱਤਾ ਬਲੱਡ ਆ ਸਾਡੇ ਅੰਦਰ ਇਹ ਆਪਾਂ ਇਹ ਮਰੈਕਲ ਆ ਆਪਾਂ ਇੱਕ ਤੁਸੀਂ ਪਰਮੇਸ਼ੁਰ ਦਾ ਮਰੈਕਲ ਦੇਖਣਾ ਤੁਸੀਂ ਆਪਦੇ ਗਵਾਂਢੀ ਨੂੰ ਦੇਖ ਲਓ ਆਪਦੇ ਭੈਣ ਭਰਾਵਾਂ ਨੂੰ ਦੇਖ ਲਓ ਉਹ ਚਮਤਕਾਰ ਹੀ ਆ ਕਿਉਂਕਿ ਪਰਮੇਸ਼ੁਰ ਉਹਨੂੰ ਧਰਤੀ ਦੇ ਉੱਤੇ ਚਲਾ ਰਿਹਾ ਪਰ ਦੇਖੋ ਜੀ ਸਭ ਤੋਂ ਵੱਡਾ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਇਸ ਚੀਜ਼ ਦਾ ਹੈ ਕਿ ਜਿਹੜੇ ਪਾਸਟਰ ਹੋ ਕੇ ਔਰ ਮਸੀਹ ਲੋਕਾਂ ਦਾ ਵਿਰੋਧ ਕਰਦੇ ਆ ਉਹ ਪ੍ਰਭੂ ਯਿਸੂ ਮਸੀਹ ਦੀ ਉਹ ਪ੍ਰੋਫੈਸੀ ਪੂਰੀ ਹੁੰਦੀ ਹੈ ਕਹਿੰਦਾ ਮਨੁੱਖ ਦੇ ਵਿਰੋਧੀ ਉਹਦੇ ਘਰ ਦੇ ਹੋਣਗੇ ਕਿਉਂਕਿ ਅਸੀਂ ਮਸੀਹ ਦੇ ਵਿੱਚ ਇੱਕ ਫੈਮਿਲੀ ਆ ਔਰ ਸਾਨੂੰ ਚਾਹੀਦਾ ਇੱਕ ਅੱਛਾ ਨਮੂਨਾ ਬਣਨਾ ਲੋਕਾਂ ਦੇ ਸਾਹਮਣੇ ਬਿਲਕੁਲ ਬਿਲਕੁਲ ਲੋਕੀ ਸਾਡੀ ਸਿਫਤ ਕਰਦੇ ਆ ਬਟ ਜਦੋਂ ਨਵੇਂ ਲੋਕ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਦੇ ਆ ਉਹ ਟੁੱਟ ਜਾਂਦੇ ਆ ਟੁੱਟਦੇ ਬਿਲਕੁਲ ਪਾਸ ਜੀ ਇਹ ਚੀਜ਼ ਠੀਕ ਆ ਤੇ ਔਰ ਪਰਮੇਸ਼ੁਰ ਕਹਿੰਦਾ ਹਾਏ ਉਸ ਮਨੁੱਖ ਦੇ ਉੱਤੇ ਜਿਹਦੇ ਕਾਰਨ ਠੋਕਰ ਲੱਗਦੀ ਹੈ ਚੱਕੀ ਦਾ ਪੁੱਲ ਉਹਦੇ ਗਲੇ ਵਿੱਚ ਪਾਇਆ ਜਾਵੇ ਤੇ ਸਮੁੰਦਰ ਦੇ ਵਿੱਚ ਸੁੱਟਿਆ ਜਾਵੇ ਬਹੁਤ ਕਠੋਰ ਸ਼ਬਦ ਮੈਂ ਉਹਨਾਂ ਲਈ ਨਹੀਂ ਕਹਿ ਰਿਹਾ ਬਟ ਮੈਂ ਉਹਨਾਂ ਲਈ ਕਹਿ ਰਿਹਾ ਜਿਹੜੇ ਜਾਣ ਬੁੱਝ ਕੇ ਠੋਕਰਾਂ ਮਾਰਦੇ ਪਏ ਦੇਖੋ ਇਹ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ ਸੁਣੋ ਔਰ ਕਲਾਮ 'ਚ ਲਿਖਿਆ ਯਹੂਨਾ ਦਾ 14:14 ਦੇ ਵਿੱਚ ਲਿਖਿਆ ਮੈਂ ਤੁਮਸੇ ਸੱਚਮੁੱਚ ਕਹਿਤਾ ਹੂੰ ਸੱਚ ਕਹਿਤਾ ਹੂੰ ਕਿ ਜੋ ਮੁਝ ਪਰ ਵਿਸ਼ਵਾਸ ਰੱਖਤਾ ਹੈ ਯੇ ਕਾਮ ਜੋ ਮੈਂ ਕਰਤਾ ਹੂੰ ਵਹ ਵੀ ਕਰੇਗਾ ਵਰਨ ਇਨਸੇ ਵੀ ਬੜੇ ਕਾਮ ਕਰੇਗਾ ਕਿਉਂਕਿ ਮੈਂ ਪਿਤਾ ਕੇ ਪਾਸ ਜਾਤਾ ਹੂੰ ਔਰ ਜੋ ਕੁਛ ਤੁਮ ਮੇਰੇ ਨਾਮ ਸੇ ਮਾਂਗੋਗੇ ਮੈਂ ਕਰੂੰ ਵਹੀ ਮੈਂ ਕਰੂੰਗਾ ਕਿ ਪੁੱਤਰ ਕੇ ਦੁਆਰਾ ਮਸੀਹ ਕੀ ਮਹਿਮਾ ਹੋ ਔਰ ਕਹਿਣ ਦਾ ਮਤਲਬ ਕਲੀਅਰ ਕਰ ਦਿੱਤਾ ਕਿ ਜਿਹੜਾ ਕੰਮ ਯਿਸੂ ਮਸੀਹ ਦੇ ਨਾਮ 'ਚ ਹੁੰਦਾ ਉਹ ਪਿਤਾ ਦੀ ਮਹਿਮਾ ਦੇ ਲਈ ਹੁੰਦਾ ਜਿਹੜੀ ਚੰਗਿਆਈ ਯਿਸੂ ਮਸੀਹ ਦੇ ਨਾਮ 'ਚ ਹੁੰਦੀ ਹੈ ਉਹ ਪਿਤਾ ਦੀ ਮਹਿਮਾ ਦੇ ਲਈ ਹੁੰਦੀ ਹੈ ਔਰ ਸਭ ਨਾਲ ਬਿਗੈਸਟ ਗੱਲ ਇਹ ਆ ਕਿ ਯਿਸੂ ਮਸੀਹ ਦੇ ਨਾਮ 'ਚ ਅੱਜ ਪੰਜਾਬ ਦੇ ਚਰਚਿਸ ਔਰ ਪੰਜਾਬ ਦੇ ਸਪਿਰਚੁਅਲ ਫਾਸਟਰਸ ਜੋ ਖੁਦਾ ਦੇ ਨੇੜੇ ਆ ਉਹ ਪਰਮੇਸ਼ਰ ਦੇ ਯਹੋਵਾ ਦੇ ਨਾਮ ਨੂੰ ਮਹਿਮਾ ਦੇ ਰਿਹਾ ਆਮੇਨ ਯੈਸ ਇਹ ਗੱਲ ਬਿਲਕੁਲ ਰਾਈਟ ਆ ਪਾਸਟਰ ਜੀ ਔਰ ਮੇਰਾ ਵਿਸ਼ਵਾਸ ਹੈ ਕਿ ਜੋ ਅੱਜ ਸਾਡਾ ਯੰਗ ਯੂਥ ਆ ਜੋ ਸਾਨੂੰ ਸੁਣ ਰਿਹਾ ਆ ਮੇਰਾ ਫੇਥ ਆ ਪਾਸਟਰ ਜੀ ਮੇਰਾ ਫੇਥ ਆ ਕਿ ਉਹਨਾਂ ਤੇ ਇਸ ਚੀਜ਼ ਦਾ ਅਸਰ ਬਿਲਕੁਲ ਹੋਊਗਾ ਆਮੇਨ ਬਾਈਬਲ ਚ ਲਿਖਿਆ 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਵਚਨ ਆਊਗਾ ਸੇਫ ਕਰ ਰਹੇ ਇਸ ਫਲ ਨੂੰ ਯਿਸੂ ਮਸੀਹ ਦੇ ਨਾਮ ਚ ਆਮੇਨ ਔਰ ਇਹ ਫਲ ਹਮੇਸ਼ਾ ਬਣਿਆ ਰਹੂਗਾ ਪਾਸਟਰ ਜੀ ਮੇਰੀ ਇੱਕ ਹੋਰ ਗੱਲ ਆ ਕਿ ਦੇਖੋ ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਦਾ ਕੰਮ ਜ਼ੋਰਾਂ ਦੇ ਨਾਲ ਵੱਧ ਰਿਹਾ ਹੈ ਠੀਕ ਹੈ ਜੀ ਗਲੋਰੀ ਟੂ ਗੋਡ ਔਰ ਸ਼ੈਤਾਨ ਵੀ ਪਰਮੇਸ਼ੁਰ ਦੇ ਬੰਦਿਆਂ ਚੋਂ ਹੀ ਯੂਜ਼ ਕਰ ਰਿਹਾ ਆਪਣੇ ਆਪਣੇ ਕੰਮ ਨੂੰ ਕਰਨ ਦੇ ਲਈ ਉਹਨਾਂ ਲੋਕਾਂ ਨੂੰ ਯੂਜ਼ ਕਰ ਰਿਹਾ ਆਪਣੇ ਲੋਕਾਂ ਨੂੰ ਤੋੜਨ ਦੇ ਲਈ ਦੇਖੋ ਮੈਂ ਇੱਕ ਗੱਲ ਇੱਕ ਮੈਸੇਜ ਦੇਣਾ ਚਾਹੁੰਦਾ ਜੋ ਮੇਰੇ ਦਿਲ 'ਚ ਆ ਰਿਹਾ ਹੁਣ ਕਿ ਮੈਂ ਉਸ ਚੀਜ਼ ਨੂੰ ਦੱਸਾਂ ਦੇਖੋ ਅਗਰ ਤੁਸੀਂ ਪਾਸੇ ਜੀ ਕੰਮ ਕਰ ਰਹੇ ਹੋ ਪਰਮੇਸ਼ੁਰ ਦਾ ਤੁਸੀਂ ਪਾਸੇ ਜੀ ਕੰਮ ਕਰ ਰਹੇ ਹੋ ਮੇਰਾ ਫਰਜ਼ ਆ ਮੈਂ ਤੁਹਾਡੇ ਲਈ ਪ੍ਰੇਅਰ ਕਰਾਂ ਯੈਸ ਠੀਕ ਆ ਜੀ ਮੇਰਾ ਫਰਜ਼ ਆ ਕਿ ਮੈਂ ਤੁਹਾਡੇ ਲੋਕਾਂ ਦੇ ਲਈ ਪ੍ਰਾਰਥਨਾ ਕਰਾਂ ਠੀਕ ਆ ਜੀ ਕਿਉਂਕਿ ਤੁਹਾਡੇ ਦੁਆਰਾ ਜੋ ਪਰਮੇਸ਼ੁਰ ਕਰ ਰਿਹਾ ਆ ਉਹ ਤੁਹਾਡੇ ਦੁਆਰਾ ਹੀ ਕਰਨਾ ਆ ਠੀਕ ਆ ਜੀ ਔਰ ਜੋ ਮੇਰੇ ਦੁਆਰਾ ਕਰਨਾ ਉਹ ਪਰਮੇਸ਼ੁਰ ਨੇ ਮੇਰੇ ਦੁਆਰਾ ਹੀ ਕਰਨਾ ਹੈ ਜੋ ਏਲੀਆ ਦੁਆਰਾ ਕੀਤਾ ਉਹਨੇ ਦਾਊਦ ਦੁਆਰਾ ਨਹੀਂ ਕੀਤਾ ਜੋ ਦਾਊਦ ਦੁਆਰਾ ਕੀਤਾ ਉਹ ਏਲੀਆ ਦੁਆਰਾ ਨਹੀਂ ਬਿਲਕੁਲ ਪਾਸ ਜੀ ਦੇਖੋ ਇਹ ਆਪਣੀ ਆਪਣੀ ਕਾਲਿੰਗ ਹੈ ਪਰਮੇਸ਼ੁਰ ਨੇ ਦਿੱਤੀ ਅਗਰ ਇਨਸਾਨ ਕਾਲਿੰਗ ਨੂੰ ਨਹੀਂ ਸਮਝਦਾ ਤੇ ਮੇਰਾ ਖਿਆਲ ਆ ਫਿਰ ਉਹ ਵਚਨ ਨੂੰ ਪੜ੍ਹਦਾ ਜ਼ਰੂਰ ਆ ਪਰ ਉਹਦੇ ਤੇ ਅਮਲ ਨਹੀਂ ਕਰਦਾ ਮੈਂ ਹੋਲੀ ਗੋਸਟ ਨੇ ਮੈਨੂੰ ਇੱਕ ਚੀਜ਼ ਸਮਝਾਈ ਆ ਵੀ ਆਰ ਦਾ ਬੋਡੀ ਆਫ ਕ੍ਰਾਈਸਟ ਅਸੀਂ ਪਰਮੇਸ਼ੁਰ ਦਾ ਅਸੀਂ ਯਿਸੂ ਮਸੀਹ ਦਾ ਕੀ ਆ ਸਰੀਰ ਆ ਜੇ ਹੱਥ ਕਵੇ ਮੈਂ ਨੱਕ ਨਹੀਂ ਹੈ ਨਾ ਤੇ ਮੈਂ ਪਰਮੇਸ਼ੁਰ ਦਾ ਅੱਜ ਕੀ ਕਰ ਰਿਹਾ ਮੰਨ ਲਓ ਕੋਈ ਹੱਥ ਆ
ਤੇ ਉਹ ਕੰਨਕ ਨੂੰ ਵੀ ਕਹਿ ਰਿਹਾ ਇਹ ਮੇਰੇ ਵਾਲਾ ਕੰਮ ਕਰੇਗਾ ਤੈਨੂੰ ਮੈਂ ਮੰਨਾਂਗਾ ਕਿ ਇਹ ਪਰਮੇਸ਼ਰ ਦਾ ਹਿੱਸਾ ਹੈ। ਬਿਲਕੁਲ ਸਮਝੇ, ਗੈਟ ਕੀਤੀ ਗੱਲ ਕਿ ਜੇ ਹੱਥ ਆ, ਇਹ ਹੱਥ ਕਹਿ ਰਿਹਾ ਕਿ ਜੇ ਮੈਂ ਪਕੜਨਾ ਪਿਆ, ਜੇ ਮੇਰਾ ਕੰਮ ਪਕੜਨ ਦਾ ਤੇ ਨੱਕ ਵੀ ਪਕੜਨ ਵਾਲੇ ਕੰਮ ਕਰੇ, ਫਿਰ ਇਹਨੂੰ ਮੰਗਾਂਗੇ ਬੋਡੀ ਦਾ ਹਿੱਸਾ। ਔਰ ਇਸੇ ਚੀਜ਼ ਨੂੰ ਲੈ ਕੇ ਉਹ ਲੋਕਾਂ ਨੂੰ ਮਿਸਗਾਈਡ ਕਰ ਰਿਹਾ ਔਰ ਪਰਮੇਸ਼ਰ ਨੂੰ ਪ੍ਰੋਪਰਲੀ ਪੇਸ਼ ਨਹੀਂ ਕਰਦੇ। ਬਾਈਬਲ ਚ ਕਹਿੰਦਾ ਯੂ ਆਰ ਨਿਊ ਕ੍ਰੀਏਸ਼ਨ ਇਨ ਲਾਰਡ ਜੀਸਸ ਕ੍ਰਾਈਸਟ, ਤੁਸੀਂ ਮਸੀਹ ਦੇ ਵਿੱਚ ਨਵੀਂ ਕਲੀਸੀਆ ਹੋ, ਨਵੀਂ ਕ੍ਰੀਏਸ਼ਨ, ਨਵੀਂ ਸ੍ਰਿਸ਼ਟੀ ਹੋ। ਔਰ ਨਵੀਂ ਸ੍ਰਿਸ਼ਟੀ ਕੀ ਹੈ? ਜਿਹੜੀ ਸ੍ਰਿਸ਼ਟੀ ਆਦਮ ਤੋਂ ਲੈ ਕੇ ਸਾਡੇ ਪਿਓ ਦਾਦਿਆਂ ਤੱਕ ਚੱਲੀ, ਉਹ ਸ੍ਰਿਸ਼ਟੀ ਕਮਜ਼ੋਰੀਆਂ ਨਾਲ ਸੀਗੀ, ਪਾਪ ਦੇ ਨਾਲ ਸੀਗੀ, ਸ਼ੈਤਾਨ ਨਾਲ, ਸ਼ੈਤਾਨ ਦੇ ਦੱਬੇ ਹੋਏ ਕਰ, ਸ਼ੈਤਾਨ ਉੱਤੇ ਰਾਜ ਕਰਦਾ ਸੀ। ਲੇਕਿਨ ਨਿਊ ਕ੍ਰੀਏਸ਼ਨ ਅਸੀਂ ਬਣ ਜਾਂਦੇ ਜੀਸਸ ਜਾਣ ਕੇ, ਸਾਰਿਆਂ ਪਹਿਲੇ ਨੰਬਰ 'ਤੇ ਸਾਡਾ ਚਰਿੱਤਰ ਸੁਧਰਦਾ ਅਤੇ ਦੂਜੇ ਨੰਬਰ 'ਤੇ ਗੱਲ ਕਿ ਯੇਸੂ ਮਸੀਹ ਸਾਮਰਥੀ ਵੀ ਕਰਦਾ, ਯੈਸ, ਚਿੰਨ ਚਮਤਕਾਰੀ ਬਣਾਉਣ ਵਾਲਾ ਵੀ ਕਰਦਾ ਜੀ। ਮੈਂ ਇੱਕ ਮੈਸੇਜ ਦੇਖ ਰਿਹਾ, ਇੱਕ ਬ੍ਰਦਰ ਨੇ ਪਾਇਆ, ਉਹ ਕਹਿੰਦਾ ਕਿ ਇੱਕ ਕਿਸੇ ਪ੍ਰੀਸਟ ਨੇ ਕੋਈ ਪ੍ਰਚਾਰ ਕੀਤਾ ਸੀ ਕਿ ਅੱਜ ਦੇ ਟਾਈਮ 'ਚ ਮਿਰਕਲ ਨਹੀਂ ਹੁੰਦੇ। ਦੇਖੋ ਬ੍ਰਦਰ, ਤੁਸੀਂ ਸੁਣ ਚੁੱਕੇ ਹੋ ਕਿ ਅਸੀਂ ਕਿਸ ਵਿਸ਼ੇ 'ਤੇ ਗੱਲ ਕਰਦੇ ਹਾਂ ਔਰ ਕੀ ਤੁਹਾਨੂੰ ਵਚਨ ਦੇ ਵਿੱਚੋਂ ਹੀ ਅਸੀਂ ਦੱਸਿਆ, ਕੋਈ ਵਚਨ 'ਚੋਂ ਬਾਹਰ ਗੱਲ ਨਹੀਂ, ਕੋਈ ਅਸੀਂ ਆਪਣੇ ਮਨ ਘੜੀ ਗੱਲ ਨਹੀਂ ਕੀਤੀ। ਦੇਖੋ ਬ੍ਰਦਰ, ਮੈਂ ਜਾਣਦਾ ਠੀਕ ਆ ਕਿ ਅਸੀਂ ਵਚਨ 'ਚੋਂ ਬਾਹਰ ਹੋਵਾਂਗੇ ਤਾਂ ਸਾਡੀ ਉਹਦੇ ਵਿੱਚ ਸਾਡਾ ਨੁਕਸਾਨ ਆ, ਸ਼ਰਾਪ ਪਾਵਾਂਗੇ। ਹਾਂ ਬਿਲਕੁਲ, ਸ਼ਰਾਪ ਨੂੰ ਪਾਵਾਂਗੇ ਅਗਰ ਅਸੀਂ ਵਚਨ 'ਚੋਂ ਬਾਹਰ ਹੋਵਾਂਗੇ। ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਪਰਮੇਸ਼ੁਰ ਨੇ ਅੱਜ ਦਾ ਟਾਈਮ ਦਿੱਤਾ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ ਔਰ ਮੇਰਾ ਵਿਸ਼ਵਾਸ ਹੈ ਕਿ ਅੱਜ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਨੂੰ ਸੁਣੋਗੇ ਹੀ ਨਹੀਂ ਜੋ ਵਚਨ ਦੇ ਖਿਲਾਫ ਹੈ। ਆਮੀਨ ਆਮੀਨ। ਜੋ ਵਚਨ ਦੇ ਖਿਲਾਫ ਹੈ ਉਹਨਾਂ ਨੂੰ ਤੁਸੀਂ ਸੁਣੋਗੇ ਹੀ ਨਹੀਂ। ਕਲਾਮ 'ਚ ਲਿਖਿਆ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ, ਮੈਂ ਅੱਜ, ਕੱਲ ਤੇ ਯੁਗਾਨ ਯੁਗਾਨ ਇੱਕ ਆ। ਉਹ ਪੁਰਾਣੇ ਨੇਮ 'ਚ ਵੀ ਕੰਮ ਕਰਦਾ ਆ ਔਰ ਨਵੇਂ ਨੇਮ 'ਚ ਵੀ ਕੰਮ ਕਰਦਾ। ਇੱਕ ਚੀਜ਼ ਮੈਂ ਬਸ ਤੁਹਾਡੀ ਗੱਲ ਨੂੰ ਵਧਾਉਣਾ ਚਾਹਾਂਗਾ, ਅਸੀਂ ਸਾਰੀਆਂ ਪੱਤਰੀਆਂ ਪੜ੍ਹ ਲਈ, ਉੱਥੇ ਲਿਖਿਆ ਆਮੀਨ ਆਮੀਨ, ਲੇਕਿਨ ਪ੍ਰੇਰਿਤੋ ਦੇ ਕੰਮ ਦੇ ਵਿੱਚ ਆਮੀਨ ਨਹੀਂ ਲਿਖਿਆ ਕਿਉਂਕਿ ਪ੍ਰੇਰਿਤੋ ਦਾ ਕੰਮ ਅੱਜ ਵੀ ਸਟਿਲ ਹੁਣ ਵੀ ਚੱਲ ਰਿਹਾ। ਰਾਈਟ, ਪ੍ਰੇਰਿਤੋ ਦੇ ਕੰਮ 'ਚ ਚਿੰਨ ਚਮਤਕਾਰ ਪਹਿਲੀ ਕਲੀਸਿਆ ਵੀ ਕਰ ਰਹੀ ਸੀਗੀ ਤੇ ਅੱਜ ਦੀ ਕਲੀਸਿਆ ਵੀ ਅੰਤਿਮ ਸਮੇਂ ਦੀ ਕਲੀਸਿਆ ਵੀ ਕਰ ਰਹੀ ਹੈ ਔਰ ਇਸ ਨੂੰ ਕਬੂਲ ਕਰੋ ਯਿਸੂ ਮਸੀਹ ਦੇ ਨਾਮ 'ਚ। ਆਮੇਨ। ਆਪਦੇ ਕੌਨਸ਼ੀਅਸ ਨੂੰ ਖੋਲੋ ਕਿਉਂਕਿ ਪਰਮੇਸ਼ਰ ਦੇ ਨਾਮ 'ਚ ਸਭ ਕੁਝ ਪੋਸੀਬਲ ਆ। ਬਿਲਕੁਲ ਬਿਲਕੁਲ ਪਾਸਟਰ ਜੀ, ਬਿਲਕੁਲ ਬਿਲਕੁਲ ਪੋਸੀਬਲ ਹੈ ਕਿਉਂਕਿ ਪਰਮੇਸ਼ਰ ਹੋਣੀ ਨੂੰ ਅਣਹੋਣੀ ਔਰ ਅਣਹੋਣੀ ਨੂੰ ਹੋਣੀ ਕਰਨ ਵਾਲਾ ਪਰਮੇਸ਼ਰ ਆ। ਇਹ ਸਭ ਮਾਈਂਡ ਡਿਸਟਰਬ ਕਰਨ ਵਾਲੀਆਂ ਚੀਜ਼ਾਂ ਜੋ ਲੋਕਾਂ ਨੂੰ ਗਲਤ ਗਾਈਡ ਕੀਤਾ ਜਾਂਦਾ। ਦੇਖੋ ਸਾਡੇ ਬਹੁਤ ਸਤਿਕਾਰਯੋਗ ਮੈਨ ਆਫ ਗੋਡ ਜਿਹਨਾਂ ਨੂੰ ਪਰਮੇਸ਼ੁਰ ਅਦਭੁਤ ਰੀਤੀ ਦੇ ਨਾਲ ਇਸਤੇਮਾਲ ਕਰਦਾ, ਅਗਰ ਤੁਸੀਂ ਉਹਨਾਂ ਕੰਮਾਂ ਨੂੰ ਦੇਖ ਕੇ ਉਹਨਾਂ ਦੇ ਲਈ ਪ੍ਰੇਅਰ ਨਹੀਂ ਕਰ ਰਹੇ, ਤੁਸੀਂ ਉਹਨਾਂ ਦੀ ਮਿਨਿਸਟਰੀ ਨੂੰ ਦੇਖ ਕੇ ਉਹ ਵੱਧ ਰਹੀ ਆ, ਪਰਮੇਸ਼ੁਰ ਉਹਨਾਂ ਨੂੰ ਵਧਾ ਰਿਹਾ, ਉਹਨਾਂ ਦੀ ਚਰਚ 'ਚ ਲੋਕ ਵੱਧ ਰਹੇ ਆ, ਤਾਂ ਤੁਸੀਂ ਉਹਨਾਂ ਨੂੰ ਦੇਖ ਕੇ ਆਪਣੇ ਅੰਦਰ ਜਲਨ ਪੈਦਾ ਕਰੀ ਜਾਣ ਡਿਆ, ਸਭ ਤੋਂ ਵੱਡੀ ਗਲਤੀ ਹੈ। ਹੋਰ ਇੱਕ ਚੀਜ਼ ਹੋਰ, ਉਹ ਲੋਕੀ ਕਹਿੰਦੇ ਆ ਹਨਾ, ਇੱਕ ਐਗਜ਼ਾਮਪਲ ਲੈਂਦੇ ਆ ਜਿੱਥੇ ਹਨਾ ਗਿਰਦਾਂ ਵਾਲੇ ਐਗਜ਼ਾਮਪਲ ਲੈਂਦੇ ਆ। ਸੁਣੋ, ਯੇਸ਼ੂ ਮਸੀਹ ਦੇ ਆਲੇ ਦੁਆਲੇ ਪੰਜ ਦਸ ਹਜ਼ਾਰ ਦੀ ਭੀੜ ਦਿਨ ਤੇ ਰਾਤ ਰਹਿੰਦੀ ਸੀ। ਯੈਸ, ਇਹ ਰਾਈਟ ਹੈ ਪਾਸਟਰ ਜੀ। ਔਰ ਜੇਕਰ ਆਪਾਂ ਜੈਲਸੀ ਦੀ ਗੱਲ ਕਰੀਏ ਤਾਂ ਮਸੀਹ ਲੋਕਾਂ ਦੇ ਕਈਆਂ ਮਸੀਹ ਲੋਕਾਂ ਵਿੱਚ ਜੈਲਸੀ ਇੰਨੀ ਕੁ ਵੱਧ ਚੁੱਕੀ ਹੈ ਕਿ ਉਹ ਪਰਮੇਸ਼ੁਰ ਨੂੰ ਭੁੱਲ ਗਏ। ਜੀ 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 ਜੀ, ਉਹਨਾਂ ਨੂੰ ਇਹ ਨਹੀਂ ਪਤਾ ਜੇਕਰ ਅਸੀਂ ਇੰਨੀ ਜੈਲਸੀ ਰੱਖਾਂਗੇ ਤਾਂ ਸਪਿਰਿਟ ਸਾਡੇ ਵਿੱਚੋਂ ਘਟੂਗਾ। ਬਿਲਕੁਲ। ਔਰ ਜੈਲਸੀ ਇੱਕ ਕਿਹੜਾ ਫਲ ਹੈ? ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ, ਪਿਤਾ ਇਹਨਾਂ ਦੇ ਵਚਨ ਨੂੰ ਸੁਣਨ, ਯੀਸ਼ੂ ਮਸੀਹ ਦੇ ਨਾਮ 'ਚ ਇਹ ਫਾਲਸ ਟੀਚਿੰਗ ਦੇ ਪ੍ਰਭਾਵ ਤੇ ਉਹ ਥੱਲੋਂ ਨਿਕਲ ਆਉਣੀ ਇਸ ਦੇ ਨਾਮ 'ਚ। ਆਮੀਨ ਆਮੀਨ। ਖੁਦਾ ਬਾਪ ਤੂੰ ਇਹਨਾਂ ਨੂੰ ਮਰੈਕਲ ਦਿਖਾਵ ਦੇ, ਜਿਹੜੇ ਫੇਥ ਨਹੀਂ ਕਰਦੇ ਯਿਸੂ ਦੇ ਨਾਮ 'ਚ ਇਹਨਾਂ ਨਾਲ ਚਿੰਨ ਚਮਤਕਾਰ ਹੋਵੇ ਔਰ ਖੁਦਾ ਇਹ ਫੇਥ ਕਰਨ ਕਿ ਤੇਰਾ ਲਿਵਿੰਗ ਸਪਿਰਿਟ ਅੱਜ ਵੀ ਲਿਵਿੰਗ ਤਰੀਕੇ ਨਾਲ ਕੰਮ ਕਰ ਰਿਹਾ, ਤੇਰਾ ਜ਼ਿੰਦਾ ਆਤਮਾ ਅੱਜ ਵੀ ਜ਼ਿੰਦੇ ਤਰੀਕੇ ਨਾਲ ਕੰਮ ਕਰ ਰਿਹਾ ਯਿਸੂ ਮਸੀਹ ਦੇ ਨਾਮ 'ਚ। ਪਿਤਾ ਜਿਹੜੇ ਬਿਮਾਰ ਨੇ ਉਹ ਚੰਗੇ ਹੋ ਜਾਣ ਔਰ ਜਿਹੜੇ ਪਰਮੇਸ਼ੁਰ ਸ਼ੱਕ ਕਰਦੇ ਨੇ ਜੇ ਉਹ ਬਿਮਾਰ ਨੇ ਉਹ ਵੀ ਚੰਗੇ ਹੋ ਜਾਣ। ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਜੈਲਸੀ ਦੀ, ਜਦੋਂ ਆਪਾਂ ਵਚਨ ਦੇ ਵਿੱਚ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ, ਪ੍ਰਭੂ ਯਿਸੂ ਮਸੀਹ ਕਹਿੰਦੇ ਪੇੜ ਰੁੱਖ ਆਪਣੇ ਫਲਾਂ ਤੋਂ ਛੱਡਿਆ ਜਾਂਦਾ। ਰਾਈਟ ਰਾਈਟ। ਔਰ ਜੈਲਸੀ ਫਲ ਕਿਹੜਾ ਹੈ? ਜੇਕਰ ਆਪਾਂ ਦੇਖੀਏ ਜੈਲਸੀ ਫਲ ਕਿਹੜਾ ਹੈ? ਸਰੀਰ ਦਾ। ਧੜੇਬਾਜ਼ੀਆਂ ਫਲ ਕਿਹੜਾ ਹੈ? ਸਰੀਰ ਦਾ। ਵਿਰੋਧ ਫਲ ਕਿਹੜਾ ਹੈ? ਸਰੀਰ ਦਾ, ਬੋਡੀ ਦਾ। ਔਰ ਜੇਕਰ ਆਪਾਂ ਇੰਨੇ ਫਲ ਸਰੀਰ ਦੇ ਲੈ ਕੇ ਤੁਰੇ ਹੋਏ ਹਾਂ ਤੇ ਆਪਾਂ ਪਰਮੇਸ਼ੁਰ ਤੋਂ ਕੀ ਆਸ ਰੱਖਦੇ? ਚੰਗਿਆਈ ਹੋ ਜੂਗੀ? ਚੰਗਿਆਈ ਭਾਜੀ 4 ਕਿਲੋਮੀਟਰ ਤੋਂ ਪਿੱਛੋਂ ਮੁੜ ਜਾਣੀ ਹੈ। ਜੇਕਰ ਚੰਗਿਆਈ ਆਪਣੇ ਵੱਲ ਆਊਗੀ ਆਪਣੇ ਫਲਾਂ ਨੂੰ ਵੇਖ ਕੇ ਪਿੱਛੇ ਮੁੜ ਜਾਣੀ ਹੈ। ਔਰ ਆਪਾਂ ਇਹ ਗੱਲ ਕਹਿੰਦੇ ਮਜਬੂਰ ਹੋ ਜਾਵਾਂਗੇ ਕਿ ਚੰਗਿਆਈ ਹੋਣੀ
ਇੰਪੋਸੀਬਲ ਹੈ, ਚੰਗਿਆਈ ਹੋ ਹੀ ਨਹੀਂ ਸਕਦੀ, ਕਿਉਂਕਿ ਜਿਹੜਾ ਬੰਦਾ ਸਪਿਰਿਟ ਵਿੱਚ ਹੋਊਗਾ ਉਹਦੇ ਵਿੱਚ ਆਤਮਾ ਦੇ ਫਲ ਹੋਣਗੇ, ਜਿਹੜੇ ਗਲਾਤੀਆਂ 5 ਦੇ ਉਹਦੀ 22 ਅਧਿਆਇ ਵਿੱਚ ਲਿਖਿਆ ਹੋਇਆ, ਉਹ ਵਚਨਾਂ ਦੀ ਜ਼ਿੰਦਗੀ 'ਚ ਫਿੱਟ ਹੋਏਗਾ ਪ੍ਰੋਪਰ। ਔਰ ਬ੍ਰਦਰ ਮੈਂ ਗੱਲ ਅੱਜ ਕੀ ਚੱਲਣ ਡਿਆ, ਔਰ ਮੇਰੇ ਤੋਂ ਨਹੀਂ ਕੰਮ ਹੋ ਰਿਹਾ, ਔਰ ਅਸੀਂ ਵਿਰੋਧ ਕਰਨ ਲੱਗ ਪੈਂਦੇ, ਉਹ ਮੈਨ ਆਫ ਗੋਡ ਇੱਦਾਂ ਕਰ ਰਿਹਾ, ਉਹ ਮੈਨ ਆਫ ਗੋਡ ਇੱਦਾਂ ਕਰ ਰਿਹਾ, ਉਹ ਮੈਨ ਆਫ ਗੋਡ ਇੱਦਾਂ ਕਰ ਰਿਹਾ, ਉਹ ਜੀ ਰੁਮਾਲ ਨਾਲ ਕਰ ਰਹੇ ਚੰਗਿਆਈ, ਉਹ ਅਨੋਇੰਟਿੰਗ ਓਇਲ ਨਾਲ ਚੰਗਿਆਈ ਕਰ ਰਹੇ ਗੱਲਾਂ ਨੂੰ। ਔਰ ਤੁਹਾਨੂੰ ਯਕੀਨ ਮੰਨੋ, ਜੇ ਉਹਨਾਂ ਨੇ ਰੁਮਾਲ ਫੜਿਆ ਜਾਂ ਓਇਲ ਫੜਿਆ, ਕਲਾਮ 'ਚ ਲਿਖਿਆ, ਇਹ ਵਚਨ ਦੇ ਵਿੱਚ ਲਿਖਿਆ ਬਿਲਕੁਲ, ਔਰ ਪਹਿਲਾਂ ਇੱਦਾਂ ਨਹੀਂ ਸੀਗਾ, ਲੇਕਿਨ ਹੁਣ ਇੱਦਾਂ ਦਾ, ਕਿਉਂ? ਕਿਉਂਕਿ ਹੋਲੀ ਗੋਸਟ ਉਹਨਾਂ ਦੀ ਅਗਵਾਈ ਕਰ ਰਿਹਾ ਬਿਲਕੁਲ, ਔਰ ਹੋਲੀ ਸਪਿਰਿਟ ਉਹਨਾਂ ਨੂੰ ਚਲਾ ਰਿਹਾ, ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਚਲਾ ਰਿਹਾ, ਹੈ ਨਾ। ਔਰ ਅੱਜ ਕੱਲ੍ਹ ਕਿਦਾ ਆਪ ਤੋਂ ਕੰਮ ਨਹੀਂ ਹੁੰਦਾ, ਔਰ ਜਿਹੜਾ ਪਰਸਨ ਕੰਮ ਕਰ ਰਿਹਾ ਖੁਦਾ ਦਾ, ਉਹਦਾ ਵਿਰੋਧ ਕਰਦੇ ਆ ਨਾ, ਔਰ ਉਹਨੂੰ ਉਹ ਉਹਦੇ ਪ੍ਰਤੀ ਜੈਲਸ ਰੱਖਦੇ, ਉਸ ਜੈਲਸ ਨੂੰ ਢਾਲ ਬਣਾ ਕੇ, ਖੁਦਾ ਦੇ ਕਲਾਮ ਨੂੰ ਢਾਲ ਬਣਾ ਕੇ ਜੈਲਸ ਨੂੰ ਕੱਢਦੇ ਆ, ਰਿਲੀਜ਼ ਕਰਦੇ ਆ, ਔਰ ਪਰਮੇਸ਼ਰ ਦੇ ਕੰਮ ਦਾ ਇਨਕਾਰ ਕਰਦੇ ਆ, ਚਿੰਨ ਚਮਤਕਾਰਾਂ ਦਾ ਇਨਕਾਰ ਕਰਦੇ ਆ, ਕਿਉਂਕਿ ਅਵਰ ਗੋਡ ਸਾਡੇ ਖੁਦਾ ਨੂੰ ਛੱਡ ਕੇ, ਜਬੂਰਾ 'ਚ ਲਿਖਿਆ ਕੌਣ ਚਿੰਨ ਚਮਤਕਾਰ ਕਰ ਸਕਦਾ। ਸਭ ਤੋਂ ਵੱਡੀ ਗੱਲ ਪਾਸ ਜੀ, ਅੱਜ ਤੋਂ ਕੁਛ ਟਾਈਮ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਤੋਂ ਕੁਛ ਟਾਈਮ ਪਹਿਲਾਂ ਮੈਂ ਇੱਕ ਪ੍ਰੀਸਟ ਦਾ ਪ੍ਰਚਾਰ ਸੁਣਿਆ, ਔਰ ਸਾਡੇ ਬਹੁਤ ਦਿਲ ਦੇ ਕਰੀਬ ਆ, ਅਸੀਂ ਉਹਨਾਂ ਨੂੰ ਦਿਲੋਂ ਬਹੁਤ ਮੁਹੱਬਤ ਕਰਦੇ ਹਾਂ, ਉਹਨਾਂ ਦਾ ਕਲਾਮ ਸੁਣਿਆ, ਉਹਨਾਂ ਨੇ ਟੈਸਟਮਨੀ ਦੱਸੀ ਹੈ ਇੱਕ, ਕਿ ਅੱਜ ਅਭਿਸ਼ੇਕ ਦੀ ਗੱਲ ਕਰਨ ਜਾ ਰਿਹਾ ਮੈਂ, ਅਨੋਇੰਟਿੰਗ ਦੀ, ਕਿ ਅਗਰ ਉਹਨਾਂ ਦੇ ਹੱਥ ਕੋਈ ਵੀ ਚੀਜ਼ ਹੈ ਨਾ, ਉਹ ਅਭਿਸ਼ੇਕ ਦੇ ਨਾਲ ਭਰ ਜਾਂਦੀ ਹੈ, ਠੀਕ ਹੈ ਜੀ। ਕੋਈ ਵੀ ਆ, ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੋਈ ਲੇਡੀ ਸੀ, ਉਹ ਬਹੁਤ ਬਿਮਾਰ ਸੀ, ਠੀਕ ਹੈ ਜੀ, ਔਰ ਉਹ ਉਹਨਾਂ ਦੇ ਚਰਚ 'ਚ ਆਈ, ਠੀਕ ਹੈ ਜੀ, ਔਰ ਉਸ ਮੈਨ ਆਫ ਗੋਡ ਦੇ ਪੈਂਟ ਦੇ ਉੱਪਰ ਇੱਕ ਧਾਗਾ ਸੀ ਛੋਟਾ ਜਿਹਾ ਪਾਸੇ ਜੀ, ਇੱਕ ਛੋਟਾ ਜਿਹਾ ਧਾਗਾ ਸੀ ਮੈਨ ਆਫ ਗੋਡ ਦੀ ਪੈਂਟ ਦੇ ਉੱਪਰ, ਔਰ ਉਹ ਲੇਡੀ ਦਾ ਵਿਸ਼ਵਾਸ ਔਰ ਅਨੋਇੰਟਿੰਗ, ਦੋ ਚੀਜ਼ਾਂ ਆ ਗਈਆਂ, ਵਰਕ ਕੀਤਾ। ਉਹ ਜਿਹੜਾ ਉਸ ਮੈਨ ਆਫ ਗੋਡ ਦੀ ਪੈਂਟ 'ਤੇ ਧਾਗਾ ਸੀ, ਉਹ ਜਦੋਂ ਉਹ ਕਿਸੇ ਨੇ ਉਹਨੂੰ ਫੜਾਇਆ, ਉਸ ਉਹਨਾਂ ਦੀ ਟੀਮ ਦੇ ਮੈਂਬਰ ਨੇ ਉਸ ਲੇਡੀ ਨੂੰ ਫੜਾਇਆ, ਜੋ ਉਹਦੀ ਸਦੀਆਂ ਦੀ ਪ੍ਰੋਬਲਮ ਸੀ, ਸਾਲਾਂ ਦੀ ਪ੍ਰੋਬਲਮ ਸੀ, ਉਸ ਧਾਗੇ ਦੇ ਨਾਲ ਖਤਮ ਹੋ ਗਈ। ਪਰਮੇਸ਼ਵਰ ਦਾ ਅਭਿਸ਼ੇਕ ਔਰ ਅਨੋਇੰਟਿੰਗ, ਇਦਾਂ ਹੀ ਮੈਂ ਇਦਾਂ ਲੱਗ ਰਹੀ, ਇਦਾਂ ਹੀ ਮੈਨੂੰ ਲੱਗਦਾ ਕਿ ਬਾਈਬਲ ਦੇ ਚਿੰਨ ਚਮਤਕਾਰ ਰਿਪੀਟ ਹੋ ਰਹੇ ਆ। ਬਸ ਜੀ, ਇਦਾਂ ਹੀ ਮੈਂ ਇੱਕ ਟੈਸਟਮਨੀ ਸੁਣੀ, ਮੈਂ ਖੁਦ ਕਰੂਸੜ ਦੇ ਵਿੱਚ ਸੀਗਾ, ਇੱਕ ਲੇਡੀ ਉੱਠੀ, ਉਹਨੇ ਟੈਸਟਮਨੀ ਕੀ ਦਿੱਤੀ, ਕਹਿੰਦੀ ਕਿ ਅੱਜ ਤੋਂ 4-5 ਸਾਲ ਪਹਿਲਾਂ ਤੋਂ ਮੇਰੇ ਬੇਟੇ ਦੇ ਦੋਵੇਂ ਗੁਰਦੇ ਫੇਲ, ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੀ ਸਾਲ ਇੱਕ ਪਹਿਲਾਂ ਆਹੀ ਮੈਨ ਆਫ ਗੋਡ, ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇਕਰ ਨਾਮ ਲਵਾਂਗਾ ਤੇ ਉਹਦੀ ਵਡਿਆਈ ਵਿਰੋਧਤਾ, ਵਡਿਆਈ ਘੱਟ ਵਿਰੋਧਤਾ ਜ਼ਿਆਦਾ ਹੋਊਗੀ, ਵਡਿਆਈ ਯਿਸੂ ਮਸੀਹ ਦੀ, ਵਡਿਆਈ ਯਿਸੂ ਮਸੀਹ ਦੀ। ਬਿਲਕੁਲ ਕਹਿੰਦੀ ਕਿ ਪਾਸਟਰ ਬੰਦਗੀ ਤੇ ਆਏ, ਕਰੂਸਡ ਕੀਤਾ, ਕਰੂਸਡ ਕਰਕੇ ਜਿੱਦਾਂ ਜਾ ਰਹੇ, ਉਹਦੇ ਮੈਂ ਬਲੇਜ਼ਰ ਨੂੰ, ਉਹਦੇ ਕੋਟ ਨੂੰ ਫੜਿਆ, ਕੋਟ ਨੂੰ ਫੜ ਕੇ ਤੇ ਆਪਣੇ ਬੱਚੇ ਦੀ ਛਾਤੀ ਨਾਲ ਲਾਤਾ, ਔਰ ਮੈਨ ਆਫ ਗੋਡ ਨੇ ਪਿੱਛਾ ਭੌਂਗੀ ਨਹੀਂ ਵੇਖਿਆ ਕਿਉਂਕਿ ਉਸ ਟਾਈਮ ਭੀੜ ਬਹੁਤ ਸੀਗੀ। ਉਹ ਕਹਿੰਦੀ ਮੈਂ ਚੌਥੇ ਦਿਨ ਬਾਅਦ ਜਦੋਂ ਰਿਪੋਰਟ ਕਰਾਈ, ਰਿਪੋਰਟ ਹਰ ਇੱਕ ਕਰੂਸੇਡ ਵਿੱਚ ਪਰਮੇਸ਼ਵਰ ਅਦਭੁਤ ਕੰਮਾਂ ਨੂੰ ਕਰਦਾ। ਮੈਂ ਇੱਕ ਗੱਲ, ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਇਸ ਚੀਜ਼ ਦੇ ਖਿਲਾਫ ਆ, ਤੁਸੀਂ ਪਲੀਜ਼ ਕਰੂਸੇਡ ਵਿੱਚ ਆ ਜਾ ਕਰੋ, ਔਰ ਪਰਮੇਸ਼ਵਰ ਦੇ ਜੋ ਕੰਮ ਆ, ਤੁਸੀਂ ਉਹਨਾਂ ਨੂੰ ਦੇਖ ਕੇ ਤੁਸੀਂ ਪਹਿਲਾਂ ਚੈੱਕ ਕਰਿਆ ਕਰੋ ਕਿ ਅਗਰ ਅਗਵਾਈ ਜੇ ਟੈਸਟਮਨੀ ਤਿਆਰ ਕੀਤੀ ਜਾਂਦੀ ਆ, ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਤੁਸੀਂ ਦੂਸਰੇ ਸਟੇਟ ਦੇ ਵਿੱਚ ਜਾ ਕੇ ਕਿੱਦਾਂ ਟੈਸਟਮਨੀ ਤਿਆਰ ਕਰ ਸਕਦੇ ਹੋ, ਕਰ ਸਕਦੇ ਹੋ, ਜੇ ਸ਼ੱਕ ਆ ਤੁਸੀਂ ਸਟੇਜ ਦੇ ਪਿੱਛੇ ਆ ਕੇ ਵੀ ਕਰ ਸਕਦੇ ਤੁਸੀਂ ਨਾਲ। ਇਹ ਤਾਂ ਉਹੀ ਗੱਲ ਕਰਦੇ, ਕਹਿੰਦੇ ਜਦੋਂ ਯਿਸੂ ਮਸੀਹ ਦੁਸ਼ਟ ਆਤਮਾਵਾਂ ਕੱਢ ਰਿਹਾ ਸੀ, ਕਹਿੰਦੇ ਤੁਸੀਂ ਬਾਲ ਜਬੂਲ ਦੀ ਸਿਆਣਾ ਨਾਲ ਭੂਤ ਕੱਢਦੇ ਪਏ। ਔਰ ਇੱਕ ਪਾਸਟਰ ਸਪਿਰਚੁਅਲ ਬੰਦਾ, ਉਹ ਕੀ ਚੈਲੰਜ ਕਰਦਾ, ਕਹਿੰਦਾ ਕਿ ਮੈਂ ਇੰਨਾ ਚੈਲੰਜ ਕਰਦਾ, ਮੈਂ ਆਪਣੀ ਟੀ ਸ਼ਰਟ ਲਾ ਕੇ, ਕਹਿੰਦਾ ਮੈਂ ਕਿੱਲੀ ਤੇ ਟੰਗ ਦੇਣਾ, ਸ਼ੈਤਾਨ ਦੀ ਹਿੰਮਤ ਤੇ ਮੇਰੀ ਟੀ ਸ਼ਰਟ ਬਣਾ ਕੇ ਟੱਚ ਕਰ ਦੇ। ਬਿਲਕੁਲ ਬਿਲਕੁਲ ਬਿਲਕੁਲ, ਇੱਥੋਂ ਤੱਕ ਬਲੀਵ ਕਰਦੇ ਹੋਲੀ ਸਪਿਰਿਟ ਤੇ, ਪਰਮੇਸ਼ਵਰ ਦੇ ਉੱਤੇ ਭਰੋਸਾ ਹੈ, ਪਰਮੇਸ਼ਵਰ ਤੇ ਉਹਨਾਂ ਨੂੰ ਖੁਦਾ ਤੇ ਭਰੋਸਾ ਆ। ਦੇਖੋ ਬਾਈਬਲ ਦੇ ਵਿੱਚ ਅਗਰ ਅਸੀਂ ਅੱਜ ਦੇ ਇਸ, ਚਲੋ ਅਸੀਂ ਅੱਜ ਦੇ ਮੈਨ ਆਫ ਗੋਡ ਦੀ ਚਲੋ ਗੱਲ ਬਾਅਦ ਹੀ ਕਰਦੇ ਹਾਂ, ਕਿਉਂਕਿ ਪਰਮੇਸ਼ਵਰ ਉਹਨਾਂ ਦੇ ਨਾਲ ਕੰਮ ਕਰੀ ਜਾ ਰਿਹਾ, ਕਰਨਾ ਹੀ ਆ, ਔਰ ਕਰਨਾ ਹੀ ਆ, ਹਮੇਸ਼ਾ ਕਰਨਾ, ਕੋਈ ਰੋਕ ਨਹੀਂ ਸਕਦਾ। ਨਿਊ ਪਾਸਟਰਸ ਜਿਨ੍ਹਾਂ ਦੇ ਕੌਂਸ਼ੀਅਸ ਪ੍ਰਭੂ ਦੇ ਆਤਮਾ ਦੇ ਅਕੋਰਡਿੰਗ ਬਣ ਰਹੇ, ਉਹ ਵੀ ਕਰਨਗੇ। ਔਰ ਪਾਸਟਰ ਜੀ, ਔਰ ਪਾਸਟਰ ਜੀ, ਸਭ ਤੋਂ ਵੱਡੀ ਚੀਜ਼ ਹੈ ਕਿ ਬਾਈਬਲ ਦੇ ਵਿੱਚ ਇਦਾਂ ਦੇ ਮਿਰਕਲ ਆ, ਇਦਾਂ ਦੇ ਕੰਮ ਪਰਮੇਸ਼ਵਰ ਨੇ ਅਲੀਸ਼ਾ, ਮੂਸਾ, ਨਬੀ, ਜਿੱਥੇ ਜਾ ਕੇ ਅਸੀਂ ਜਿਹੜੀ ਚੀਜ਼ ਸੋਚ ਨਹੀਂ ਸਕਦੇ, ਉਹ ਪਰਮੇਸ਼ਵਰ ਨੇ ਉਹਨਾਂ ਦੇ ਨਾਲ ਕੀਤੀ।
ਨਮਕ ਪਾ ਕੇ ਪਾਣੀ ਮਿੱਠਾ ਕਰਦੇ ਸੀਗੇ ਉਹਦਾ। ਦੇਖੋ ਪਾਣੀ ਅਗਰ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਦੇਖੋ ਸਭ ਤੋਂ ਵੱਡੀ ਚੀਜ਼ ਅਗਰ ਅਸੀਂ ਮਿਰਕਲ ਦੀ ਗੱਲ ਕਰੀਏ ਨਾ ਤਾਂ ਬਹੁਤ ਜ਼ਿਆਦਾ ਚੀਜ਼ਾਂ ਆ ਜੋ ਅਸੀਂ ਪੇਸ਼ ਕਰੀਆਂ, ਇਸ ਲਈ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਮੈਨੂੰ ਲੱਗਦਾ ਕਿ ਮੈਂ ਬਸ ਜੀ ਚਾਹੁੰਦਾ ਕਿ ਛੋਟੀ ਜੀ ਗੱਲ ਜੀ ਸੁਣੋ, ਜੇ ਪ੍ਰਭੂ ਵੰਡਰਸ, ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਜੀ, ਜੇ ਪਰਮੇਸ਼ਰ ਦਾ ਆਤਮਾ ਪੁਰਾਣੇ ਨੇਮ 'ਚ ਇੱਕ ਪਰਸਨ ਦੇ ਉੱਤੇ ਉਤਰ ਕੇ ਬਿਗ ਥਿੰਗਸ ਕਰ ਸਕਦਾ, ਵੱਡੇ ਮਿਰੈਕਲਸ ਕਰ ਸਕਦਾ, ਬਾਈਬਲ 'ਚ ਯੋਹਾਨ ਨਾਮ ਦੀ ਪੁਸਤਕ 'ਚ ਲੈ, ਅੰਤ ਦੇ ਦਿਨ 'ਚ ਮੈਂ ਆਪ ਦਾ ਆਤਮਾ ਸਾਰੇ ਸਰੀਰਾਂ ਦੇ ਉੱਤੇ ਬਹਾ ਦਾਂਗਾ। ਕਹਿਣ ਦਾ ਮਤਲਬ ਜਿੰਨੇ ਹੋਲੀ ਗੋਸਟ ਪਾਲਿਆ ਉਹ ਯੀਸ਼ੂ ਮਸੀਹ ਦੇ ਨਾਮ 'ਚ ਕੁਛ ਵੀ ਕਰ ਸਕਦਾ, ਕੁਛ ਵੀ ਪਰਫੋਰਮ ਕਰ ਸਕਦਾ, ਕਿਸੇ ਨੂੰ ਵੀ ਹੀਲ ਕਰ ਸਕਦਾ। ਮੈਂ ਇੱਕ ਚੀਜ਼ ਹੋਰ ਬਸ ਜੀ ਸੋਰੀ, ਮੇਰੇ ਮੈਨੂੰ ਜੋ ਹੋਲੀ ਸਪਿਰਿਟ ਅੰਦਰੋਂ ਪਾ ਰਿਹਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਇੱਕ ਚੀਜ਼ ਹੋਰ ਇਸੇ ਗੱਲ ਦੇ ਵਿੱਚੋਂ ਆ ਗਈ, ਜੋ ਜਦੋਂ ਪਰਮੇਸ਼ੁਰ ਦਾ ਆਤਮਾ ਹੀ ਆ ਤੇ ਉਦੋਂ ਸਾਰਾ ਕੁਝ। ਮੈਂ ਇਹ ਚੀਜ਼ ਜਾਣਦਾ ਕਿ ਅਗਰ ਉਹ ਗੱਲਾਂ ਤੁਸੀਂ ਕਰ ਰਹੇ ਹੋ ਕਿ ਮਿਰਕਲ ਏਦਾਂ ਮਿਰਕਲ ਨਹੀਂ ਗਿਆ ਜਿਹੜੇ ਟਾਈਮ 'ਚ, ਮੈਂ ਇੱਕ ਚੀਜ਼ ਕਹਾਂਗਾ, ਤੁਹਾਡਾ ਵਿਸ਼ਵਾਸ ਯੀਸ਼ੂ ਮਸੀਹ ਤੇ ਹੈ ਹੀ ਨਹੀਂ। ਬਿਲਕੁਲ ਨਹੀਂ ਜੀ, ਤੁਹਾਡਾ ਵਿਸ਼ਵਾਸ ਹੋਲੀ ਸਪਿਰਿਟ ਤੇ ਹੈ ਹੀ ਨਹੀਂ, ਕਿਉਂਕਿ ਪ੍ਰਭੂ ਯੀਸ਼ੂ ਮਸੀਹ ਇੱਕ ਜਗ੍ਹਾ ਤੇ ਕਹਿ ਰਿਹਾ ਆਪਣੇ ਚੇਲਿਆਂ ਨੂੰ। ਚੇਲੇ ਕਹਿੰਦੇ ਕਿ ਅਸੀਂ ਪਰਮੇਸ਼ੁਰ ਆ ਕੰਮ ਕਿਉਂ ਨਹੀਂ ਕਰ ਸਕੇ, ਪ੍ਰਭੂ ਯੀਸ਼ੂ ਮਸੀਹ ਕਹਿੰਦਾ ਤੁਸੀਂ ਵਿਸ਼ਵਾਸ ਦੇ ਘਾਟੇ ਨਾਲ, ਕਹਿੰਦਾ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੋਵੇ, ਬਿਲਕੁਲ ਪਹਾੜ ਨੂੰ ਕਹੋ ਉੱਠ ਤੇ ਸਮੁੰਦਰ ਵਿੱਚ ਜਾ ਡਿੱਗ, ਉਹ ਚਲਾ ਜਾਵੇਗਾ। ਇੱਕ ਪਹਾੜ ਕੀ ਹੈ, ਇੱਕ ਵੰਡਰ ਗੱਲ ਲਿਖੀ, ਸੰਦੇਹ ਨਾ ਕਰੇ ਤਾਂ ਉਹ ਪਹਾੜ ਕਹਿੰਦਾ ਆਪਾਂ ਨੂੰ ਮਿੱਟੀ ਦੇ ਭਾਰ ਨੂੰ ਕਹਿੰਦੇ, ਉਹ ਤਕਲੀਫਾਂ ਦਾ, ਦੁੱਖਾਂ ਦਾ, ਬਿਮਾਰੀਆਂ ਦਾ ਭਾਰ। ਯੈਸ, ਰਾਈਟ ਗੱਲ ਆ ਪਾਸ ਜੀ, ਬਿਲਕੁਲ ਤੁਹਾਡੀ। ਔਰ ਮੈਂ ਚਾਹੁੰਦਾ, ਟਾਈਮ ਬਹੁਤ ਆ ਹੋ ਚੁੱਕਾ ਆ ਸਾਨੂੰ, ਤੇ ਮੈਂ ਚਾਹੁੰਦਾ ਆ ਕਿ ਅਸੀਂ ਅਗਲੇ ਸਵਾਲ ਦੇ ਵੱਲ ਜਾਈਏ, ਕਿਉਂਕਿ ਇਹ ਇੱਕ ਏਦਾਂ ਦਾ ਕੁਐਸਚਨ ਪੁੱਟ ਕਰ ਦਿੱਤਾ ਆ ਜਿਹਦਾ ਆਨਸਰ ਬਾਈਬਲ ਪੂਰੀ ਭਰੀ ਹੋਈ ਆ। ਮੈਨੂੰ ਲੱਗਦਾ ਬਾਈਬਲ ਪੜ੍ਹਦੇ, ਮੈਂ ਇੱਕ ਵਾਰ ਫੇਰ ਕਹਿ ਰਿਹਾ, ਬਾਈਬਲ ਪੜ੍ਹਦੇ ਆ ਪਰ ਉਹ ਧਿਆਨ ਨਹੀਂ ਕਰਦੇ। ਹੱਥ ਜੋੜ ਕੇ ਬੇਨਤੀ, ਚਿੰਨ ਚਮਤਕਾਰਾਂ ਦਾ ਵਿਰੋਧ ਨਾ ਕਰੋ, ਕਿਉਂਕਿ ਪਵਿੱਤਰ ਆਤਮਾ ਯੀਸ਼ੂ ਮਸੀਹ ਤੇ ਖੁਦਾ ਦੀ ਇੱਛਾ ਨਾਲ ਕੰਮ ਕਰ ਰਿਹਾ ਹੈ, ਪੰਜਾਬ ਦੇ ਉੱਤੇ, ਇੰਡੀਆ ਦੇ ਉੱਤੇ, ਚਰਚਿਸ ਦੇ ਉੱਤੇ। ਔਰ ਪ੍ਰਭੂ ਯੀਸ਼ੂ ਮਸੀਹ ਦੀ ਸੰਪੂਰਨ ਟੀਚਿੰਗ ਦਾ ਚਰਿੱਤਰ ਦੇ ਨਾਲ ਮਿਰੈਕਲ ਕਰਨ ਵਾਲੇ ਵੀ ਬਣੋ। ਆਮੇਨ। ਔਰ ਆਤਮਿਕ ਪਿਤਾ ਜੋ ਸਾਨੂੰ ਪਰਮੇਸ਼ਵਰ ਨੇ ਦਿੱਤੇ ਆ, ਦੇਖੋ ਇੱਕ ਮੈਂਟਰ ਤੋਂ ਬਿਨਾਂ ਤੁਸੀਂ ਕਦੇ ਨਹੀਂ ਵੱਧ ਸਕਦੇ, ਨੈਵਰ ਐਵਰ। ਠੀਕ ਹੈ ਜੀ, ਇੱਕ ਤੁਹਾਡੀ, ਇੱਕ ਬੰਦੇ ਦੀ, ਇੱਕ ਇਨਸਾਨ ਜਿਹੜਾ ਮੈਨ ਆਫ ਗੋਡ ਆ, ਉਹਦੀ ਜ਼ਿੰਦਗੀ 'ਚ ਇੱਕ ਮੈਂਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਲਗਾਮ ਰੱਖ, ਬਿਲਕੁਲ। ਇੱਕ ਮੈਂਟਰ ਤੋਂ, ਯੀਸ਼ੂ ਮਸੀਹ ਜਦੋਂ ਧਰਤੀ 'ਤੇ ਆਏ, ਉਹਨਾਂ ਨੇ ਆਪਣਾ ਕੰਮ ਕੀਤਾ, ਉਹਨਾਂ ਨੇ ਯਹੋਵਾ ਪਰਮੇਸ਼ਵਰ ਨੂੰ ਮੂਹਰੇ ਰੱਖਿਆ। ਰਾਈਟ, ਬਿਲਕੁਲ ਜੀ। ਉਹਨਾਂ ਦਾ ਮੈਂਟਰ ਕੌਣ ਸੀ? ਖੁਦਾ। ਬਿਲਕੁਲ। ਔਰ ਤੁਸੀਂ ਦੱਸ ਸਕਦੇ ਹੋ ਪਾਸੇ ਜੀ, ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਇਸ ਵਿਸ਼ੇ ਦੇ, ਕਿ ਅੱਜ ਇੱਕ ਇਸ ਗੱਲ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਆ ਕਿ ਇੱਕ ਆਤਮਿਕ ਪਿਤਾ ਦੇ ਖਿਲਾਫ ਬਹੁਤ ਗੱਲਾਂ ਹੁੰਦੀਆਂ ਆ ਕਿ ਇਹ ਚੀਜ਼ ਗਲਤ ਆ, ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ। ਦੇਖੋ ਜੀ, ਇੱਕ ਨਿੱਕੀ ਜਿਹੀ ਚੀਜ਼ ਆ ਜਿਸ ਤੇ ਲੈ ਕੇ ਬਸ ਲੋਕਾਂ ਨੂੰ ਗਲਤ ਸਿੱਖਿਆ ਦਿੱਤੀ ਜਾਂਦੀ। ਮੈਂ ਬਸ ਜੀ ਸਿਰਫ ਇੱਕ ਗੱਲ ਹੀ ਕਹੂੰਗਾ ਕਿ ਜਿਹੜੇ ਬੰਦੇ ਸਵਾਲ ਉਠਾਉਂਦੇ ਨੇ ਉਹ ਸਾਰੀਆਂ ਚੀਜ਼ਾਂ ਬਾਈਬਲ ਵਿੱਚੋਂ ਪੜ੍ਹ ਲੈਂਦੇ, ਪਰ ਜਿਹੜੀਆਂ ਸਭ ਤੋਂ ਮੇਨ ਚੀਜ਼ਾਂ ਹੁੰਦੀਆਂ ਉਹ ਛੱਡ ਜਾਂਦੇ, ਜਾਂ ਛੱਡ ਜਾਂਦੇ, ਜਾਂ ਧਿਆਨ ਹੀ ਨਹੀਂ ਦਿੰਦੇ ਉਹਨਾਂ ਦੇ। ਜਿਹੜੀਆਂ ਚੀਜ਼ਾਂ ਸਾਨੂੰ ਸਵਰਗ ਲੈ ਜਾਣ ਦੀ ਸਪੀਡ ਹੁੰਦੀ ਹੈ, ਫਾਸਟ ਫਾਰਵਰਡ ਕਰਦੀ। ਮੈਨੂੰ ਪਤਾ ਹੈ, ਮੈਂ ਇਸ ਗੱਲ ਨੂੰ ਜਾਣਦਾ ਕਿ ਇਹ ਗੱਲਾਂ ਜਿਹੜੀ ਸਪਿਰਚੁਅਲ ਫਾਦਰ ਵਾਲੀ ਗੱਲ ਹੈ, ਇਹ ਲੋਕਾਂ ਦੇ ਦਿਮਾਗ ਵਿੱਚ ਇੱਕ ਕੁੰਡੀ ਦੀ ਤਰ੍ਹਾਂ ਅੜੀ ਹੋਈ ਹੈ। ਓਕੇ, ਜਿੱਦਾਂ ਕਿਸੇ ਕੁੰਡੀ ਵਿੱਚ ਕੋਈ ਚੀਜ਼ ਨਹੀਂ ਅੜ ਜਾਂਦੀ, ਉਹ ਕੱਢਣੀ ਖਿੱਚ ਕੇ ਕੱਢਣੀ ਪੈਂਦੀ ਹੈ, ਹੁੱਕ ਦੀ ਤਰ੍ਹਾਂ ਕਰ ਜਾਂਦੀ ਹੈ। ਉਸੇ ਤਰ੍ਹਾਂ ਮੈਂ ਆਪਣੇ ਕੋਲੋਂ ਨਹੀਂ, ਬਟ ਮੈਂ ਤੁਹਾਨੂੰ ਬਾਈਬਲ ਦੇ ਵਿੱਚੋਂ ਇੱਕ ਵਰਸ ਪੜਾਉਣਾ। ਯੈਸ, ਬਸ ਸ਼ੋਰ। ਹਾਂਜੀ, ਆਪਾਂ ਪੜਾਂਗੇ ਪਹਿਲਾ ਕੋਰਿੰਥੀਆ ਉਹਦਾ 4 ਅਧਿਆਏ ਉਹਦੀ 15 ਆਇਤ ਵਿੱਚ, ਉੱਥੇ ਇਸ ਤਰ੍ਹਾਂ ਲਿਖਿਆ, ਭਾਵੇਂ ਹੀ ਮਸੀਹ ਵਿੱਚ 10,000 ਉਸਤਾਦ ਤੁਹਾਡੇ ਹੋਣ, ਪਰ ਪਿਓ ਤੁਹਾਡੇ ਬਹੁਤੇ ਨਹੀਂ। ਇਸ ਲਈ ਜੋ ਮਸੀਹ ਯਿਸੂ ਵਿੱਚ ਖੁਸ਼ਖਬਰੀ ਦੇ ਵਸੀਲੇ ਨਾਲ ਤੁਹਾਡਾ ਪਿਓ ਮੈਂ ਹੀ ਹਾਂ। ਹਿੰਦੀ 'ਚ ਪੜ੍ਹਿਓ ਜੀ। ਕਿਉਂਕਿ ਯਦਿ ਮਸੀਹ ਮੇਂ ਤੁਹਾਰੇ ਸਿਖਾਣੇ ਵਾਲੇ 10,000 ਵੀ ਹੋਤੇ, ਤਬੀ ਤੁਹਾਰੇ ਪਿਤਾ ਬਹੁਤ ਸੇ ਨਹੀਂ, ਇਸ ਲਈ ਕਿ ਮਸੀਹ ਯਿਸੂ ਮੇਂ ਸੁਸਮਾਚਾਰ ਕੇ ਦੁਆਰਾ ਮੈਂ ਤੁਹਾਰਾ ਪਿਤਾ ਹੁਆ। ਹਾਂਜੀ, ਇੱਥੇ ਹੁਣ ਆਪਾਂ ਜਦੋਂ ਦੇਖਦੇ ਹਾਂ, ਪੌਲਸ ਕਲੀਸਿਆ ਨੂੰ ਲਿਖਦਾ ਪਿਆ, ਕਹਿੰਦਾ ਤੁਸੀਂ ਜਿੱਥੋਂ ਮਰਜ਼ੀ ਸਿੱਖੋ, ਜਿੱਥੋਂ ਮਰਜ਼ੀ ਗ੍ਰਹਿਣ ਕਰੋ, ਪਰ ਜਦੋਂ ਤੁਹਾਡੇ ਸਪਿਰਚੁਅਲ ਲਾਈਫ ਨੂੰ ਔਰ ਤੁਹਾਡੇ ਜਿਹੜਾ ਤੁਹਾਡੀ ਜਿਹੜੀ ਆਤਮਾ ਨੂੰ ਪਰਮੇਸ਼ੁਰ ਦੇ ਨਾਲ ਜੇ ਮੈਂ ਜੋੜਦਾ, ਤਾਂ ਤੁਹਾਡੇ ਆਤਮਾ ਦਾ ਪਿਤਾ ਮੈਂ ਹੀ ਹਾਂ। ਔਰ ਤਿਮੋਥੀਅਸ ਔਰ ਤੀਤੁਸ, ਪੌਲਸ ਦੇ ਸਪਿਰਚੁਅਲ ਸਨ। ਹਾਂਜੀ, ਕਲੀਅਰ ਕਰਦਾ ਇਸ ਚੀਜ਼ ਨੂੰ, ਤੇ ਤਾਂ ਹੀ ਤਿਮੋਥੀਅਸ ਨੂੰ ਕਹਿੰਦਾ ਪੌਲਸ, ਕਹਿੰਦਾ ਜਿਹੜੀਆਂ ਭਵਿੱਖਬਾਣੀਆਂ ਤੇਰੇ ਵਿਸ਼ੇ ਵਿੱਚ ਕੀਤੀਆਂ ਗਈਆਂ ਉਹਨਾਂ ਦੇ ਲਈ ਚੰਗੀ ਲੜਾਈ ਲੜ। ਬਿਲਕੁਲ ਬਿਲਕੁਲ, ਠੀਕ ਹੈ ਜੀ।
सब तो वड्डा जिहड़ा वीक पॉइंट अजकल दे मसीहां दा यही है कि किसी नूं अपना अगुआ नहीं बना के खुश सोच सकते हैं जिहड़ी जिहड़ी वचन चो बाहर ना जाओ। मैं चीज कहना वचन चो बाहर ना जाओ। देखो असी असी तुहाडे तो छोटे हाँ, ठीक है जी, जो जो इन चीज़ों के खिलाफ आ, अगर असी थोड़े तो छोटे हाँ सी ता साडा काम यह नहीं गा कि असी थोड़े मन नूं ठेस साडी एज भी ज़्यादा नहीं हैगी, असी थोड़े मन नूं ठेस नहीं पहुँचा रहे, सिर्फ ये चीज़ दस रहे हैं कि तुसी लोगों नूं गलत गाइड ना करो, गलत शिक्षा ना दो, क्योंकि देखो परमेश्वर का राज गल्लां बातां नाल नहीं है। ठीक है जी, और मैं पता है कि गल्लां पहनो पूरा पहनो, हाँ गल्लां बातां कुछ ज्यादा होंगे पर प्रचार घट हुंदा। देखो किसी नूं किसी दास नूं मूहरे रख के तुसी उहदे ते प्रचार ना दो। देखो मैं एक गल जानदा पास जी, अगर तुसी किसी दास नूं अगे रख के एक मैन ऑफ गॉड की बुराई करके उहनूं गल्लां गल्लां दे विच, देखो समझ सारिआं नूं आ, ये तो गल है नहीं गी कि बंदा कि तुसी गल किसी लिए कर रहे हैं तो बंदे नूं समझ नहीं लगेगी, ये चीज़ रौं गया। अज दुनिया मच्योर आ खास करके आत्मिक चीजा प्यासे भी, हाँ जी आत्मिक चीजा च। देखो जी साड़ी साफ तो स्पष्ट गल आ, असी कोई घुमा फरा के नहीं गल करते, जो भी तुहाडे सामने असी पेश किया वो सारा बाइबल दे विचों किया, अगर असी बाइबल चो बाहर आ तुसी अपने कमेंट सानू पा सकते हो, अगर एक मैं एक पॉइंट भी साडा बाइबल चो बाहर आ। ठीक है जी, देखो जो असी जो साढ़े अंदर परमेश्वर ने पाया असी तुहाडे नाल सांझा कीता, और इस तो बाद मेरा मैनू पता है कि तुसी अपने कमेंट दे विच तुसी उह चीज़ां नू दस सकदे हो कि ये चीज़ां गलत आ जां सही आ। देखो साडा सानू पता साढ़े आत्मिक अगुए जिहड़े जिन्हां दे द्वारा असी चलदे हाँ, और सब तो वड्डी चीज़ है कि परमेश्वर का आत्मा सानू समझ दिंदा। मैं एक चीज़ होर कहना चाहूँगा पास जी, तुसी कहना खनी मजाक कर रहा पर मैं एक चीज़ होर कहना चाहूँगा भाई, परमेश्वर दे कोलो जिहड़े गल्लां करदे दुआ करो परमेश्वर तुहानू बुद्ध दवे, तुहानू समझ दवे, घाटा होवे तां मंगो। सब तो पहली चीज़ तुसी दूसरिआं नूं कहिंदे मैं तुहानू कहिंदा आ, चाहे जिथे मर्जी इस चीज़ नूं कहावतां विच लिखिआ कहिंदा कि अपनी बुद्धि दे लई प्रार्थना कर, बुद्ध हाँ बुद्ध दा घाटा जिहनूं मैं तूं पुकारे, और बुद्ध तुहानू पुकारदी पई आ कि तुसीं बुद्ध बुद्ध नूं अपने अंदर लो। ठीक है, पर तुहाडे तों बुद्ध बहुत दूर आ, हले मेरा जो मेरी जो थिंकिंग आ, तुसीं प्लीज़ अपने लिए प्रेयर करो कि परमेश्वर तुहानू इन्हां चीज़ां दे विच ना फसावे कि जिहड़ियां तुहाडी जिंदगी दे विच गलत इफेक्ट लैके आ। बिल्कुल पास जी, ये चीज नॉर्मल नहीं है, एक तुसी मैन ऑफ गॉड के खिलाफ बोलोगे वो चीज तुहाडे लिए शराब पैदा कर दी है। रब सीन दे नामा मैनूं होली गोस दस्स रहा है, किसी परसन दे मन दे विच दसवंध नूं लैके क्वेश्चन आया एक, सुनो अज लोकी कोई क्वेश्चन पुट करदे आ कि पैसा पैसा पैसा, सुनो कलाम च लिखिया कि पहली कलीसिया जिन्ना किसी ने परमेश्वर नूं ऑफरिंग नहीं दित्ती, पहली कलीसिया जिन्नी किसी ने नहीं ऑफरिंग दिती। जे अज लोग परमेश्वर के काम के लिए बीज रहे तो लोग विरोध करते हैं कि उस जगह कहो बीज रहे क्यों हो रहा। सुनो तुसी आपका बीजना ना छड़ो परमेश्वर के घर और दसवंध जो तुसी परमेश्वर के नाम के जो तुसी दोगे दसवंध और तुसी वधोगे यीशु मसीह के नाम च। आमीन। देखो बस जी मैं तुहाडी गल का जवाब देना, ਜਿਹੜੇ ਤੁਸੀਂ ਕਿ ਪਾਸਟਰਾਂ ਦੇ ਦੋਸ਼ ਲਾਉਂਦੇ ਆ ਸਪਿਰਚੁਅਲ ਪਾਸਟਰਾਂ ਦੇ ਉੱਤੇ ਆਤਮਿਕ ਜੀ, ਦੇਖੋ ਜਦੋਂ ਅਸੀਂ ਜਕਰੀਆਂ ਦੀ ਕਿਤਾਬ ਵਿੱਚ ਪੜ੍ਹਦੇ ਹਾਂ ਤਾਂ ਪਰਮੇਸ਼ੁਰ ਨੇ ਡਾਇਰੈਕਟਲੀ ਕਹਿਤਾ, ਕਹਿੰਦਾ ਜਿਹੜਾ ਮੇਰੇ ਦਾਸ ਤੇ ਜਿਹੜਾ ਮੇਰੇ ਭੇਜੇ ਹੋਏ ਤੇ ਉਂਗਲ ਉਠਾਉਂਦਾ ਹੈ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਹੈ, ਤੇ ਜਿਹੜਾ ਪਰਮੇਸ਼ੁਰ ਨੂੰ ਮਾੜਾ ਜਿਹਾ ਡਿਸਟਰਬ ਕਰੂਗਾ, ਅੱਖ ਦੀ ਪੁਤਲੀ ਆਪਾਂ ਜਾਣਦੇ ਕਿ ਇੱਕ ਨਾਜ਼ੁਕ ਚੀਜ਼ ਹੈ, ਜਿਹੜਾ ਪਰਮੇਸ਼ੁਰ ਨੂੰ ਡਿਸਟਰਬ ਕਰੂਗਾ ਤੇ ਪਰਮੇਸ਼ੁਰ ਉਹਦਾ ਕੀ ਹਾਲ ਕਰੂਗਾ। ਬਿਲਕੁਲ ਬਿਲਕੁਲ, ਸਭ ਤੋਂ ਵੱਡੀ ਤੇ ਰੌਂਗ ਗੱਲ ਹੈ ਕਿਸੇ ਦੇ ਖਿਲਾਫ਼ ਬੋਲਣਾ, ਕਿਉਂਕਿ ਜਬੂਰਾਂ ਦੇ ਵਿੱਚ ਲਿਖਿਆ ਹੋਇਆ ਪਰਮੇਸ਼ੁਰ ਕਹਿੰਦਾ ਤੇਰੇ ਕੋਲ ਕੀ ਹੱਕ ਕਿ ਤੂੰ ਕਿਸੇ ਨੂੰ ਦੋਸ਼ੀ ਕਰਾਰ ਦੇ। ਬਿਲਕੁਲ, ਨਿਆਂ ਕਰਨ ਵਾਲਾ ਕਲਾਮ ਚ ਬਾਰ ਬਾਰ ਲਿਖਿਆ ਯਹੋਵਾ ਹੀ ਹੈ, ਯਹੋਵਾ ਯਹੋ ਪਰਮੇਸ਼ੁਰ ਤੋਂ ਬਿਨਾਂ ਤੁਸੀਂ ਨਾ ਤੁਸੀਂ ਖੁਦ ਨਾ ਨਿਆਂ ਕਰੋ ਪਰਮੇਸ਼ੁਰ ਤੇ ਛੱਡੋ। ਦੇਖੋ ਸਭ ਤੋਂ ਵੱਡੀ ਚੀਜ਼ ਆ ਜੋ ਤੁਸੀਂ ਦੇਖ ਰਹੇ ਹੋ, ਔਰ ਪਾਸਟਰ ਜੀ ਮੈਂ ਇੱਕ ਗੱਲ ਜਾਣਦਾ, ਪਾਸਟਰ ਸੈਮੂਅਲ ਔਰ ਪਾਸਟਰ ਜੋਨ ਜੀ, ਦੇਖੋ ਜੀ ਮੈਂ ਇੱਕ ਗੱਲ ਜਾਣਦਾ ਜੋ ਮੈਂ ਕਰੂੰਗਾ ਉਹਦਾ ਫਲ ਮੈਂ ਪਾਊਂਗਾ। ਬਿਲਕੁਲ ਜੀ, ਠੀਕ ਹੈ ਜੀ, ਔਰ ਤੁਸੀਂ ਸਭ ਵੀ ਇਸ ਚੀਜ਼ ਨੂੰ ਸਮਝਦੇ ਹੋ ਵਚਨ ਦੇ ਮੁਤਾਬਿਕ,
ਜੋ ਮੈਂ ਆਪਣੀ ਜ਼ਿੰਦਗੀ 'ਚ ਸਾਡੇ ਗ੍ਰੈਂਡ ਸਪਿਰਚੁਅਲ ਫਾਦਰ ਸਾਨੂੰ ਦੱਸਦੇ ਹੁੰਦੇ ਆ, ਸਿਖਾਉਂਦੇ ਆ ਕਿ ਜੋ ਤੁਸੀਂ ਬੀਜੋਗੇ ਉਹ ਤੁਸੀਂ ਕੱਟੋਗੇ, ਠੀਕ ਆ ਜੀ। ਜੋ ਤੁਹਾਡੀ ਜ਼ਿੰਦਗੀ 'ਚ ਤੁਸੀਂ ਕਿਸੇ ਦੇ ਨਾਲ ਕਰੋਗੇ ਉਹ ਤੁਹਾਡੇ ਨਾਲ ਹੋਊਗਾ, ਠੀਕ ਆ ਜੀ। ਅਗਰ ਤੁਹਾਡੀ ਸੋਚ ਵੱਡੀ ਆ ਤਾਂ ਤੁਸੀਂ ਕਦੀ ਵੀ ਕਿਸੇ ਦੇ ਖਿਲਾਫ਼ ਨਹੀਂ ਬੋਲੋਗੇ, ਹਮੇਸ਼ਾ ਤੁਹਾਡਾ ਟਾਰਗੇਟ ਤੁਹਾਡੇ ਖੁਦ ਦੇ ਜੋ ਪਰਮੇਸ਼ੁਰ ਨੇ ਤੁਹਾਨੂੰ ਕਾਲਿੰਗ ਦਿੱਤੀ ਆ ਉਹਦੇ 'ਤੇ ਹੋਊਗਾ, ਕਿਸੇ ਦੀ ਮਿਨਿਸਟਰੀ ਵੱਲ। ਸਟੋਪ ਕਰੋ ਇਹ ਚੀਜ਼ਾਂ ਕਹਿਣਾ ਕਿ ਆਹ ਚੀਜ਼ ਜਿੱਥੇ ਪਰਮੇਸ਼ੁਰ ਦਾ ਆਤਮਾ ਜੁੰਬਸ਼ ਕਰਦਾ ਉਸ ਜਗ੍ਹਾ ਨੂੰ ਕਹਿਣਾ ਸਟੋਪ ਕਰੋ ਕਿ ਸ਼ੈਤਾਨ ਵੱਲੋਂ ਇਹ, ਤੁਸੀਂ ਏਦਾਂ ਨਾ ਹੋਏ, ਤੁਸੀਂ ਜਾਣੇ ਜਾਂ ਅਣਜਾਣੇ ਜਾਂ ਮੂਰਖਤਾ ਕਰਕੇ ਖੁਦਾ ਦੇ ਕਲਾਮ ਤੇ ਖੁਦਾ ਦੀ ਆਤਮਾ ਨੂੰ ਸ਼ੋਕਿਤ ਕਰ ਦੋ ਜੀ 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 ਜੀ, ਔਰ ਜਾਂ ਖੁਦਾ ਦੇ ਆਤਮਾ ਦਾ ਇਨਕਾਰ ਕਰ ਦੋ ਜੀ। ਔਰ ਥੈਂਕਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਔਰ ਪਰਮੇਸ਼ੁਰ ਦੇ ਇਹਨਾਂ ਗੱਲਾਂ ਦੇ ਵਿੱਚ ਸਾਂਝੀ ਹੋਏ, ਪਰਮੇਸ਼ੁਰ ਦੀ ਇਸ ਹਜ਼ੂਰੀ ਦੇ ਵਿੱਚ ਸਾਂਝੀ ਹੋਏ। ਅਗਰ ਤੁਹਾਡੇ ਦਿਲ 'ਚ ਕੋਈ ਵੀ ਕੁਐਸਚਨ ਆ ਤੁਸੀਂ ਆਪਣੇ ਕਮੈਂਟ ਵਿੱਚ ਛੱਡ ਸਕਦੇ ਹੋ, ਤਾਂ ਕਿ ਅਸੀਂ ਜਦੋਂ ਅਸੀਂ ਦੁਬਾਰਾ ਬੈਠੀਏ ਉਹਨਾਂ ਸਵਾਲਾਂ ਦੇ ਲਈ ਅਸੀਂ ਆਨਸਰ ਲੈ ਕੇ ਆਈਏ ਤੁਹਾਡੀਆਂ। ਔਰ ਮੇਰਾ ਵਿਸ਼ਵਾਸ ਹੈ ਪੇਸ਼ੈਂਸ ਨੇ ਜੋ ਮੇਰਾ ਵਿਸ਼ਵਾਸ ਹੈ ਕਿ ਪਾਸਟਰ ਜੀ ਅਸੀਂ ਜਲਦੀ ਇਸੇ ਤਰ੍ਹਾਂ ਫਿਰ ਮਿਲਾਂਗੇ, ਮਹੀਨੇ 'ਚ ਹਫ਼ਤੇ 'ਚ ਤੁਹਾਡੇ ਨਾਲ ਜਲਦੀ ਜੁੜਦੇ ਰਹਾਂਗੇ ਵਾਲੇ ਬਦਲਾਂ ਦੇ ਨਾਲ। ਬਸ 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 ਪਰਮੇਸ਼ੁਰ ਦੇ ਕੰਮਾਂ ਨੂੰ ਅਸੀਂ ਇਸੇ ਤਰ੍ਹਾਂ ਵਧਾਵਾਂਗੇ। ਔਰ ਅੱਜ ਤੋਂ ਬਾਅਦ ਇਹ ਤੁਹਾਡੇ ਨਾਲ ਪ੍ਰੋਮਿਸ ਆ, ਤੁਸੀਂ ਆਪਣੇ ਕਮੈਂਟ ਛੱਡ ਸਕਦੇ ਹੋ ਅਗਰ ਤੁਹਾਡਾ ਕੋਈ ਵੀ ਸਵਾਲ ਆ। ਅਸੀਂ ਤਿੰਨ ਭਰਾ ਜੋ ਮਸੀਹ ਦੇ ਵਿੱਚ ਆ, ਠੀਕ ਆ ਜੀ, ਤੁਸੀਂ ਸਾਡੇ ਭੈਣ ਭਰਾ ਹੋ, ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਤੁਹਾਡਾ ਕੋਈ ਵੀ ਕੁਐਸਚਨ ਆ ਅਸੀਂ ਸਭ ਡਿਸਕਸ ਕਰਕੇ ਵਚਨ ਦੇ ਵਿੱਚੋਂ ਹੀ ਉਹਦਾ ਜਵਾਬ ਆਨਸਰ ਲੈ ਕੇ ਆਵਾਂਗੇ, ਵਚਨ ਦੇ ਵਿੱਚੋਂ ਹੀ, ਵਚਨ 'ਚੋਂ ਕੋਈ ਚੀਜ਼ ਬਾਹਰ ਨਹੀਂ ਹੋਊਗੀ। ਹਾਲੇਲੂਇਆ, ਤੁਸੀਂ ਬਿਗ ਮੈਨ ਆਫ ਗੋਡ ਨੂੰ ਸੁਣੋ ਜੋ ਆਤਮਾ ਦੀ ਰੀਤੀ ਦੇ ਨਾਲ ਚੱਲਦੇ ਆ, ਜੋ ਆਤਮਾ ਦੇ ਜ਼ਰੀਏ ਚੱਲਦੇ ਆ, ਤੁਸੀਂ ਉਹਨਾਂ ਨੂੰ ਨਾ ਸੁਣੋ ਜਿਹੜੇ ਆਤਮਾ ਤੋਂ ਬਾਹਰ ਹੋ ਕੇ ਚੱਲਦੇ। ਇੱਕ ਚੀਜ਼ ਹੋਰ ਮੈਂ ਕਹਿਣਾ ਚਾਹਾਂਗਾ, ਯੂਟਿਊਬ ਦੇ ਉੱਤੇ ਸੁਣਨਾ ਬੰਦ ਕਰੋ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਵੱਡੀ ਵੱਡੀ ਮਸ਼ਹੂਰੀ ਕਰਕੇ ਲਿਖੀਆਂ ਹੁੰਦੀਆਂ, ਕਿਆ ਆਪ ਜਾਣਨਾ ਚਾਹਤੇ ਹੈ ਯਿਸੂ ਮਸੀਹ ਇੰਡੀਆ ਮੇ, ਇੱਦਾਂ ਦੀਆਂ ਚੀਜ਼ਾਂ ਸੁਣਨੀਆਂ ਬੰਦ ਕਰੋ, ਬਾਈਬਲ ਪਕੜੋ ਔਰ ਇੱਕ ਨੂੰ ਸੁਣੋ ਔਰ ਤੁਸੀਂ ਸਹੀ ਰਸਤੇ 'ਤੇ ਜਾਓਗੇ ਯਿਸੂ ਦੇ ਨਾਮ 'ਚ। ਔਰ ਹਮੇਸ਼ਾ ਉਸ ਚੀਜ਼ ਨੂੰ ਸੁਣੋ ਜੋ ਤੁਹਾਡੀ ਜ਼ਿੰਦਗੀ 'ਚ ਤੁਹਾਡੀ ਆਤਮਿਕ ਤਰੱਕੀ ਲੈ ਕੇ ਆਵੇ, ਉਸ ਚੀਜ਼ ਨੂੰ ਨਹੀਂ ਸੁਣਨਾ ਜਿਹੜੀ ਤੁਹਾਡੀ ਜ਼ਿੰਦਗੀ ਡਿਸਟਰਬਿੰਗ ਲੈ ਕੇ ਆਵੇ, ਸ਼ਾਂਤੀ ਨੂੰ ਉਡਾਵੇ। ਬਿਲਕੁਲ, ਕਿਉਂਕਿ ਸਪਿਰਚੁਅਲ ਲਾਈਫ ਹੀ ਸਾਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਜਾ ਸਕਦੀ ਹੈ, ਔਰ ਆਤਮਿਕਤਾ ਤੋਂ ਬਿਨਾਂ ਅਸੀਂ ਪਰਮੇਸ਼ੁਰ ਦੇ ਨਾਲ ਕਦੀ ਨਹੀਂ ਜੁੜ ਸਕਦੇ। ਜੀ ਜੀ ਜੀ, ਔਰ ਧੰਨਵਾਦ ਕਰਦੇ ਹਾਂ ਖੁਦਾ ਦਾ ਜੋ ਇਸ ਵਿਸ਼ੇ ਦੇ ਵਿੱਚ ਸਾਨੂੰ ਪਰਮੇਸ਼ੁਰ ਨੇ ਤੁਹਾਡੇ ਨਾਲ ਜੋੜਿਆ ਕਿ ਤੁਹਾਡੇ ਨਾਲ ਅਸੀਂ ਗੱਲ ਕਰ ਸਕੀਏ। ਔਰ ਅਸੀਂ ਟਾਈਮ ਬਹੁਤ ਹੋ ਚੁੱਕਿਆ, ਫਿਰ ਦੁਬਾਰਾ ਤੁਹਾਡੇ ਨਾਲ ਬੈਠਾਂਗੇ, ਮਿਲਾਂਗੇ, ਗੱਲ ਕਰਾਂਗੇ ਪਰਮੇਸ਼ੁਰ ਦੇ ਕਲਾਮ 'ਚੋਂ ਜੋ ਵੀ ਸਾਨੂੰ ਪਰਮੇਸ਼ੁਰ ਸਾਡੇ ਦਿਲਾਂ 'ਚ ਪਾਵੇਗਾ। ਔਰ ਅਸੀਂ ਤੁਹਾਡੇ ਸਭ ਦੇ ਲਈ ਪ੍ਰਾਰਥਨਾ ਕਰਨਾ ਚਾਹੁੰਦੇ ਹਾਂ। ਪਾਸਟਰ ਜੋਨ ਜੀ, ਮੈਂ ਚਾਹੁੰਦਾ ਕਿ ਤੁਸੀਂ ਸਭ ਜੋ ਦੇਖ ਰਹੇ ਹੋ ਜੋ ਬਾਅਦ 'ਚ ਦੇਖਣ, ਔਰ ਇਸ ਵਿਸ਼ਿਆਂ ਦੇ ਲਈ ਖਾਸ ਕਰਕੇ ਪ੍ਰਾਰਥਨਾ ਕਰੋ ਕਿ ਲੋਕ ਇਹਨਾਂ ਚੀਜ਼ਾਂ ਨੂੰ ਨਾ ਕਰਨ ਔਰ ਜੋ ਗਲਤ ਗਾਈਡ ਕਰਦੇ ਆ ਉਹਨਾਂ ਚੀਜ਼ਾਂ 'ਚੋਂ ਨਿਕਲ ਜਾ। ਖੁਦਾ ਬਾਪ ਯਿਸੂ ਮਸੀਹ ਦੇ ਨਾਮ 'ਚ ਪਹਿਲਾਂ ਤਾਂ ਮੈਂ ਦੁਆ ਕਰਨਾ ਹਰੇਕ ਫਾਲਸ ਟੀਚਿੰਗ ਦਾ, ਝੂਠੀ ਸਿੱਖਿਆ ਦਾ, ਹਰੇਕ ਫਰਸਟ੍ਰੇਸ਼ਨ ਦਾ, ਸ਼ੈਤਾਨ ਦੁਆਰਾ ਦਿੱਤੇ ਹੋਏ ਉਹਨਾਂ ਕੰਮਾਂ ਦਾ, ਉਹਨਾਂ ਦੁੱਖਾਂ ਦਾ, ਉਹਨਾਂ ਕੁਸ਼ਚਨਾਂ ਨੂੰ ਮੈਂ ਯਿਸੂ ਦੇ ਨਾਮ 'ਚ ਦਬਾ ਦੇਣਾ ਔਰ ਖਤਮ ਕਰ ਦੇਣਾ ਔਰ ਥਾਂ ਕੁੰਡ 'ਚ ਭੇਜ ਦੇਣੀ ਯਿਸੂ ਦੇ ਨਾਮ 'ਚ। ਔਰ ਖੁਦਾਵੰਦ ਖੁਦਾ ਅਸੀਂ ਦੁਆ ਕਰਨੇ ਆ ਯਿਸੂ ਦੇ ਨਾਮ 'ਚ, ਜਿੰਨੇ ਬਿਮਾਰ ਨੇ ਉਹ ਚੰਗੇ ਹੋ ਜਾਣ, ਜਿੰਨੇ ਫਰਸਟ੍ਰੇਸ਼ਨ 'ਚ ਉਹ ਚੰਗੇ ਹੋ ਜਾਣ, ਔਰ ਖੁਦਾ ਜਿਹਨਾਂ ਨੂੰ ਜਿਹੜੇ ਫਾਈਨੈਂਸ਼ਲੀ ਪ੍ਰੋਬਲਮ 'ਚ ਆਜ਼ਾਦ ਹੋ ਜਾਣ, ਜਿਹਨਾਂ ਕੋਰਟ ਕਚਹਿਰੀ ਦਾ ਕੇਸ ਉਹ ਆਜ਼ਾਦ ਹੋ ਜਾਣ, ਔਰ ਜਿਹੜੇ ਸੱਚਮੁੱਚ ਆਤਮਾ 'ਚ ਵਧਣਾ ਚਾਹੁੰਦੇ ਆ ਉਹਨਾਂ ਨੂੰ ਪਰਮੇਸ਼ੁਰ ਸਹੀ ਗਾਈਡ ਕਰਨ ਵਾਲਾ ਅਗਵਾ ਔਰ ਸਪਿਰਚੁਅਲ ਫਾਦਰ ਮਿਲੇ ਔਰ ਪਵਿੱਤਰ ਆਤਮਾ ਦੇ ਵਚਨ ਉਹਨਾਂ ਨੂੰ ਸਮਝ ਆਉਣੀ ਯਿਸੂ ਮਸੀਹ ਦੇ ਸਮਰਥੀ ਨਾਮ 'ਚ, ਜੋ ਇਸ ਨੂੰ ਬਾਅਦ 'ਚ ਦੇਖਣ ਖੁਦਾ ਦੀ ਸੇਮ ਗ੍ਰੇਜ ਇਸ ਸਟੂਡੀਓ ਦੇ ਉੱਤੇ ਆ ਯਿਸੂ ਦੇ ਨਾਮ 'ਚ ਤੁਹਾਡੇ ਘਰਾਂ ਦੇ ਉੱਤੇ ਠਹਿਰ ਜਾਏ ਔਰ ਪਰਮੇਸ਼ੁਰ ਤੁਹਾਡੀ ਆਪਣੀ ਦੂਜੀ ਆਮਦ ਤੱਕ ਤੁਹਾਡੀ ਪਰਵਰਿਸ਼ ਕਰੇ ਹੋਲੀ ਸਪਿਰਿਟ ਦੇ ਮਸੇ ਦੇ ਪਰਮੇਸ਼ੁਰ ਦੇ ਵਚਨਾਂ ਤੇ ਔਰ ਆਪਣੇ ਆਤਮਿਕ ਅਗਵੇ ਦੁਆਰਾ ਯਿਸੂ ਦੇ ਨਾਮ 'ਚ। ਆਮੀਨ ਆਮੀਨ। ਪਰਮੇਸ਼ੁਰ ਤੁਹਾਨੂੰ ਸਭ ਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ, ਔਰ ਮੇਰਾ ਵਿਸ਼ਵਾਸ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮਿਲਾਂਗੇ ਇਸ ਪਵਿੱਤਰ ਵਚਨਾਂ ਨੂੰ ਲੈ ਕੇ। ਜੈ ਮਸੀਹ ਕੀ।